ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ, ਤੁਹਾਡਾ ਸਾਰਿਆਂ ਦਾ ਸਿੱਖ ਸੈਂਟਰ ਵੱਲੋਂ ਇੱਥੇ ਆਉਣ 'ਤੇ ਨਿੱਘਾ ਸਵਾਗਤ ਜੀ ਆਇਆਂ ਨੂੰ। ਜਦੋਂ ਅਸੀਂ ਅਹਿਮਦ ਸ਼ਾਹ ਅਬਦਾਲੀ ਦੇ ਉੱਤੇ ਲੈਕਚਰ ਦਿੱਤਾ ਸੀ ਤਾਂ ਲੈਕਚਰ ਤੋਂ ਬਾਅਦ ਇੱਕ ਵੀਰ ਜੀ ਨੇ ਸਵਾਲ ਪੁੱਛਿਆ ਸੀ ਕਿ ਜਿਹੜੇ ਉਸ ਟਾਈਮ ਸਿੱਖ ਸਰਦਾਰ ਅਬਦਾਲੀ ਦੇ ਖਿਲਾਫ ਲੜ ਰਹੇ ਸਨ, ਉਹ ਸਰਦਾਰ ਕੌਣ ਸਨ। ਤਾਂ ਅੱਜ ਉਹਨਾਂ ਸਰਦਾਰਾਂ ਵਿੱਚੋਂ ਅਸੀਂ ਇੱਕ ਸਰਦਾਰ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਦੇ ਜੀਵਨ ਬਾਰੇ, ਉਹਨਾਂ ਦੀਆਂ ਪ੍ਰਾਪਤੀਆਂ ਬਾਰੇ ਵਿਚਾਰ ਚਰਚਾ ਕਰਾਂਗੇ। ਇਸ ਗੱਲਬਾਤ ਤੋਂ ਪਹਿਲਾਂ ਮੈਂ 18ਵੀਂ ਸਦੀ ਦੇ ਵਿੱਚ ਜਿਹੜੇ ਪ੍ਰਸਿੱਧ ਜਰਨੈਲ ਹੋਏ ਨੇ ਉਹਨਾਂ ਬਾਰੇ ਦੱਸਣਾ ਪਸੰਦ ਕਰਾਂਗਾ। ਸਭ ਤੋਂ ਪਹਿਲੇ ਜਰਨੈਲ ਸੀ ਬਾਬਾ ਬੰਦਾ ਸਿੰਘ ਬਹਾਦਰ, ਜਿਨ੍ਹਾਂ ਨੂੰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ 1708 ਦੇ ਵਿੱਚ ਨੰਦੇੜ ਸਾਹਿਬ ਤੋਂ ਭੇਜਿਆ ਸੀ ਪੰਜਾਬ ਦੀ ਧਰਤੀ ਪਰ। 1716 ਵਿੱਚ ਉਹਨਾਂ ਦੀ ਸ਼ਹਾਦਤ ਹੁੰਦੀ ਆ। ਉਸ ਤੋਂ ਬਾਅਦ ਸਰਦਾਰ ਦਰਬਾਰਾ ਸਿੰਘ ਜੀ ਸਿੱਖ ਕੌਮ ਦੀ ਗਵਾਹੀ ਕਰਦੇ ਨੇ। ਉਸ ਤੋਂ ਬਾਅਦ ਨਵਾਬ ਕਪੂਰ ਸਿੰਘ ਜੀ, ਅਤੇ ਨਵਾਬ ਕਪੂਰ ਸਿੰਘ ਤੋਂ ਬਾਅਦ ਈਵਨ ਕਿ ਨਵਾਬ ਕਪੂਰ ਸਿੰਘ ਆਪਣੇ ਜੀਂਦੇ ਜੀ ਹੀ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੂੰ ਚੀਫ ਆਫ ਦਾ ਖਾਲਸਾ ਆਰਮੀ ਜਿਹੜਾ ਆ ਉਹ ਥਾਪ ਦਿੰਦੇ ਨੇ। ਅਤੇ ਅੱਜ ਉਹਨਾਂ ਬਾਰੇ ਗੱਲਬਾਤ ਕਰਨ ਜਾ ਰਹੇ ਹਾਂ। ਜਦੋਂ ਮੈਂ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਬਾਰੇ ਪੜ੍ਹਿਆ, ਪੜ੍ਹਨ ਤੋਂ ਬਾਅਦ ਉਹਨਾਂ ਦੀ ਇੱਕ ਇਮੇਜ ਜੋ ਮੇਰੇ ਮਾਇੰਡ ਦੇ ਵਿੱਚ ਬਣੀ, ਅਤੇ ਉਸ ਤੋਂ ਅਗਲਾ ਸਟੈਪ ਸੀ PPT ਤਿਆਰ ਕਰਨੀ। ਅਤੇ PPT ਤਿਆਰ ਕਰਨ ਦੇ ਲਈ ਫਿਰ ਮੈਂ ਯੂਟਿਊਬ 'ਤੇ ਵੀ ਜਾ ਕੇ ਜਿਹੜੇ ਵੱਖ ਵੱਖ ਵਿਦਵਾਨਾਂ ਨੇ ਉਹਨਾਂ ਬਾਰੇ ਜੋ ਲੈਕਚਰ ਦਿੱਤੇ ਨੇ ਉਹਨਾਂ ਨੂੰ ਵੀ ਸੁਣਿਆ। ਅਤੇ ਉਹਦੇ ਵਿੱਚੋਂ ਜਿਹੜੀ ਉਹਨਾਂ ਦੀ ਇਮੇਜ ਸਾਹਮਣੇ ਆ ਰਹੀ ਸੀ, ਉਹ ਇੱਕੋ ਇਮੇਜ ਸਾਹਮਣੇ ਆ ਰਹੀ ਸੀ ਕਿ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਬੜੇ ਵੱਡੇ ਜਰਨੈਲ ਸੀ। ਉਹਨਾਂ ਨੇ ਮੁਗਲਾਂ ਦੇ ਖਿਲਾਫ, ਅਫਗਾਨਾਂ ਦੇ ਖਿਲਾਫ ਬੜੀਆਂ ਜੰਗਾਂ ਯੁੱਧਾਂ ਲੜੀਆਂ। ਪਰ ਜਦੋਂ ਮੈਂ ਉਹਨਾਂ ਦੀ ਲਾਈਫ ਪੜ੍ਹ ਚੁੱਕਾ ਸੀ ਤਾਂ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਉਹ ਬਹੁਤ ਵੱਡੇ ਜਰਨੈਲ ਸੀ। ਉਹਨਾਂ ਨੇ ਸਾਰਾ ਜੀਵਨ ਆਪਣਾ ਮੁਗਲਾਂ ਅਤੇ ਅਫਗਾਨਾਂ ਦੇ ਖਿਲਾਫ ਲੜਾਈ ਦੇ ਵਿੱਚ ਕੱਢਿਆ। ਪਰ ਇਸ ਤੋਂ ਇਲਾਵਾ ਉਹਨਾਂ ਦੀ ਸ਼ਖਸੀਅਤ ਦੇ ਹੋਰ ਵੀ ਬਹੁਤ ਸਾਰੇ ਪੱਖ ਸਨ ਜਿਹੜੇ ਮੈਨੂੰ ਕਿਸੇ ਵੀ ਯੂਟਿਊਬ 'ਤੇ ਲੈਕਚਰ ਦੇ ਵਿੱਚ ਸੁਣਨ ਨੂੰ ਨਹੀਂ ਮਿਲੇ। ਅਤੇ ਉਸ ਤੋਂ ਦੂਸਰੀ ਗੱਲ ਸੀ ਕਿ ਸਰਦਾਰ ਜੱਸਾ ਸਿੰਘ ਦੀਆਂ ਜਿੰਨੀਆਂ ਕੁ ਤਸਵੀਰਾਂ ਇੰਟਰਨੈਟ 'ਤੇ ਅਵੇਲੇਬਲ ਨੇ, ਆ ਤੁਸੀਂ ਇੱਕ ਸਾਹਮਣੇ ਦੇਖ ਸਕਦੇ ਇਹ ਵੀ ਤਸਵੀਰ, ਇਹਦੇ ਵਿੱਚ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੂੰ ਜਿੰਨਾ ਵੀ ਵਿਖਾਇਆ ਗਿਆ ਸਾਰਾ ਚਿੱਟੀ ਦਾੜੀ ਦੇ ਵਿੱਚ ਵਿਖਾਇਆ ਗਿਆ ਵੱਖ ਵੱਖ ਤਸਵੀਰਾਂ ਦੇ ਵਿੱਚ। ਜਦੋਂ ਕਿ 28 ਸਾਲ ਦੀ ਉਮਰ ਦੇ ਵਿੱਚ ਉਹ ਖਾਲਸਾ ਕੌਮ ਦੇ ਜਰਨੈਲ ਬਣਦੇ ਨੇ। ਸਾਡੇ ਕੋਲ ਇੱਕ ਵੀ ਤਸਵੀਰ ਇਸ ਤਰ੍ਹਾਂ ਦੀ ਨਹੀਂ ਮਿਲੀ ਜਿਹਦੇ ਵਿੱਚ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਛੋਟੀ ਉਮਰ ਦੇ ਵਿੱਚ ਕੀਰਤਨ ਕਰਦੇ ਵਿਖਾਏ ਗਏ ਹੋਣ। ਮੇਰਾ ਕਹਿਣ ਤੋਂ ਭਾਵ ਕਿ ਸਿੱਖਾਂ ਨੇ ਅੱਜ ਤੱਕ ਜਿੰਨਾ ਵੀ ਆਪਣਾ ਇਤਿਹਾਸ ਪ੍ਰਚਾਰਿਆ ਉਹ ਇੱਕ ਪੱਖ ਤੋਂ ਪ੍ਰਚਾਰਿਆ ਗਿਆ ਕਿ ਸਿੱਖ ਕੌਮ ਜਿਹੜੀ ਸੀ ਬਹੁਤ ਬਹਾਦਰ ਸੀ। ਇਹਦੇ ਵਿੱਚ ਕੋਈ ਸ਼ੱਕ ਨਹੀਂ, ਸਿੱਖ ਕੌਮ ਬਹੁਤ ਬਹਾਦਰ ਸੀ। ਪਰ ਬਹਾਦਰੀ ਤੋਂ ਇਲਾਵਾ ਉਹਨਾਂ ਦੇ ਅਜਿਹੇ ਬਹੁਤ ਵੱਡੇ ਕਾਰਨਾਮੇ ਸਨ ਜਿਨ੍ਹਾਂ ਨੂੰ ਸਾਨੂੰ ਅੱਜ ਜਾਣਨ ਦੀ ਲੋੜ ਹੈ। ਉਹਨਾਂ ਦੀ ਸ਼ਖਸੀਅਤ ਦੇ ਬਹੁਤ ਸਾਰੇ ਪੱਖ ਸਨ ਜਿਨ੍ਹਾਂ ਤੋਂ ਅੱਜ ਦੀ ਜਿਹੜੀ ਸਿੱਖ ਰਾਜਨੀਤੀ ਆ ਉਹ ਸੇਧ ਲੈ ਸਕਦੀ ਹੈ। ਅਤੇ ਅੱਜ ਦੀ ਅਸੀਂ ਗੱਲਬਾਤ ਵਿੱਚ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਦੀ ਜਿੰਨੀ ਕੁ ਮੇਰੀ ਸਮਝ ਦੇ ਵਿੱਚ ਆਇਆ, ਜਿੰਨਾ ਕੁ ਮੈਂ ਉਹਨਾਂ ਨੂੰ ਅੰਡਰਸਟੈਂਡ ਕਰ ਪਾਇਆ, ਉਸ ਬਾਰੇ ਅਸੀਂ ਦੱਸਣ ਦੀ ਕੋਸ਼ਿਸ਼ ਕਰਾਂਗੇ। ਆਓ ਜੀ ਇਸ ਟੌਪ ਨੂੰ ਹੁਣ ਸ਼ੁਰੂ ਕਰੀਏ। ਅੱਜ ਦੇ ਇਸ ਟੌਪ ਦੇ ਵਿੱਚ ਸਭ ਤੋਂ ਪਹਿਲਾਂ ਵੀ ਸਰਦਾਰ ਜੱਸਾ ਸਿੰਘ ਦਾ ਪਰਿਵਾਰ ਗੁਰੂ ਘਰ ਦੇ ਨਾਲ ਕਦੋਂ ਜੁੜਿਆ ਸੀ, ਅਤੇ ਉਸ ਤੋਂ ਬਾਅਦ ਉਹਨਾਂ ਦੀ ਬਚਪਨ ਦੀ ਲਾਈਫ ਦੇ ਵਿੱਚ ਉਹਨਾਂ ਦੀ ਮਾਤਾ ਜੀ ਨੇ ਆਪਣੇ ਬੱਚੇ ਦੀ ਸ਼ਖਸੀਅਤ ਨੂੰ ਸੰਵਾਰਨ ਦੇ ਵਿੱਚ ਕੀ ਯੋਗਦਾਨ ਪਾਇਆ। 1746 ਦੇ ਵਿੱਚ ਜਦੋਂ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਖਾਲਸਾ ਦਲ ਦੇ ਕਮਾਂਡਰ ਥਾਪੇ ਜਾਂਦੇ ਨੇ, ਉਦੋਂ ਉਹਨਾਂ ਦੇ ਉੱਤੇ ਕਿਹੜੀਆਂ ਜ਼ਿੰਮੇਵਾਰੀਆਂ ਪਈਆਂ, ਤਾਂ ਜਾਂ ਕਿਹੜੀਆਂ ਦੂਸਰੀਆਂ ਜਿਹੜੀਆਂ ਉਹਨਾਂ ਦੀਆਂ ਗੁਆਂਢੀ ਰਾਜਨੀਤਿਕ ਸਿਆਸਤਾਂ ਸਨ ਉਸ ਟਾਈਮ ਦੀਆਂ, ਉਹਨਾਂ ਨੂੰ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੇ ਕਿਸ ਤਰ੍ਹਾਂ ਮਦਦ ਦਿੱਤੀ, ਤਾਂ ਇਸ ਤੋਂ ਇਲਾਵਾ ਉਹਨਾਂ ਦੀ ਸ਼ਖਸੀਅਤ ਦੇ ਵਿੱਚ ਹੋਰ ਕਿਹੜੀਆਂ ਖੂਬੀਆਂ ਸਨ, ਅਤੇ ਉਹਨਾਂ ਦੀਆਂ ਜਿਹੜੀਆਂ ਆਪਣੇ ਜੀਵਨ ਦੀਆਂ ਮੇਜਰ ਜਿਹੜੀਆਂ ਵੱਡੀਆਂ ਪ੍ਰਾਪਤੀਆਂ ਸਨ ਉਹਨਾਂ ਬਾਰੇ ਵਿਚਾਰ ਕਰਾਂਗੇ। ਅਤੇ ਸਭ ਤੋਂ ਜਿਹੜੀ ਅਹਿਮ ਗੱਲ ਆ ਕਿ ਸਰਦਾਰ ਜੱਸਾ ਸਿੰਘ ਦੇ ਬਾਰੇ ਪੜ੍ਹਦਿਆਂ ਮੈਨੂੰ ਉਹਨਾਂ ਦੇ ਜੀਵਨ ਵਿੱਚੋਂ ਸਭ ਤੋਂ ਜਿਹੜੀ ਚੰਗੀ ਗੱਲ ਸੀ ਉਹ ਕੀ ਲੱਗੀ, ਉਹ ਇਸ ਟੌਪ ਦੇ ਲਾਸਟ 'ਤੇ ਜਾ ਕੇ ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗਾ। ਸਭ ਤੋਂ ਪਹਿਲਾ ਪੁਆਇੰਟ ਕਿ ਸਰਦਾਰ ਜੱਸਾ ਸਿੰਘ ਦਾ ਜਿਹੜਾ ਪਰਿਵਾਰ ਸੀ ਉਹ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਟਾਈਮ ਤੋਂ ਸਿੱਖੀ ਨਾਲ ਜੁੜ ਚੁੱਕਾ ਸੀ। ਉਹਨਾਂ ਦੇ ਵੱਡ ਵਡੇਰੇ ਭਾਈ ਸੈਣਾ ਜੀ ਗੁਰੂ ਹਰਗੋਬਿੰਦ ਪਾਤਸ਼ਾਹ ਦੀਆਂ ਬੜੀਆਂ ਜੰਗਾਂ ਦੇ ਵਿੱਚ ਜਿੰਨੀਆਂ ਵੀ ਗੁਰੂ ਪਾਤਸ਼ਾਹ ਨੇ ਜੰਗਾਂ ਲੜੀਆਂ ਉਹਦੇ ਵਿੱਚ ਉਹਨਾਂ ਨੇ ਵੱਧ ਚੜ ਕੇ ਹਿੱਸਾ ਲਿਆ। ਅਤੇ ਉਹਨਾਂ ਦੇ ਜਿਹੜੇ ਪਿਤਾ ਜੀ ਸੀ ਭਾਈ ਬਦਰ ਸਿੰਘ ਜੀ, ਉਹ ਵੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਬੜੇ ਵੱਡੇ ਸ਼ਰਧਾਲੂ ਸਨ। ਜਦੋਂ ਅਸੀਂ ਇਹ ਗੱਲ ਕਹਿੰਦੇ ਹਾਂ ਕਿ ਭਾਈ
ਸਿਆਣਾ ਸਿੰਘ ਜੀ ਨੇ ਬਹੁਤ ਸਾਰੀਆਂ ਜੰਗਾਂ ਦੇ ਵਿੱਚ ਗੁਰੂ ਹਰਗੋਬਿੰਦ ਪਾਤਸ਼ਾਹ ਦਾ ਸਾਥ ਦਿੱਤਾ ਤੇ ਇਹਦਾ ਮਤਲਬ ਇਹ ਹੁੰਦਾ ਆ ਕਿ ਜਿਹੜਾ ਇਨਸਾਨ ਗੁਰੂ ਘਰ ਦੇ ਨਾਲ ਔਖੀ ਘੜੀ ਵੇਲੇ ਵੀ ਖੜਿਆ ਆ ਉਹਨੇ ਆਪਣੀ ਸਾਰੀ ਜੀਵਨ ਜਿਹੜੀ ਆ ਉਹ ਗੁਰੂ ਘਰ ਨੂੰ ਸਮਰਪਿਤ ਕੀਤਾ ਹੋਵੇਗਾ। ਨਹੀਂ ਤਾਂ ਅਸੀਂ ਵੇਖਦੇ ਹਾਂ ਸਿੱਖ ਇਤਿਹਾਸ ਦੇ ਵਿੱਚ ਇਸ ਤਰ੍ਹਾਂ ਦੇ ਹਵਾਲੇ ਵੀ ਮਿਲ ਜਾਂਦੇ ਨੇ ਕਿ ਕਈ ਸਿੱਖਾਂ ਨੇ ਜਦੋਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ 'ਤੇ ਔਖਾ ਸਮਾਂ ਆਇਆ ਸੀ ਤਾਂ ਉਹਨਾਂ ਨੇ ਗੁਰੂ ਜੀ ਤੋਂ ਕਿਨਾਰਾ ਕਰ ਲਿਆ ਸੀ, ਸਾਰੇ ਸਿੱਖਾਂ ਨੇ ਵੀ ਗੁਰੂ ਪਾਤਸ਼ਾਹ ਦਾ ਸਾਥ ਨਹੀਂ ਦਿੱਤਾ। ਅਤੇ ਜਿਹੜੇ ਸਿੱਖਾਂ ਨੇ ਗੁਰੂ ਘਰ ਦਾ ਸਾਥ ਦਿੱਤਾ ਇਹਦਾ ਮਤਲਬ ਇਹ ਆ ਵੀ ਗੁਰੂ ਘਰ ਨੂੰ ਪੂਰੀ ਤਰ੍ਹਾਂ ਤਨ ਮਨ ਧਨ ਦੇ ਨਾਲ ਸਮਰਪਿਤ ਸਨ। ਅਤੇ ਇਹ ਉਹ ਸਮਾਂ ਸੀ ਜਦੋਂ ਅਜੇ ਮੁਗਲਾਂ ਨੇ ਸਿੱਖਾਂ ਨੂੰ ਖਤਮ ਕਰਨ ਦੀ ਪੂਰੀ ਠਾਣੀ ਹੋਈ ਸੀ ਕਿ ਸਿੱਖ ਕੌਮ ਨੂੰ ਨੇਸ ਤੋਂ ਨਾਬੂਦ ਕਰ ਦੇਣਾ, ਟੋਟਲ ਐਲੀਮੀਨੇਟ ਕਰ ਦੇਣਾ ਭਾਰਤ ਦੀ ਧਰਤੀ ਤੋਂ। ਇਹਨਾਂ ਹਾਲਾਤਾਂ ਦੇ ਵਿੱਚ ਸਰਦਾਰ ਜੱਸਾ ਸਿੰਘ ਦਾ ਜਨਮ ਹੁੰਦਾ ਆ 3 ਮਈ 1718 ਨੂੰ ਪਿੰਡ ਆਹਲੂਵਾਲ ਦੇ ਵਿੱਚ, ਜ਼ਿਲ੍ਹਾ ਲਾਹੌਰ ਦੇ ਵਿੱਚ। ਉਹਨਾਂ ਦੇ ਪਿਤਾ ਜੀ ਦਾ ਨਾਂ ਸਰਦਾਰ ਬਦਰ ਸਿੰਘ ਸੀ ਅਤੇ 22 ਅਕਤੂਬਰ 1783 ਨੂੰ 65 ਸਾਲ ਦੀ ਉਮਰ ਗੁਜ਼ਾਰਨ ਤੋਂ ਬਾਅਦ ਉਹ ਇਸ ਧਰਤੀ ਨੂੰ ਅਲਵਿਦਾ ਕਹਿੰਦੇ ਨੇ। ਅੰਮ੍ਰਿਤਸਰ ਵਿਖੇ ਉਹਨਾਂ ਦਾ ਸੰਸਕਾਰ ਕੀਤਾ ਜਾਂਦਾ ਆ। ਹੁਣ ਇੱਥੇ ਇੱਕ ਅਹਿਮ ਗੱਲ ਇਹ ਆ ਕਿ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੇ ਜਿਹੜਾ ਆਪਣਾ ਹੈੱਡਕੁਆਰਟਰ ਸਟੈਬਲਿਸ਼ ਕੀਤਾ ਸੀ ਉਹ ਸਭ ਤੋਂ ਪਹਿਲਾਂ ਗੋਇੰਦਵਾਲ ਦੇ ਕੋਲ ਫਤਿਹਬਾਦ ਅਤੇ ਫਿਰ ਉਸ ਤੋਂ ਬਾਅਦ ਕਪੂਰਥਲਾ, ਮਾਡਰਨ ਜਿਹੜਾ ਆ ਕਪੂਰਥਲਾ ਰਿਆਸਤ ਦੇ ਵਿੱਚ ਉਹਨਾਂ ਨੇ ਆਪਣੀ ਮਿਸਲ ਦਾ ਹੈੱਡਕੁਆਰਟਰ ਸਟੈਬਲਿਸ਼ ਕੀਤਾ। ਪਰ ਉਹਨਾਂ ਦੀ ਅੰਤਿਮ ਇੱਛਾ ਇਹ ਸੀ ਕਿ ਜਿਹੜਾ ਮੇਰਾ ਸੰਸਕਾਰ ਕੀਤਾ ਜਾਏ ਉਹ ਅੰਮ੍ਰਿਤਸਰ ਦੀ ਧਰਤੀ 'ਤੇ ਕੀਤਾ ਜਾਏ। ਪਹਿਲੀ ਗੱਲ ਕਿ ਉਹਨਾਂ ਦਾ ਹਰਿਮੰਦਰ ਸਾਹਿਬ ਦੇ ਨਾਲ ਬੇਹੱਦ ਪਿਆਰ ਸੀ। ਆਪਣੀ ਜ਼ਿੰਦਗੀ ਦੇ ਲਾਸਟ 5 ਸਾਲ ਜਿਹੜੇ ਨੇ ਉਹਨਾਂ ਨੇ ਹਰਿਮੰਦਰ ਸਾਹਿਬ ਦੀ ਸੇਵਾ ਦੇ ਵਿੱਚ ਗੁਜ਼ਾਰੇ। ਅਤੇ ਉਸ ਤੋਂ ਬਾਅਦ ਨਵਾਬ ਕਪੂਰ ਸਿੰਘ ਜਿਹੜੇ ਉਹਨਾਂ ਦੇ ਧਰਮ ਪਿਤਾ ਵੀ ਸਨ ਅਤੇ ਖਾਲਸਾ ਦਲ ਦੇ ਜਿਹੜੇ ਲੀਡਰ ਵੀ ਰਹੇ ਸਨ ਉਹਨਾਂ ਦਾ ਸੰਸਕਾਰ ਵੀ ਜਿਹੜਾ ਸੀ ਉਹ ਅੰਮ੍ਰਿਤਸਰ ਦੇ ਦਰਬਾਰ ਸਾਹਿਬ ਦੇ ਕੋਲ ਕੀਤਾ ਗਿਆ ਸੀ, ਬਾਬਾ ਅਟਲ ਰਾਏ ਦੇ ਕੋਲ। ਇਹ ਦੋ ਕਾਰਨਾਂ ਕਰਕੇ ਕਿ ਮੇਰਾ ਜਿਹੜਾ ਸੰਸਕਾਰ ਆ ਮੇਰੇ ਲੀਡਰ ਦੇ ਕੋਲ ਕੀਤਾ ਜਾਏ। ਅਤੇ 65 ਸਾਲ ਦੀ ਉਮਰ ਦੇ ਵਿੱਚ ਜੋ ਜੋ ਉਹਨਾਂ ਨੇ ਖਾਲਸਾ ਪੰਥ ਦੀ ਝੋਲੀ ਦੇ ਵਿੱਚ ਪਾਇਆ ਉਹ ਬੜਾ ਅਹਿਮ ਸੀ। 4-5 ਸਾਲ ਦੀ ਏਜ ਸੀ ਸਰਦਾਰ ਜੱਸਾ ਸਿੰਘ ਦੀ ਜਦੋਂ ਉਹਨਾਂ ਦੇ ਪਿਤਾ ਜੀ ਅਕਾਲ ਚਲਾਣਾ ਕਰ ਜਾਂਦੇ ਨੇ। ਇਹ ਬੜਾ ਭਿਆਨਕ ਸਮਾਂ ਹੋਵੇਗਾ ਖਾਸ ਕਰਕੇ ਉਹਨਾਂ ਦੀ ਮਾਤਾ ਦੇ ਲਈ, ਕਿਉਂਕਿ ਇੱਕ ਪਾਸੇ ਤਾਂ ਮੁਗਲ ਸਿੱਖਾਂ ਦਾ ਸ਼ਿਕਾਰ ਕਰ ਰਹੇ ਨੇ ਅਤੇ ਦੂਸਰੇ ਪਾਸੇ ਸਰਦਾਰ ਜੱਸਾ ਸਿੰਘ ਦੇ ਸਿਰ ਦੇ ਉੱਤੋਂ ਪਿਤਾ ਦਾ ਸਾਇਆ ਉੱਠ ਜਾਂਦਾ ਆ। ਪਰ ਉਹਨਾਂ ਦੀ ਜਿਹੜੀ ਮਾਤਾ ਆ ਉਹ ਸਿੱਖੀ ਕਦਰਾਂ ਕੀਮਤਾਂ ਨਾਲ ਲਬਰੇਜ਼ ਸੀ। ਉਹਨਾਂ ਨੇ ਆਪਣੇ ਬੱਚੇ ਦੀ ਪਰਵਰਿਸ਼ ਦੇ ਵਿੱਚ ਕੋਈ ਵੀ ਕਮੀ ਨਹੀਂ ਆਉਣ ਦਿੱਤੀ, ਗੁਰੂ ਸਿਧਾਂਤਾਂ ਦੇ ਨਾਲ ਜੋੜਿਆ ਅਤੇ ਕੀਰਤਨ ਦੀ ਬਹੁਮੁੱਲੀ ਦਾਤ ਆਪਣੇ ਬੱਚੇ ਦੀ ਝੋਲੀ ਦੇ ਵਿੱਚ ਪਾਈ। ਤੁਸੀਂ ਜ਼ਰਾ ਸੋਚ ਕੇ ਵੇਖੋ ਉਹਨਾਂ ਹਾਲਾਤਾਂ ਦੇ ਵਿੱਚ ਜਦੋਂ ਉਦੋਂ ਕੋਈ ਗੁਰਮਤਿ ਸੰਗੀਤ ਅਕੈਡਮੀ ਨਹੀਂ ਸੀ ਹੁੰਦੀ ਉੱਥੇ। ਅੱਜ ਸਾਡੇ ਕੋਲ ਸਿੰਘਾਪੁਰ ਦੇ ਵਿੱਚ 2 ਅਕੈਡਮੀ ਹੈ, ਏਅਰਕੋਨ ਲੱਗੇ ਆ, ਬੜੀ ਵਧੀਆ ਉਹਨਾਂ ਨੂੰ ਬਣਾਇਆ ਗਿਆ ਆ। ਅਤੇ ਕਿੰਨੇ ਕੁ ਜਾਣੇ ਆ ਜਿਹੜੇ ਅੱਜ ਗੁਰਮਤਿ ਸੰਗੀਤ ਸਿੱਖਣ ਆ ਰਹੇ ਨੇ, ਬਹੁਤ ਥੋੜ੍ਹੇ। ਪੂਰੇ ਸਿੰਘਾਪੁਰ ਦੇ ਵਿੱਚੋਂ ਮੇਰੇ ਖਿਆਲ ਨਾਲ ਸਾਡੇ ਕੋਲ 200 ਦੇ ਕਰੀਬ ਹੋਣਗੇ। ਅਤੇ ਉਹਨਾਂ ਦਿਨਾਂ ਦੇ ਵਿੱਚ ਕਿਤੇ ਘਰ ਬਾਰ ਵੀ ਛੱਡਣਾ ਪੈ ਜਾਂਦਾ ਸੀ ਅਤੇ ਜੰਗਲਾਂ ਦੇ ਵਿੱਚ ਵੀ ਰਹਿਣਾ ਪੈਂਦਾ ਸੀ। ਸਰਦਾਰ ਜੱਸਾ ਸਿੰਘ ਦੀ ਮਾਤਾ ਜੀ ਨੇ ਇਹੋ ਜਿਹੇ ਹਾਲਾਤਾਂ ਵਿੱਚ ਵੀ ਆਪਣੇ ਪੁੱਤਰ ਨੂੰ ਗੁਰਮਤਿ ਸਿਧਾਂਤਾਂ ਦੇ ਨਾਲ, ਸਿੱਖੀ ਦੇ ਨਾਲ ਅਤੇ ਕੀਰਤਨ ਦੀ ਦਾਤ ਦੇ ਨਾਲ ਜੋੜਿਆ। ਤਾਂ ਇਸ ਦਾਤ ਦੇ ਕਰਕੇ ਸਰਦਾਰ ਜੱਸਾ ਸਿੰਘ ਦੇ ਜੀਵਨ ਦੇ ਵਿੱਚ ਬਹੁਤ ਵੱਡੀਆਂ ਉਹਨਾਂ ਨੂੰ ਪ੍ਰਾਪਤੀਆਂ ਮਿਲੀਆਂ, ਉਹ ਅਸੀਂ ਅੱਗੇ ਜਾ ਕੇ ਸ਼ੇਅਰ ਕਰਾਂਗੇ ਤੁਹਾਡੇ ਨਾਲ। ਤਾਂ ਉਹਨਾਂ ਦਿਨਾਂ ਦੇ ਵਿੱਚ ਮਾਤਾ ਸੁੰਦਰੀ ਜਿਹੜੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਮਹਿਲ ਸਨ ਉਹ ਦਿੱਲੀ ਵਿਖੇ ਰਹਿ ਰਹੇ ਸਨ ਅਤੇ ਆਮ ਸੰਗਤਾਂ ਪੰਜਾਬ ਤੋਂ ਮਾਤਾ ਜੀ ਨੂੰ ਮਿਲਣ ਜਾਇਆ ਕਰਦੀਆਂ ਸਨ ਦਿੱਲੀ ਵਿਖੇ। ਅਤੇ ਸਰਦਾਰ ਜੱਸਾ ਸਿੰਘ ਆਪਣੀ ਮਾਤਾ ਜੀ ਦੇ ਨਾਲ ਮਾਤਾ ਸੁੰਦਰੀ ਜੀ ਨੂੰ ਮਿਲਣ ਜਾਂਦੇ ਨੇ ਦਿੱਲੀ। ਅਤੇ ਮਾਤਾ ਜੀ ਦਾ ਬੇਹੱਦ ਪਿਆਰ ਪੈ ਜਾਂਦਾ ਸਰਦਾਰ ਜੱਸਾ ਸਿੰਘ ਦੇ ਨਾਲ। ਉਹਦੇ ਪਿੱਛੇ ਕਾਰਨ ਕੀ ਸੀ? ਉਹਦੇ ਪਿੱਛੇ ਸਭ ਤੋਂ ਵੱਡਾ ਕਾਰਨ ਇਹ ਸੀ ਕਿ ਜਿਹੜੀ ਦਾਤ ਉਹਨਾਂ ਦੀ ਮਾਤਾ ਜੀ ਨੇ ਸਰਦਾਰ ਜੱਸਾ ਸਿੰਘ ਨੂੰ ਬਖਸ਼ੀ ਸੀ, ਕਿਹੜੀ ਦਾਤ ਜੀ ਸੀ? ਉਹ ਕੀਰਤਨ ਦੀ ਦਾਤ, ਕਿ ਸਰਦਾਰ ਜੱਸਾ ਸਿੰਘ ਛੋਟੀ ਉਮਰ ਦੇ ਵਿੱਚ ਬੜਾ ਸੋਹਣਾ ਕੀਰਤਨ ਕਰਨ ਲੱਗ ਪਏ ਸੀ। ਮਾਤਾ ਜੀ ਦੇ ਕੋਲ ਤਕਰੀਬਨ 7 ਸਾਲ ਰਹਿੰਦੇ ਨੇ। 7 ਸਾਲ ਰਹਿਣ ਤੋਂ ਬਾਅਦ ਉੱਥੇ ਉਹਨਾਂ ਨੇ ਉਰਦੂ, ਪਰਸ਼ੀਅਨ, ਗੁਰੂ ਗ੍ਰੰਥ ਸਾਹਿਬ ਦਾ ਅਧਿਐਨ ਵੀ ਕੀਤਾ। ਮਾਤਾ ਜੀ ਨੇ ਵਿਸ਼ੇਸ਼ ਪ੍ਰਬੰਧ ਕੀਤਾ ਸੀ ਉਹਨਾਂ ਦੀ ਪੜ੍ਹਾਈ ਦੇ ਲਈ ਉੱਥੇ। ਅਤੇ ਰੋਜ਼ ਮਾਤਾ ਸੁੰਦਰੀ ਜੀ ਜਦੋਂ ਆਸਾ ਕੀ ਵਾਰ ਦਾ ਕੀਰਤਨ ਕਰਦੇ ਜਾਂ ਜਦੋਂ ਗੁਰਬਾਣੀ ਕੀਰਤਨ ਕਰਦੇ, ਸਿੱਖ ਇਤਿਹਾਸ ਦੇ ਵਿੱਚ ਮਾਤਾ ਸੁੰਦਰੀ ਜੀ ਪਹਿਲੀ ਬੀਬੀ ਆ ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ 'ਚੋਂ ਗੁਰਮਤਿ ਸੰਗੀਤ ਦੀ ਵਿੱਦਿਆ ਹਾਸਲ ਕੀਤੀ ਸੀ। ਮਾਤਾ ਸੁੰਦਰੀ ਜੀ ਨੇ ਜਿੱਥੇ ਸਿੱਖ ਕੌਮ ਨੂੰ 40 ਸਾਲ ਤੱਕ ਕੋਈ ਲੀਡ ਕੀਤੀ, ਉੱਥੇ ਨਾਲ ਦੇ ਨਾਲ ਉਹ ਕੀਰਤਨ ਦੇ ਵੀ ਬੜੇ ਧਨੀ ਸਨ। ਅਤੇ ਜਦੋਂ ਉਹ ਕੀਰਤਨ ਕਰਦੇ ਦਿੱਲੀ ਵਿਖੇ, ਸਰਦਾਰ ਜੱਸਾ ਸਿੰਘ ਅਤੇ ਉਹਨਾਂ ਦੀ ਮਾਤਾ ਉਹਨਾਂ ਦੇ ਪਿੱਛੇ ਬੈਠ ਕੇ ਨਾਲ ਕੀਰਤਨ ਕਰਿਆ ਕਰਦੇ ਸਨ। ਇਹਨਾਂ ਗੁਣਾਂ ਕਰਕੇ ਮਾਤਾ ਸੁੰਦਰੀ ਜੀ ਦਾ ਸਰਦਾਰ ਜੱਸਾ ਸਿੰਘ ਨਾਲ ਬੇਹੱਦ ਪਿਆਰ ਪਿਆ ਅਤੇ ਬੜੀ ਅਟੈਚਮੈਂਟ ਹੁੰਦੀ ਆ ਉਹਨਾਂ ਦੇ ਨਾਲ। ਅਤੇ ਜਦੋਂ 7 ਸਾਲ ਸਰਦਾਰ ਜੱਸਾ ਸਿੰਘ ਜੀ ਦਿੱਲੀ ਰਹਿੰਦੇ ਨੇ ਅਤੇ ਉਹਨਾਂ ਦੇ ਮਾਮਾ ਜੀ ਸਰਦਾਰ ਭਾਗ ਸਿੰਘ ਹੱਲੋਵਾਲੀਆ ਜੀ
ਉਹਨਾਂ ਦੇ ਘਰੇ ਕੋਈ ਔਲਾਦ ਨਹੀਂ ਸੀ ਹੈਗੀ ਤੇ ਉਹ ਜਲੰਧਰ ਦੇ ਰਹਿਣ ਵਾਲੇ ਸਨ ਉਹ ਜਾ ਕੇ ਮਾਤਾ ਸੁੰਦਰੀ ਜੀ ਦੇ ਅੱਗੇ ਰਿਕੁਐਸਟ ਕਰਦੇ ਨੇ ਕਿ ਉਹਨਾਂ ਦੇ ਭਾਂਜੇ ਤੇ ਉਹਨਾਂ ਦੀ ਭੈਣ ਨੂੰ ਹੁਣ ਪੰਜਾਬ ਵਾਪਸ ਭੇਜ ਦਿੱਤਾ ਜਾਵੇ ਪਰ ਮਾਤਾ ਸੁੰਦਰੀ ਜੀ ਉਹਨਾਂ ਨੂੰ ਭੇਜਣ ਨੂੰ ਤਿਆਰ ਨਹੀਂ ਹੁੰਦੇ ਉਸ ਦਾ ਰੀਜ਼ਨ ਇਹ ਸੀ ਕਿ ਉਹਨਾਂ ਦਾ ਬੇਹੱਦ ਪਿਆਰ ਜਿਹੜਾ ਆ ਬੱਚੇ ਨਾਲ ਪੈ ਚੁੱਕਾ ਸੀ ਹੁਣ ਉਹ ਤੋਂ ਇੱਕ ਵੇਖਣ ਵਾਲੀ ਗੱਲ ਇਹ ਆ ਕਿ ਮਾਤਾ ਸੁੰਦਰੀ ਜੀ ਕੋਲ ਸੰਗਤ ਬਹੁਤ ਜ਼ਿਆਦਾ ਜਾ ਰਹੀ ਸੀ ਉੱਥੇ ਇਹ ਨਹੀਂ ਕਿ ਸਰਦਾਰ ਜੱਸਾ ਸਿੰਘ ਦੀ ਫੈਮਿਲੀ ਗਈ ਕੱਲੀ ਦੂਸਰੇ ਸਿੱਖ ਫੈਮਿਲੀਆਂ ਵੀ ਗਈਆਂ ਦੂਸਰੇ ਬੱਚੇ ਵੀ ਗਏ ਸਰਦਾਰ ਜੱਸਾ ਸਿੰਘ ਦੇ ਨਾਲ ਹੀ ਉਹਨਾਂ ਦਾ ਬੇਹੱਦ ਪਿਆਰ ਕਿਉਂ ਪਿਆ ਕਿਉਂਕਿ ਉਸ ਬੱਚੇ ਦੇ ਵਿੱਚ ਬਚਪਨ ਦੇ ਵਿੱਚ ਇਸ ਤਰ੍ਹਾਂ ਦੀਆਂ ਗੁਣ ਸਨ ਕਿ ਉਹ ਬੱਚਾ ਹਰ ਇੱਕ ਦਾ ਦਿਲ ਜਿੱਤਣ ਦਾ ਹੁਨਰ ਰੱਖਦਾ ਸੀ ਅਤੇ ਜਦੋਂ ਸਰਦਾਰ ਪਾਕ ਸਿੰਘ ਹੱਲੋਵਾਲੀਆਂ ਨੇ ਮਾਤਾ ਸੁੰਦਰੀ ਜੀ ਨੂੰ ਜ਼ਿਆਦਾ ਬੇਨਤੀ ਕੀਤੀ ਤਾਂ ਉਹਨਾਂ ਨੇ ਸਰਦਾਰ ਜੱਸਾ ਸਿੰਘ ਅਤੇ ਉਹਨਾਂ ਦੀ ਮਾਤਾ ਜੀ ਨੂੰ ਜਾਣ ਦੀ ਆਗਿਆ ਦਿੱਤੀ ਜਾਣ ਤੋਂ ਪਹਿਲਾਂ ਉਹਨਾਂ ਨੇ ਉਹਨਾਂ ਨੂੰ ਇੱਕ ਕਿਰਪਾਨ ਤੀਰ ਕਮਾਨ ਢਾਲ ਅਤੇ ਕੁਝ ਕੱਪੜੇ ਗਿਫਟ ਦੇ ਰੂਪ ਵਿੱਚ ਦਿੱਤੇ ਅਤੇ ਨਾਲ ਇੱਕ ਅਸੀਸ ਦਿੱਤੀ ਜੱਸਾ ਸਿੰਘ ਤੂੰ ਅਤੇ ਤੇਰੀਆਂ ਜਿਹੜੀਆਂ ਪੁਸ਼ਤਾਂ ਨੇ ਇਸ ਧਰਤੀ 'ਤੇ ਰਾਜ ਕਰਨਗੀਆਂ ਤਾਂ ਇਸ ਤੋਂ ਬਾਅਦ ਅਸੀਂ ਵੇਖਦੇ ਹਾਂ ਕਿ ਸਰਦਾਰ ਜੱਸਾ ਸਿੰਘ ਜੀ ਫਿਰ ਕਿੱਥੇ ਜਲੰਧਰ ਆ ਜਾਂਦੇ ਨੇ ਤਾਂ ਉਦੋਂ ਜਿਹੜਾ ਖਾਲਸਾ ਸੀ ਉਹ ਘਰਾਂ ਦੇ ਵਿੱਚ ਨਹੀਂ ਸੀ ਰਹਿੰਦਾ ਇਹ ਅਤੇ ਆਪਣੀ ਸਰਵਾਈਵ ਦੇ ਲਈ ਕਿਉਂਕਿ ਮੁਗਲ ਜਿਹੜੇ ਨੇ ਉਹਨਾਂ ਨੂੰ ਖਾਲਸਾ ਨੂੰ ਮਾਰਨ ਤੱਕ ਤੁਲੇ ਹੋਏ ਸਨ ਕਿ ਇਸ ਕੌਮ ਨੂੰ ਨੇਸ ਤੋਂ ਨਬੂਤ ਕਰਨਾ ਆ ਅਤੇ ਕਰਤਾਰਪੁਰ ਸਾਹਿਬ ਦੇ ਕੋਲ ਜਿਹੜਾ ਕਰਤਾਰਪੁਰ ਜਲੰਧਰ ਦੇ ਕੋਲ ਆ ਉੱਥੇ ਖਾਲਸਾ ਦਲ ਆਪਣੀ ਸੈਨਿਕ ਟੁਕੜੀ ਦੇ ਵਿੱਚ ਇੱਕ ਜੰਗਲ ਦੇ ਵਿੱਚ ਰਹਿ ਰਿਹਾ ਸੀ ਸਰਦਾਰ ਨਵਾਬ ਕਪੂਰ ਸਿੰਘ ਸੀ ਜਿਹੜੇ ਉਸ ਦਲ ਦੀ ਉਦੋਂ ਅਗਵਾਈ ਕਰ ਰਹੇ ਸੀ ਅਤੇ ਸਰਦਾਰ ਭਾਗ ਸਿੰਘ ਹੱਲੋਵਾਲੀਆ ਦਾ ਵਿਸ਼ੇਸ਼ ਪਿਆਰ ਸੀ ਨਵਾਬ ਕਪੂਰ ਸਿੰਘ ਦੇ ਨਾਲ ਉਹਨਾਂ ਨੂੰ ਮਿਲਣ ਦੇ ਲਈ ਉਹ ਜਾਂਦੇ ਨੇ ਕਰਤਾਰਪੁਰ ਦੇ ਜੰਗਲਾਂ ਦੇ ਵਿੱਚ ਇੱਥੇ ਤਕਰੀਬਨ ਉਹ ਇੱਕ ਮਹੀਨਾ ਰਹਿੰਦੇ ਨੇ ਜਾ ਕੇ ਆਪਣੇ ਪਰਿਵਾਰ ਸਮੇਤ ਇੱਕ ਮਹੀਨੇ ਤੋਂ ਬਾਅਦ ਜੋ ਜੋ ਕੁਛ ਉੱਥੇ ਵਾਪਰਦਾ ਇੱਕ ਮਹੀਨੇ ਦੇ ਵਿੱਚ ਹੀ ਜਿਹੜਾ ਸਰਦਾਰ ਜੱਸਾ ਸਿੰਘ ਆ ਉਹ ਆਸਾ ਕੀ ਵਾਰ ਦਾ ਜਦੋਂ ਕੀਰਤਨ ਕਰਦਾ ਅਤੇ ਉਸਦੇ ਕੀਰਤਨ ਤੋਂ ਸਰਦਾਰ ਨਵਾਬ ਕਪੂਰ ਸਿੰਘ ਜੀ ਅਤੇ ਜਿਹੜੇ ਦੂਸਰੇ ਸਿੱਖ ਸਰਦਾਰ ਸੀ ਉਹ ਬੇਹੱਦ ਪ੍ਰਭਾਵਿਤ ਹੁੰਦੇ ਨੇ ਅਤੇ ਉਹ ਫਿਰ ਬੇਨਤੀ ਕਰਦੇ ਨੇ ਭਾਗ ਸਿੰਘ ਹੱਲੋਵਾਲੀਆਂ ਨੂੰ ਕਿ ਇਹ ਬੱਚਾ ਹੁਣ ਸਾਡੇ ਕੋਲ ਰਹਿਣ ਦਿਉ ਅਸੀਂ ਇਸ ਨੂੰ ਵਾਪਸ ਹੁਣ ਘਰੇ ਨਹੀਂ ਜਾਣਦੇ ਨਵਾਬ ਕਪੂਰ ਸਿੰਘ ਦਾ ਕਹਿਣਾ ਸਰ ਉਹਨਾਂ ਦੇ ਮਾਮਾ ਜੀ ਨੇ ਨਹੀਂ ਟਾਲਿਆ ਅਤੇ ਉਹਨਾਂ ਨੇ ਸਰਦਾਰ ਜੱਸਾ ਸਿੰਘ ਨੂੰ ਨਵਾਬ ਕਪੂਰ ਸਿੰਘ ਦੀ ਝੋਲੀ ਦੇ ਵਿੱਚ ਪਾ ਦਿੱਤਾ ਅਤੇ ਇੱਥੇ ਵੀ ਇਤਿਹਾਸ ਦੇ ਵਿੱਚ ਇਹ ਵੀ ਆਉਂਦਾ ਕਿ ਨਵਾਬ ਕਪੂਰ ਸਿੰਘ ਨੇ ਸਰਦਾਰ ਜੱਸਾ ਸਿੰਘ ਨੂੰ ਆਪਣਾ ਧਰਮ ਪੁੱਤਰ ਬਣਾ ਲਿਆ ਮਤਲਬ ਕਹਿਣ ਤੋਂ ਭਾਵ ਜਿਹਨੂੰ ਇੰਗਲਿਸ਼ 'ਚ ਅਸੀਂ ਅਡੋਪਟ ਕਹਿ ਲੈਂਦੇ ਵੀ ਅਡੋਪਟ ਕਰ ਲਿਆ ਉਹਨਾਂ ਇਹ ਉਹਨਾਂ ਦੀ ਜ਼ਿੰਦਗੀ ਦਾ ਇੱਕ ਪਹਿਲਾ ਪੜਾਅ ਸੀ ਤਾਂ ਇਸ ਪੜਾਅ ਦੇ ਵਿੱਚ ਜਦੋਂ ਉਸ ਕੈਂਪ ਦੇ ਵਿੱਚ ਰਹਿ ਰਹੇ ਨੇ ਅਤੇ ਉੱਥੋਂ ਦੀ ਲਾਈਫ ਕਿੱਦਾਂ ਦੀ ਸੀ ਉਹ ਬੜੀ ਇੰਪੋਰਟੈਂਟ ਹੈ ਕਿ ਸਰਦਾਰ ਜੱਸਾ ਸਿੰਘ ਨੇ ਨਵਾਬ ਕਪੂਰ ਸਿੰਘ ਦੀ ਅਗਵਾਈ ਦੇ ਵਿੱਚ ਕੀ ਕੁਝ ਸਿੱਖਿਆ ਸਭ ਤੋਂ ਪਹਿਲਾਂ ਜੋ ਕੈਂਪ ਦੀ ਉੱਥੇ ਡੇਲੀ ਰੂਟੀਨ ਹੁੰਦੀ ਸੀ ਕਿ ਸਵੇਰ ਤੋਂ ਲੈ ਕੇ ਸ਼ਾਮ ਤੱਕ ਦਲ ਦੀ ਸੇਵਾ ਕਰਨੀ ਪੈਂਦੀ ਸੀ ਭਾਂਡਿਆਂ ਦੀ ਸੇਵਾ ਲੰਗਰ ਦੀ ਸੇਵਾ ਅਤੇ ਉਸ ਤੋਂ ਬਾਅਦ ਗੱਤਕਾ ਘੋੜ ਸਵਾਰੀ ਤੀਰ ਅੰਦਾਜ਼ੀ ਨਾਲ ਦੀ ਨਾਲ ਭਾਵ ਜਿਹੜੀ ਸਿੱਖ ਮਾਰਸ਼ਲ ਸਪਿਰਿਟ ਆ ਉਸ ਨੂੰ ਵੀ ਪੂਰਾ ਸਿੱਖਣਾ ਪੈਂਦਾ ਸੀ ਇਸ ਤਰ੍ਹਾਂ ਉਹਨਾਂ ਨੇ ਕੈਂਪਾਂ ਦੇ ਵਿੱਚ ਸਾਰੀ ਡੇਲੀ ਰੂਟੀਨ ਚੱਲਦੀ ਹੁੰਦੀ ਸੀ ਅਤੇ ਸਰਦਾਰ ਜੱਸਾ ਸਿੰਘ ਨੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਖਾਲਸਾ ਦਲ ਦੀ ਸੇਵਾ ਕਰਨੀ ਘੋੜਿਆਂ ਨੂੰ ਚਾਰਾ ਪਾਉਣਾ ਲੰਗਰ ਦੇ ਭਾਂਡੇ ਧੋਣੇ ਅਤੇ ਨਾਲ ਦੀ ਨਾਲ ਸਿੱਖ ਮਾਰਸ਼ਲ ਜਿਹੜੀ ਆਰਟ ਆ ਉਹ ਵੀ ਸਿੱਖੀ ਨਵਾਬ ਕਪੂਰ ਸਿੰਘ ਕੋਲੋਂ ਅਤੇ ਜਿਹੜੇ ਦੂਸਰੇ ਸਰਦਾਰ ਸੀ ਉਹਨਾਂ ਕੋਲੋਂ ਇੱਥੇ ਨਾਲ ਦੀ ਨਾਲ ਉਹਨਾਂ ਨੇ ਨਵਾਬ ਕਪੂਰ ਸਿੰਘ ਕੋਲੋਂ ਅੰਮ੍ਰਿਤ ਦੀ ਦਾਤ ਵੀ ਪ੍ਰਾਪਤ ਕਰ ਲਈ ਸੀ ਤਾਂ ਇੱਕ ਦਫ਼ਾ ਇੱਕ ਸੀਨ ਆਉਂਦਾ ਜੀ ਰਾਤ ਨੂੰ ਕਿ ਉਸ ਸਮੇਂ ਰਾਤ ਨੂੰ ਕੋਈ ਨਾ ਕੋਈ ਪਹਿਰੇਦਾਰ ਜਿਹੜਾ ਹੁੰਦਾ ਸੀ ਉਹ ਕੈਂਪ ਦੀ ਹਿਫਾਜ਼ਤ ਕਰਦਾ ਹੁੰਦਾ ਸੀ ਅਤੇ ਇੱਕ ਦਿਨ ਬਹੁਤ ਭਾਰੀ ਰਾਤ ਨੂੰ ਬਹੁਤ ਭਾਰੀ ਮੀਂਹ ਪੈ ਰਿਹਾ ਸੀ ਅਤੇ ਨਵਾਬ ਕਪੂਰ ਸਿੰਘ ਨੇ ਚੈੱਕ ਕਰਨ ਦੇ ਲਈ ਕਿ ਬਾਹਰ ਪਹਿਰੇ 'ਤੇ ਕੌਣ ਖੜਾ ਆ ਉਹਨਾਂ ਨੇ ਆਵਾਜ਼ ਦਿੱਤੀ ਕਿ ਪਹਿਰੇ 'ਤੇ ਕੌਣ ਆ ਅਤੇ ਅੱਗੋਂ ਆਵਾਜ਼ ਹੁੰਦੀ ਹੈ ਜੀ ਮੈਂ ਜੱਸਾ ਸਿੰਘ ਦੋ ਤਿੰਨ ਘੰਟੇ ਬਾਅਦ ਫਿਰ ਨਵਾਬ ਕਪੂਰ ਸਿੰਘ ਚੈੱਕ ਕਰਦੇ ਨੇ ਜੀ ਪਹਿਰੇ 'ਤੇ ਕੌਣ ਆ ਅਤੇ ਨਵਾਬ ਅੱਗੋਂ ਫਿਰ ਸਰਦਾਰ ਜੱਸਾ ਸਿੰਘ ਜਵਾਬ ਦਿੰਦੇ ਨੇ ਜੀ ਮੈਂ ਜੱਸਾ ਸਿੰਘ ਅਤੇ ਨਵਾਬ ਕਪੂਰ ਸਿੰਘ ਕਹਿੰਦੇ ਇਸ ਗੱਲ ਤੋਂ ਬੇਹੱਦ ਖੁਸ਼ ਹੁੰਦੇ ਨੇ ਜਿਹੜਾ ਇੰਨੀਆਂ ਝੱਖੜ ਇੰਨੀਆਂ ਹਨੇਰੀਆਂ ਇੰਨੇ ਤੂਫਾਨਾਂ ਦੇ ਵਿੱਚ ਕੌਮ ਦੀ ਹਿਫਾਜ਼ਤ ਕਰਨ ਦੇ ਲਈ ਖੜਾ ਹੈ ਭਵਿੱਖ ਦੇ ਵਿੱਚ ਵੀ ਕੌਮ ਦੀ ਹਿਫਾਜ਼ਤ ਕਰੇਗਾ ਇਸ ਬੱਚੇ ਦੇ ਵਿੱਚ ਇੰਨੇ ਹੁਨਰ ਹੈਗੇ ਜਦੋਂ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਦਿੱਲੀ 'ਚ ਰਹਿ ਰਹੇ ਸੀ ਅਤੇ ਉਹਨਾਂ ਨੇ ਜਦੋਂ ਪਰਸ਼ੀਅਨ ਅਤੇ ਉਰਦੂ ਦੀ ਤਾਲੀਮ ਹਾਸਿਲ ਕੀਤੀ ਉੱਥੇ ਤਾਂ ਬਹੁਤ ਸਾਰੇ ਜਿਹੜੇ ਵਰਡ ਸੀ ਉਹਨਾਂ ਨੂੰ ਪਰਸ਼ੀਅਨ ਅਤੇ ਉਰਦੂ ਦੇ ਨੈਚੁਰਲੀ ਆਉਣਾ ਬੜਾ ਸੁਭਾਵਿਕ ਸੀ ਕਿਉਂਕਿ ਜਿਸ ਕਲਚਰ ਦੇ ਵਿੱਚ ਉਹ ਬ੍ਰੌਟ ਅਪ ਹੋਏ ਸਨ ਅਤੇ ਜਦੋਂ ਪੰਜਾਬੀ ਬੋਲਦੇ ਸਨ ਅਤੇ ਪੰਜਾਬੀ ਦੇ ਵਿੱਚ ਬਹੁਤ ਸਾਰੇ ਜਿਹੜੇ ਪਰਸ਼ੀਅਨ ਅਤੇ ਉਰਦੂ ਦੇ ਵਰਡ ਜਿਹੜੇ ਐਡ ਕਰ ਦਿੰਦੇ ਸੀ ਅਤੇ ਜਿਹੜੇ ਉੱਥੋਂ ਦੇ ਸਿੱਖ ਸੈਨਿਕ ਸੀ ਖਾਲਸਾ ਦਲ ਦੇ ਜਾਂ ਹੋਰ ਵੀ ਜਿਹੜੇ ਸਿੱਖ ਸੀ ਉਹਨਾਂ ਨੂੰ ਆਮ ਕਰਕੇ ਚੜਾਇਆ ਕਰਦੇ ਸਨ ਉਹਨਾਂ ਨੂੰ ਕਹਿੰਦੇ ਸਨ ਹਮਕੋ ਤੁਮਕੋ ਕਹਿ ਕੇ ਮਤਲਬ ਬੁਲਾਉਂਦੇ ਹੁੰਦੇ ਸੀ
ਤੇ ਇਸ ਗੱਲ ਦਾ ਇੱਕ ਵਾਰੀ ਕਹਿੰਦੇ ਸਰਦਾਰ ਜੱਸਾ ਸਿੰਘ ਨੇ ਬੇਹੱਦ ਗੁੱਸਾ ਕੀਤਾ ਔਰ ਆਉਂਦੇ ਹੋਏ ਨਵਾਬ ਕਪੂਰ ਸਿੰਘ ਕੋਲ ਜਾਂਦੇ ਆ ਤੇ ਕੰਪਲੇਂਟ ਕਰਦੇ ਕਿ ਮੇਰੇ ਕੋਲ ਹੁਣ ਤੁਹਾਡੇ ਦਲ ਦੀ ਸੇਵਾ ਨਹੀਂ ਹੁੰਦੀ, ਇੱਥੇ ਤਾਂ ਮੇਰਾ ਰਹਿਣਾ ਮੁਸ਼ਕਲ ਕਰਤਾ ਜਿਹੜੇ ਤੁਹਾਡੇ ਦੂਜੇ ਸੈਨਿਕ ਨੇ ਉਹਨਾਂ ਨੇ। ਤੇ ਨਵਾਬ ਕਪੂਰ ਸਿੰਘ ਨੇ ਅੱਗੋਂ ਬੜਾ ਸੋਹਣਾ ਜਵਾਬ ਦਿੱਤਾ, ਕਹਿੰਦੇ ਜੱਸਾ ਸਿੰਘ ਇਹ ਖਾਲਸਾ ਦਲ ਆ, ਇਹਦੀ ਕਿਸੇ ਗੱਲ ਦਾ ਗੁੱਸਾ ਨਹੀਂ ਕਰਨਾ। ਕਹਿੰਦੇ ਮੈਂ ਇੱਕ ਖਾਲਸਾ ਦਲ ਦਾ ਨਿਮਾਣਾ ਜਾਂ ਸੇਵਕ ਸੀ ਅਤੇ ਮੈਨੂੰ ਇਸ ਦਲ ਨੇ ਨਵਾਬੀ ਬਖਸ਼ ਦਿੱਤੀ। ਸਾਰਿਆਂ ਨੂੰ ਪਤਾ ਹੋਏਗਾ ਨਵਾਬ ਕਪੂਰ ਸਿੰਘ ਨੂੰ ਨਵਾਬ ਬਣਾਇਆ ਗਿਆ ਸੀ, ਪਹਿਲੇ ਨਵਾਬ ਸੀ ਸਿੱਖਾਂ ਦੇ। ਕਹਿੰਦੇ ਇਸ ਖਾਲਸਾ ਦਲ ਦੀ ਸੇਵਾ ਕਰਕੇ ਮੇਰੇ ਵਰਗੇ ਤੁੱਛ ਦੇ ਸੇਵਕ ਨੂੰ ਨਵਾਬੀ ਬਖਸ਼ੀ ਆ, ਕੀ ਪਤਾ ਇਹ ਖਾਲਸਾ ਦਲ ਤੇਰੇ 'ਤੇ ਵੀ ਕਿਰਪਾ ਕਰੇ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਤੇਰੇ ਉੱਤੇ ਕੋਈ ਵੱਡੀ ਬਖਸ਼ਿਸ਼ ਹੋ ਜੇ, ਤੂੰ ਵੀ ਇਸ ਦੇਸ਼ ਦਾ ਜਿਹੜਾ ਆ ਕੋਈ ਕਮਾਂਡਰ ਜਾਂ ਵਾਗਡਰ ਸੰਭਾਲ ਸਕੇ। ਇਹ ਉਹਨਾਂ ਦੀ ਲਾਈਫ ਦਾ ਪਹਿਲਾ ਪੜਾਅ ਸੀ। ਹੁਣ ਇਸ ਪੜਾਅ ਦੇ ਵਿੱਚੋਂ ਸਾਨੂੰ ਉਹਨਾਂ ਦੀ ਸ਼ਖਸੀਅਤ ਦੀ ਕਿਹੜੀ ਝਲਕ ਮਿਲਦੀ ਹੈ ਜੀ, ਕਿਸ ਤਰ੍ਹਾਂ ਦੀ ਲੱਗ ਰਹੀ ਕਿ ਸਰਦਾਰ ਜੱਸਾ ਸਿੰਘ ਕਿੰਨੀਆਂ ਕਿੰਨੀਆਂ ਜਿਹੜੀਆਂ ਖੂਬੀਆਂ ਨੇ ਉਹਨਾਂ ਦੇ ਨਾਲ ਲਬਰੇਜ਼ ਸੀ, ਕਿਹੜੇ ਕਿਹੜੇ ਗੁਣ ਸੀ ਉਹਨਾਂ ਦੇ ਵਿੱਚ ਇੱਕ ਲਾਈਫ ਦੇ ਪਹਿਲੇ ਪੜਾਅ ਦੇ ਵਿੱਚੋਂ। ਕਹਿਣ ਤੋਂ ਭਾਵ ਕਿ ਹੁਣ ਜਿਹੜਾ ਇੱਕ ਸਿੱਖ ਆ ਸਿਰਫ ਮਾਰਸ਼ਲ ਆਰਟ ਨਹੀਂ ਸਿੱਖ ਰਿਹਾ, ਕਿਉਂਕਿ ਅੱਜ ਜਿੰਨਾ ਵੀ ਸਿੱਖਾਂ ਦਾ ਫੋਕਸ ਹੋਇਆ ਪਿਆ ਸਾਰਾ ਇੱਕੋ ਚੀਜ਼ 'ਤੇ ਹੋਇਆ ਪਿਆ ਕਿ ਅਸੀਂ ਬੜੇ ਦਲੇਰ ਸੀ। ਗੁਰੂ ਸਾਹਿਬ ਨੇ ਸਾਨੂੰ ਇਕੱਲੇ ਸਿਪਾਹੀ ਨਹੀਂ ਬਣਾਇਆ, ਨਾਲ ਸੰਤ ਵੀ ਬਣਾਇਆ। ਸਭ ਤੋਂ ਪਹਿਲਾਂ ਉਹਨਾਂ ਦੇ ਅੰਦਰ ਗੁਰਬਾਣੀ ਦਾ ਪ੍ਰਵਾਹ ਚੱਲਿਆ, ਕੀਰਤਨ ਦਾ ਪ੍ਰਵਾਹ ਚੱਲਿਆ। ਉਸ ਪ੍ਰਵਾਹ ਕਰਕੇ ਹੀ ਉਹ ਫਿਰ ਅੱਗੇ ਜਿਹੜੀ ਆ ਖਾਲਸਾ ਦਲ ਦੀ ਵਾਗਡੋਰ ਸੰਭਾਲਦੇ ਹਨ। ਅਤੇ ਜਦੋਂ ਇਹ ਜਿਹੜੇ ਨਵਾਬ ਕਪੂਰ ਸਿੰਘ ਦੇ ਇਹ ਬੋਲ ਸੀ, ਇਹ ਫਿਰ 1746 ਦੇ ਵਿੱਚ ਜਾ ਕੇ ਪੂਰੇ ਹੁੰਦੇ ਨੇ ਜਦੋਂ ਉਹਨਾਂ ਨੂੰ ਖਾਲਸਾ ਦਲ ਦਾ ਕਮਾਂਡਰ ਇਨ ਚੀਫ ਅਸਟੈਬਲਿਸ਼ ਕੀਤਾ ਜਾਂਦਾ। ਅਤੇ ਹੁਣ ਜਦੋਂ ਸਰਦਾਰ ਜੱਸਾ ਸਿੰਘ ਜੀ 1746 ਦੇ ਵਿੱਚ ਖਾਲਸਾ ਦਲ ਦੇ ਕਮਾਂਡਰ ਇਨ ਚੀਫ ਬਣਦੇ ਨੇ, ਅਤੇ ਉਸ ਤੋਂ ਬਾਅਦ ਅਸੀਂ ਵੇਖਦੇ ਹਾਂ ਕਿ ਪਹਿਲਾ ਜਿਹੜਾ ਹਿੱਸਾ ਆ 1746 ਤੋਂ ਪਹਿਲਾਂ ਦਾ ਸਿੱਖਾਂ ਨੇ ਜੰਗਲਾਂ ਦੇ ਵਿੱਚ ਬਿਤਾਇਆ, ਪਰ 1746 ਤੋਂ ਬਾਅਦ ਉਹਨਾਂ ਨੇ ਮੁਗਲਾਂ ਅਤੇ ਅਫਗਾਨਾਂ ਦੇ ਨਾਲ ਫਿਰ ਜਿਹੜਾ ਆਪਣਾ ਸੰਘਰਸ਼ ਸੀ ਉਹ ਜਾਰੀ ਕਰਤਾ। ਕਿਉਂਕਿ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੇ ਇਤਿਹਾਸ ਦੇ ਵਿੱਚ ਹੁੰਦਾ ਕਿ ਇੱਕ ਸਟਰੈਟਜੀ ਬਣਾਈ ਕਿ ਹੁਣ ਅਸੀਂ ਜੰਗਲਾਂ ਦੇ ਵਿੱਚ ਨਹੀਂ ਰਹਿਣਾ, ਹੁਣ ਅਸੀਂ ਮੁਗਲਾਂ ਦੇ ਖਿਲਾਫ਼ ਅਤੇ ਅਫਗਾਨਾਂ ਦੇ ਖਿਲਾਫ਼ ਮੈਦਾਨੇ ਜੰਗ ਦੇ ਵਿੱਚ ਖੜ੍ਹ ਕੇ ਲੜਾਈ ਕਰਨੀ, ਅਸੀਂ ਉਹ ਜੰਗਲਾਂ ਦੇ ਵਿੱਚ ਬਿਲਕੁਲ ਨਹੀਂ ਜਾਵਾਂਗੇ। ਉਸ ਦੇ ਦੋ ਰੀਜ਼ਨ ਸਨ, ਇੱਕ ਰੀਜ਼ਨ ਇਹ ਵੀ ਸੀ ਕਿ 1748 ਦੇ ਵਿੱਚ ਜਦੋਂ ਅਹਿਮਦ ਸ਼ਾਹ ਅਬਦਾਲੀ ਨੇ ਭਾਰਤ ਉੱਤੇ ਹਮਲੇ ਕਰਨੇ ਸ਼ੁਰੂ ਕੀਤੇ, ਮੁਗਲ ਅਤੇ ਅਫਗਾਨ ਜਿਹੜੇ ਆਪਸ 'ਚ ਬਿਜ਼ੀ ਹੋ ਜਾਂਦੇ ਨੇ, ਉਹਨਾਂ ਦੀ ਆਪਸੀ ਲੜਾਈ ਦਾ ਫਾਇਦਾ ਵੀ ਜਿਹੜਾ ਸਿੱਖਾਂ ਨੇ ਚੁੱਕਿਆ ਹੈ ਕਿ ਉਹ ਆਪਸ 'ਚ ਲੜ ਰਹੇ ਨੇ ਅਤੇ ਉਹਨਾਂ ਦੀ ਲੜਾਈ ਦਾ ਹੁਣ ਤੀਸਰਾ ਤਿਰ ਫਾਇਦਾ ਲਏ। ਅਤੇ ਉਸ ਤੋਂ ਬਾਅਦ ਉਹਨਾਂ ਨੇ ਅੰਮ੍ਰਿਤਸਰ ਦੇ ਵਿੱਚ ਰਾਮ ਰੌਣੀ ਦਾ ਜਿਹੜਾ ਕਿਲ੍ਹਾ ਸੀ ਉਹ ਸਟੈਬਲਿਸ਼ ਕੀਤਾ, ਧਾਰੀਵਾਲ ਦੇ ਵਿੱਚ ਇੱਕ ਕਿਲ੍ਹਾ ਸਟੈਬਲਿਸ਼ ਕੀਤਾ, ਵੈਰੋਵਾਲ ਦੇ ਵਿੱਚ ਇੱਕ ਗੜੀ ਸਟੈਬਲਿਸ਼ ਕੀਤੀ ਇਸ ਪੀਰੀਅਡ ਦੇ ਦੌਰਾਨ ਜਦੋਂ ਉਹ 1746 ਤੋਂ ਬਾਅਦ। ਅਤੇ 1748 ਦੇ ਵਿੱਚ ਉਹਨਾਂ ਨੇ ਖਾਲਸਾ ਦਲ ਨੂੰ, ਕਿਉਂਕਿ ਉਦੋਂ 65 ਦਲ ਸੀ 1746 ਦੇ ਵਿੱਚ, ਉਹਨਾਂ ਨੂੰ ਯੂਨਾਈਟਡ ਕਰਨ ਦੇ ਲਈ ਕਿ ਜੇਕਰ ਇਸ ਤਰ੍ਹਾਂ ਖਾਲਸਾ ਦਲ ਦੀ ਗਿਣਤੀ ਵੱਧਦੀ ਰਹੀ, 65 ਤੋਂ ਉੱਤੋਂ 300-400 ਖਾਲਸਾ ਦਲ ਹੋ ਜਾਂਦੇ ਨੇ 3-4 ਸਾਲ ਦੇ ਵਿੱਚ, ਉਹਨਾਂ ਨੂੰ ਯੂਨਾਈਟਡ ਕਰਨ ਦੇ ਲਈ ਉਹਨਾਂ ਨੇ 1748 ਦੇ ਵਿੱਚ ਦਲ ਖਾਲਸਾ ਨੂੰ ਰੀਯੂਨਾਈਟਡ ਕਰਤਾ ਅਤੇ ਸਿਰਫ 12 ਜਿਹੜੇ ਦਲ ਸੀ ਉਹ ਬਣਾਏ ਅਤੇ 12 ਦਲਾਂ ਦੇ ਵਿੱਚੋਂ ਆਪ ਜਿਹੜੇ ਸੀ ਉਹਨਾਂ ਦੇ ਕਮਾਂਡਰ ਇਨ ਚੀਫ ਸੀ। ਇਸ ਤੋਂ ਬਾਅਦ ਉਹਨਾਂ ਦਾ ਜਿਹੜਾ ਰਾਜਨੀਤਿਕ ਸੰਘਰਸ਼ ਆ ਸ਼ੁਰੂ ਹੁੰਦਾ, ਈਵਨ ਕਿ 1746 ਤੋਂ ਪਹਿਲਾਂ ਵੀ ਉਹਨਾਂ ਦਾ ਜਿਹੜਾ ਰਾਜਨੀਤਿਕ ਜੀਵਨ ਆ, ਜਿਹੜਾ ਮੁਗਲਾਂ ਦੇ ਖਿਲਾਫ਼ ਜਾਂ ਨਾਦਰ ਸ਼ਾਹ ਦੇ ਖਿਲਾਫ਼ ਜਿਹੜਾ ਜੀਵਨ ਸੀ ਸੰਘਰਸ਼ ਸੀ ਉਹ ਸ਼ੁਰੂ ਹੋ ਚੁੱਕਾ ਸੀ। ਅਤੇ ਹੁਣ ਉਹਨਾਂ ਦੀਆਂ ਜਿਹੜੀਆਂ ਵੱਡੀਆਂ ਰਾਜਨੀਤਿਕ ਪ੍ਰਾਪਤੀਆਂ ਨੇ, ਕਿਉਂਕਿ ਜੇ ਉਹਨਾਂ ਦੇ ਜੀਵਨ ਪੜ੍ਹ ਕੇ ਵੇਖੋ ਉਹਨਾਂ ਦਾ ਸਾਰਾ ਜੀਵਨ ਹੀ ਸੰਘਰਸ਼ ਦੇ ਵਿੱਚ ਗੁਜ਼ਰਿਆ ਆ, ਇਸ ਲਈ ਉਹਨਾਂ ਦੀ ਇਕੱਲੀ ਇਕੱਲੀ ਜੰਗ ਬਾਰੇ ਡਿਸਕਸ ਕਰਨਾ ਬੇਹੱਦ ਔਖਾ ਹੋਊਗਾ। ਇਸ ਲਈ ਹੁਣ ਮੈਂ ਜਿਹੜੀਆਂ ਉਹਨਾਂ ਦੀਆਂ ਵੱਡੀਆਂ ਪ੍ਰਾਪਤੀਆਂ ਸੀ ਉਸ ਬਾਰੇ ਵਿਚਾਰ ਵਟਾਂਦਰਾ ਕਰਾਂਗਾ। ਸਭ ਤੋਂ ਪਹਿਲਾਂ ਜਿਹੜਾ ਜੱਸਾ ਸਿੰਘ ਆਹਲੂਵਾਲੀਆ ਜੀ ਦਾ ਮਿਲਦਾ ਸਾਨੂੰ ਜੀਵਨ ਦੇ ਵਿੱਚੋਂ ਰੈਫਰੈਂਸ ਕੀ, ਜਦੋਂ ਨਾਦਰ ਸ਼ਾਹ ਨੇ 1739 ਦੇ ਵਿੱਚ ਦਿੱਲੀ ਉੱਤੇ ਹਮਲਾ ਕੀਤਾ ਅਤੇ ਵਾਪਸ ਜਾਂਦੇ ਹੋਏ ਨੂੰ ਜੱਸਾ ਸਿੰਘ ਆਹਲੂਵਾਲੀਆ ਨੇ ਅਤੇ ਜਿਹੜੇ ਹੋਰ ਖਾਲਸਾ ਦਲ ਦੇ ਸਿਪਾਹੀ ਸੀ ਉਹਨਾਂ ਨੇ ਅਨੰਦਪੁਰ ਸਾਹਿਬ ਦੇ ਕੋਲ ਜਾ ਕੇ ਨਾਦਰ ਸ਼ਾਹ ਦੇ ਰਸਤੇ ਰੋਕੇ ਸੀ ਅਤੇ ਉਸਨੂੰ ਲੁੱਟ ਕੇ ਵਾਪਸ ਭੇਜਿਆ ਸੀ ਲਾਹੌਰ ਨੂੰ ਅਤੇ ਫਿਰ ਉਹ ਪਰਸ਼ੀਅਨ ਵਾਪਸ ਚਲਾ ਗਿਆ ਸੀ। ਇਹ ਸਰਦਾਰ ਜੱਸਾ ਸਿੰਘ ਜੀ ਦਾ ਪਹਿਲਾ ਜਿਹੜਾ ਰਾਜਨੀਤਿਕ ਹਮਲਾ ਸੀ ਨਾਦਰ ਸ਼ਾਹ ਦੇ ਉੱਤੇ। ਛੋਟੇ ਘੱਲੂਘਾਰੇ ਦਾ ਜਿਹੜਾ ਕਾਰਨ ਸੀ ਕਿ ਉਸ ਸਮੇਂ ਦਾ ਜਿਹੜਾ ਦੀਵਾਨ ਜਸਪਤ ਰਾਏ ਸੀ, ਜਿਸ ਲੜਾਈ ਦੇ ਵਿੱਚ ਉਹ ਮਾਰਿਆ ਜਾਂਦਾ, ਉਸ ਲੜਾਈ ਦੇ ਕਰਕੇ ਉਸਦਾ ਭਰਾ ਜਿਹੜਾ ਸੀ ਦੀਵਾਨ ਲਖਪਤ ਰਾਏ ਸਿੱਖਾਂ ਦੇ ਉੱਤੇ ਹਮਲਾ ਕਰਦਾ, ਸਿੱਖਾਂ ਨੂੰ ਛੋਟੇ ਘੱਲੂਘਾਰੇ ਦੇ ਵਿੱਚ ਸ਼ਹੀਦ ਕਰਦਾ। ਉਸ ਲੜਾਈ ਦੀ ਜਿਹੜੀ ਵਾਗਡੋਰ ਸੀ ਉਹ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਕਰ ਰਹੇ ਸਨ, ਜਿਸ ਦੇ ਵਿੱਚ ਦੀਵਾਨ ਲਖਪਤ ਰਾਏ ਦਾ ਜਿਹੜਾ ਭਰਾ ਸੀ ਜਸਪਤ ਰਾਏ ਉਹ ਮਾਰਿਆ ਜਾਂਦਾ ਆ। ਕਹਿਣ ਤੋਂ ਭਾਵ ਕਿ ਸਰਦਾਰ ਜੱਸਾ ਸਿੰਘ ਜਿੰਨੀਆਂ ਵੀ ਉਸ ਸਮੇਂ ਦੀਆਂ ਮੇਜਰ ਲੜਾਈਆਂ ਸੀ ਉਹਦੀ ਐਜ਼ ਏ ਕਮਾਂਡਰ ਉਸਦੀ ਵਾਗਡੋਰ ਸੰਭਾਲਦੇ ਰਹੇ।
ਵੱਡੇ ਕੱਲੂਕਾਰੇ ਦੇ ਵਿੱਚ ਕਿੰਨੇ ਸਿੱਖ ਸ਼ਹੀਦ ਹੋਏ ਸੀ ਜੀ ਸਾਡੇ ਉਸ ਤੋਂ? ਹਾਂਜੀ ਅਰਾਊਂਡ 30,000। ਜਦੋਂ ਵੱਡੇ ਕੱਲੂਕਾਰੇ ਦੇ ਵਿੱਚ ਅਬਦਾਲੀ ਨੇ ਇੱਕ ਦਿਨ ਦੇ ਵਿੱਚ 30,000 ਸਿੱਖ ਸ਼ਹੀਦ ਕੀਤੇ ਸੀ। ਉਸ ਦਿਨ ਸਰਦਾਰ ਜੱਸਾ ਸਿੰਘ ਨੇ ਆਪਣੇ ਜਿਸਮ ਦੇ ਉੱਤੇ ਕਿਰਪਾਨਾਂ ਦੇ 20 ਫੱਟ ਸਹਿਣ ਕੀਤੇ ਸੀ ਇੱਕ ਦਿਨ ਦੇ ਵਿੱਚ। ਕਿੰਨੇ ਕਿੰਨੀ ਬੁਰੀ ਤਰ੍ਹਾਂ ਜ਼ਖਮੀ ਹੋਏ ਹੋਣਗੇ ਉਸ ਦਿਨ ਦੇ। ਅਤੇ ਉਸ ਤੋਂ ਬਾਅਦ ਜਿਹੜੇ ਵੱਡੇ ਕੱਲੂਕਾਰੇ ਲਈ ਜ਼ਿੰਮੇਵਾਰ ਸੀ ਮਲੇਰਕੋਟਲੇ ਦਾ ਨਵਾਬ, ਸਰਹੰਦ ਦਾ ਵਜ਼ੀਰ ਜ਼ਹਾਨ ਖਾਂ, ਉਸ ਨੂੰ ਵੀ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੇ ਵੱਖਰੀਆਂ ਵੱਖਰੀਆਂ ਲੜਾਈਆਂ ਦੇ ਵਿੱਚ ਹਰਾਇਆ ਅਤੇ ਉਹਨਾਂ ਨੂੰ ਮੌਤ ਦੇ ਘਾਟ ਵੀ ਉਤਾਰਿਆ। ਤਾਂ ਜਹਾਨ ਖਾਨ ਵੱਲੋਂ ਇੱਕ ਦਫ਼ਾ ਸਿਆਲਕੋਟ ਦੀ ਲੜਾਈ ਦੇ ਵਿੱਚ ਜਹਾਨ ਖਾਨ ਸਿੱਖਾਂ ਨਾਲ ਲੜ ਰਿਹਾ ਸੀ ਅਤੇ ਲੜਦਾ ਲੜਦਾ ਉਹ ਲੜਾਈ ਦੇ ਵਿੱਚੋਂ ਨਿਕਲ ਜਾਂਦਾ। ਉਸਦੇ ਪਿੱਛੋਂ ਉਸਦੀ ਬੇਗਮ ਅਤੇ ਉਸਦੇ ਬੱਚੇ ਜਿਹੜੇ ਨੇ ਉਹ ਵਾਪਸ ਬਚ ਜਾਂਦੇ ਨੇ। ਅਤੇ ਜਦੋਂ ਖਾਲਸਾ ਦਲ ਉਹਨਾਂ ਬੱਚਿਆਂ ਤੱਕ ਪਹੁੰਚਦਾ ਆ, ਉਸਦੀ ਬੇਗਮ ਤੱਕ ਪਹੁੰਚਦਾ ਆ, ਤਾਂ ਉਹਨਾਂ ਵਿੱਚੋਂ ਕੋਈ ਆ ਕੇ ਬੋਲਦਾ ਕਿ ਇਸ ਬੇਗਮ ਦੇ ਕੋਲ ਜਿਹੜਾ ਜਹਾਨ ਖਾਨ ਦਾ ਖਜ਼ਾਨਾ ਆ ਉਸਦੀਆਂ ਚਾਬੀਆਂ ਹੈਗੀਆਂ ਨੇ। ਅਤੇ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਮਨਾ ਕਰ ਦਿੰਦੇ ਨੇ, ਕਹਿੰਦੇ ਸਿੱਖ ਨੇ ਕਿਸੇ ਵੀ ਔਰਤ ਦੇ ਉੱਤੇ ਹੱਥ ਨਹੀਂ ਚੁੱਕਣਾ, ਜੋ ਕੁਝ ਵੀ ਹੈਗਾ ਇਹਨਾਂ ਕੋਲ ਰਹਿਣ ਦਿਓ, ਜਿੱਥੇ ਜਾਣਾ ਚਾਹੁੰਦੇ ਨੇ ਇਹਨਾਂ ਨੂੰ ਪੁੱਛੋ ਅਤੇ ਹਿਫਾਜ਼ਤ ਦੇ ਨਾਲ ਪੂਰੀ ਇੱਜ਼ਤ ਦੇ ਨਾਲ ਉੱਥੋਂ ਤੱਕ ਪਹੁੰਚਾ ਕੇ ਆਓ। ਫਿਰ ਜਦੋਂ ਕਹਿੰਦੇ ਉਸ ਬੇਗਮ ਨੂੰ ਪੁੱਛਿਆ ਗਿਆ ਤਾਂ ਉਸਨੇ ਬੇਨਤੀ ਕੀਤੀ ਕਿ ਮੈਨੂੰ ਤੁਸੀਂ ਜੰਮੂ ਛੱਡ ਆਓ। ਸਰਦਾਰ ਚੜ੍ਹਤ ਸਿੰਘ ਸ਼ੁਕਰ ਚੱਕੀਆ ਉਸ ਬੇਗਮ ਨੂੰ ਜਾ ਕੇ ਜੰਮੂ ਤੱਕ ਬਾ ਇੱਜ਼ਤ। ਤੁਸੀਂ ਹੁਣ ਜਿਹੜਾ ਇੱਕ ਆਪਣੇ ਸੋਚ ਕੇ ਵੇਖੋ, ਜਦੋਂ ਮਾਤਾ ਗੁਜਰੀ ਨੂੰ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਠੰਡੇ ਬੁਰਜ 'ਚ ਕੈਚ ਕੀਤਾ ਜਾਂਦਾ ਹੈ, ਇਹ ਉਹ ਸਦੀ ਹੈ ਸਾਰੀ, ਉਹਨਾਂ ਨੂੰ ਮੁਗਲ ਬਖਸ਼ਦੇ ਨਹੀਂ ਹੈਗੇ। ਅਤੇ ਜਦੋਂ ਸਿੱਖ ਉਹਨਾਂ ਦੀਆਂ ਬੇਗਮਾਂ ਨੂੰ ਕਿਤੇ ਲੜਾਈ ਦੇ ਮੈਦਾਨ ਦੇ ਵਿੱਚ ਵੇਖਦੇ ਨੇ ਅਤੇ ਉਹਨਾਂ ਨੇ ਉਹਨਾਂ ਦੀ ਤਰ੍ਹਾਂ ਬਦਲਾ ਨਹੀਂ ਲਿਆ, ਉਹਨਾਂ ਦੀ ਇੱਜ਼ਤ ਨੂੰ ਬਰਕਰਾਰ ਰੱਖਿਆ ਪੂਰਾ, ਇਹ ਉਹਨਾਂ ਦੇ ਕਿਰਦਾਰ ਦੀ ਬੜੀ ਵੱਡੀ ਖੂਬੀ ਸੀ। ਤਾਂ 1761 ਦੇ ਵਿੱਚ ਸਭ ਤੋਂ ਪਹਿਲੀ ਵਾਰ ਜਿਹੜਾ ਲਾਹੌਰ ਜਿੱਤਿਆ ਸੀ ਸਿੱਖਾਂ ਨੇ, ਇਸ ਲੜਾਈ ਦੀ ਅਗਵਾਈ ਵੀ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੇ ਕੀਤੀ ਸੀ 1761 ਦੇ ਵਿੱਚ। ਅਤੇ ਉਸ ਤੋਂ ਬਾਅਦ ਅਸੀਂ ਸਾਰੇ ਜਾਣਦੇ ਕਿ ਅਹਿਮਦ ਸ਼ਾਹ ਅਬਦਾਲੀ ਨੇ 9 ਹਮਲੇ ਕੀਤੇ ਸੀ 1748 ਤੋਂ ਲੈ ਕੇ 1769 ਤੱਕ। ਇਹਨਾਂ ਹਮਲਿਆਂ ਦੇ ਵਿੱਚ ਜਿੰਨੀ ਵਾਰ ਵੀ ਅਬਦਾਲੀ ਵਾਪਸ ਗਿਆ ਅਫਗਾਨਿਸਤਾਨ ਨੂੰ, ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੇ ਅਤੇ ਦੂਸਰੇ ਸਰਦਾਰਾਂ ਨੇ ਉਸਦੇ ਰਾਹ ਹਮੇਸ਼ਾ ਰੋਕੇ ਸੀ, ਗੋਇੰਦਵਾਲ ਉੱਤੇ ਕਿਸੇ ਨੇ, ਰਾਵੀ ਉੱਤੇ ਅਤੇ ਕਿਸੇ ਨੇ ਚਨਾਬ ਦੇ ਉੱਤੇ। ਸਰਦਾਰ ਜੱਸਾ ਸਿੰਘ ਆਹਲੂਵਾਲੀਆ ਗੋਇੰਦਵਾਲ ਦੇ ਉੱਤੇ ਅਹਿਮਦ ਸ਼ਾਹ ਅਬਦਾਲੀ ਦੇ ਉੱਤੇ ਅਟੈਕ ਕਰਦੇ ਹੁੰਦੇ ਸੀ। ਕਹਿਣ ਤੋਂ ਭਾਵ ਕਿ ਉਹਨਾਂ ਨੇ ਸਾਰੀ ਜ਼ਿੰਦਗੀ ਆਪਣੀ ਜਿਹੜੀ ਆ ਸਿੱਖ ਸੰਘਰਸ਼ ਦੇ ਵਿੱਚ ਬਿਤਾਈ ਸੀ। ਤਾਂ ਇਸ ਤੋਂ ਇਲਾਵਾ ਜਿਹੜਾ ਹੁਣ ਅਗਲਾ ਪੱਖ ਸੀ ਉਹਨਾਂ ਦੀ ਸ਼ਖਸੀਅਤ ਦਾ, ਕਿ ਸਿਰਫ ਉਹਨਾਂ ਨੇ ਖਾਲਸਾ ਕੌਮ ਦੀ ਹਿਫਾਜ਼ਤ ਨਹੀਂ ਕੀਤੀ, ਇਸ ਉਸਨੇ ਦੂਸਰੀਆਂ ਕੌਮਾਂ ਨੂੰ ਵੀ ਬਾਖੂਬੀ ਉਹਨਾਂ ਦੀ ਮਦਦ ਕਰਦੇ ਰਹੇ ਨੇ। ਇਸ ਕਰਕੇ ਜਿਹੜਾ ਕਾਜ਼ੀ ਨੂਰ ਮੁਹੰਮਦ ਆ, ਜਿਹੜਾ ਅਹਿਮਦ ਸ਼ਾਹ ਅਬਦਾਲੀ ਦੇ ਨਾਲ ਇੱਕ ਦਫ਼ਾ ਆ ਕੇ ਇੱਕ ਜੰਗਨਾਮਾ ਲਿਖਦਾ ਹੈ, ਜੋ ਕੁਝ ਵੀ ਉਸਨੇ ਸਿੱਖਾਂ ਦੇ ਬਾਰੇ ਵੇਖਿਆ, ਜਿਸ ਤਰ੍ਹਾਂ ਉਹਨਾਂ ਨੇ ਸਿੱਖਾਂ ਦੀ ਰਣਨੀਤੀ ਨੂੰ ਵੇਖਿਆ, ਜਿਸ ਤਰ੍ਹਾਂ ਸਿੱਖਾਂ ਨੂੰ ਲੜਦਿਆਂ ਵੇਖਿਆ, ਉਸਨੇ ਉਹ ਸਾਰੇ ਹਾਲਾਤ ਆਪਣੇ ਜੰਗਨਾਮੇ ਦੇ ਵਿੱਚ ਕੋਟ ਕੀਤੇ। ਅਤੇ ਉਸ ਜੰਗਨਾਮੇ ਦੇ ਵਿੱਚ ਬੜੀ ਥਾਂ 'ਤੇ ਲਿਖਦਾ ਕਿ ਇਸ ਉਹ ਕਿਉਂਕਿ ਸਿੱਖਾਂ ਲਈ ਪਹਿਲਾਂ ਕੁੱਤਾ ਸ਼ਬਦ ਵਰਤਦਾ ਆ ਵੀ ਇਹ ਕੌਮ ਬੜੀ ਕੁੱਤੀ ਆ, ਇਹ ਕੁੱਤੇ ਨੇ, ਬਟ ਉਹ ਕੁੱਤਾ ਵਰਤਦਾ ਵਰਤਦਾ ਫਿਰ ਕਹਿੰਦਾ ਇਹਨਾਂ ਸਗਾਂ ਨੂੰ ਸੱਗ ਪਰਸ਼ੀਅਨ ਦੇ ਵਿੱਚ ਕੁੱਤੇ ਨੂੰ ਕਹਿੰਦੇ ਨੇ, ਕਹਿੰਦਾ ਇਹਨਾਂ ਸਗਾਂ ਨੂੰ ਸੱਗ ਨਾ ਆਖੋ, ਇਹ ਸ਼ੇਰ ਦੀ ਤਰ੍ਹਾਂ ਬਹਾਦਰ ਨੇ। ਫਿਰ ਉਸ ਸਿੱਖਾਂ ਲਈ ਸ਼ੇਰ ਸ਼ਬਦ ਵੀ ਆਪਣੇ ਜੰਗਨਾਮੇ ਦੇ ਵਿੱਚ ਵਰਤਦਾ। ਅਤੇ ਈਵਨ ਇੱਥੋਂ ਤੱਕ ਵੀ ਲਿਖਦਾ ਇਹ ਇੰਨੀ ਬਹਾਦਰ ਕੌਮ ਆ ਕਿ ਕਿਸੇ ਵੀ ਮੈਦਾਨ ਵਿੱਚ ਲੜਦੇ ਹੋਏ ਨੂੰ ਜਦੋਂ ਕੋਈ ਹਥਿਆਰ ਸੁੱਟ ਕੇ ਭੱਜਦਾ, ਇਸ ਦੀ ਪਿੱਠ ਪਿੱਛੇ ਵਾਰ ਨਹੀਂ ਕਰਦੇ। ਇਹਨਾਂ ਦਾ ਕਿਰਦਾਰ ਇੰਨਾ ਉੱਚਾ ਆ ਕਿ ਕਿਸੇ ਔਰਤ ਨੂੰ ਇਹ ਬੁਰੀ ਨਜ਼ਰ ਨਾਲ ਨਹੀਂ ਵੇਖਦੇ। ਉਹ ਸਰਦਾਰ ਜੱਸਾ ਸਿੰਘ ਬਾਰੇ ਵੀ ਲਿਖਦਾ ਆ, ਕਹਿੰਦਾ ਸਰਦਾਰ ਜੱਸਾ ਸਿੰਘ ਜਦੋਂ ਮੈਦਾਨੇ ਜੰਗ ਦੇ ਵਿੱਚ ਲੜਦਾ ਆ, ਉਹ ਇੱਕ ਪਹਾੜ ਦੀ ਤਰ੍ਹਾਂ ਖਲੋ ਕੇ ਫਿਰ ਦੁਸ਼ਮਣ ਦੇ ਨਾਲ ਲੜਦਾ ਆ। ਅਤੇ ਸਰਦਾਰ ਜੱਸਾ ਸਿੰਘ ਦੇ ਜਿਹੜੀ ਬਾਡੀ ਸੀ ਉਸਦੇ ਉੱਪਰ ਤਕਰੀਬਨ ਕਹਿੰਦੇ 3 ਦਰਜਨਾਂ ਤੋਂ ਵੱਧ ਜਿਹੜੇ ਸੀ ਉਹ ਕਿਰਪਾਨਾਂ ਦੇ ਅਤੇ ਬੰਦੂਕਾਂ ਦੇ ਜ਼ਖਮ ਸੀ, ਸਿਰਫ ਉਹਨਾਂ ਦੀ ਬਾਡੀ ਦੇ ਅਗਲੇ ਹਿੱਸੇ 'ਤੇ ਸੀ। ਇਸਦਾ ਰੀਜ਼ਨ ਕੀ ਹੋਏਗਾ ਜੀ? ਉਹਨਾਂ ਦੇ ਕਹਿੰਦੇ ਪਿੱਠ ਪਿੱਛੇ ਇੱਕ ਵੀ ਵਾਰ ਨਹੀਂ ਸੀ ਹੈਗਾ, ਕੋਈ ਵੀ ਨਿਸ਼ਾਨ ਨਹੀਂ ਸੀ ਹੈਗਾ ਕਿਸੇ ਵੀ ਫੱਟ ਦਾ। ਕੀ ਰੀਜ਼ਨ ਹੋ ਸਕਦਾ ਜੀ ਇਹਦਾ? ਕਿਉਂਕਿ ਮੈਦਾਨ ਛੱਡ ਕੇ ਕਦੀ ਭੱਜੇ ਨਹੀਂ, ਕਿਉਂਕਿ ਜਦੋਂ ਪਿੱਠ 'ਤੇ ਵਾਰ ਕਦੋਂ ਲੱਗੇਗਾ? ਜਦੋਂ ਇਨਸਾਨ ਮੈਦਾਨ 'ਚੋਂ ਪਿੱਠ ਕਰਕੇ ਦੌੜੇਗਾ ਫਿਰ ਤੁਹਾਡੀ ਪਿੱਠ 'ਤੇ ਵਾਰ ਹੋਊਗਾ ਹਮੇਸ਼ਾ। ਜਿਹੜਾ ਇਨਸਾਨ ਕਦੀ ਪਿੱਠ 'ਤੇ ਵਾਰ ਖਾਊਗਾ ਇਹਦਾ ਮਤਲਬ ਆ ਕਦੀ ਨਾ ਕਦੀ ਉਸਨੇ ਮੈਦਾਨੇ ਜੰਗ ਦੇ ਵਿੱਚੋਂ ਪਿੱਠ ਕਿਨਾਰਾ ਕੀਤਾ ਹੋਊਗਾ। ਪਰ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਦੇ ਜਿਸਮ ਦੇ ਉੱਤੇ ਕੋਈ ਵੀ ਨਿਸ਼ਾਨ ਇਸ ਤਰ੍ਹਾਂ ਦਾ ਨਹੀਂ ਸੀ ਹੈਗਾ ਜਿਹੜਾ ਉਹਨਾਂ ਦੀ ਪਿੱਠ 'ਤੇ ਲੱਗਾ ਹੋਵੇ।
ਤੇ ਜਦੋਂ ਇੰਨੀ ਬਹਾਦਰੀ ਨੂੰ ਮੁਗਲਾਂ ਤੇ ਅਫਗਾਨਾਂ ਨੇ ਉਦੋਂ ਵੇਖਿਆ ਤੇ ਉਹਨਾਂ ਨੇ ਇੱਕ ਪਲੈਨਿੰਗ ਕਰਦੇ ਨੇ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਸਿੱਖਾਂ ਦਾ ਜਿਹੜਾ ਕਮਾਂਡਰ ਆ ਉਹਨੂੰ ਆਪਣੇ ਅਧੀਨ ਕੀਤਾ ਜਾਏ ਤੇ ਸਭ ਤੋਂ ਜਿਹੜਾ ਉਸ ਸਮੇਂ ਦਾ ਇੱਕ ਅਦੀਨਾ ਬੇਗ ਹਾਕਮ ਸੀ ਉਸਨੇ ਜੱਸਾ ਸਿੰਘ ਆਹਲੂਵਾਲੀਆ ਨੂੰ ਅਧੀਨ ਕਰਨ ਦੇ ਲਈ ਇੱਕ ਗੱਲਬਾਤ ਸ਼ੁਰੂ ਕੀਤੀ ਕਿ ਜੱਸਾ ਸਿੰਘ ਤੁਸੀਂ ਆ ਕੇ ਮੇਰੇ ਨਾਲ ਗੱਲਬਾਤ ਕਰੋ ਮੈਂ ਤੁਹਾਡੀ ਮੁਗਲ ਗਵਰਨਰ ਗਵਰਨਮੈਂਟ ਦੇ ਨਾਲ ਗੱਲਬਾਤ ਕਰਾ ਕੇ ਤੁਹਾਨੂੰ ਇੱਕ ਬੜੇ ਵੱਡੇ ਖਿੱਤੇ ਦਾ ਜਿਹੜਾ ਰਾਜਾ ਬਣਾ ਇਸਟੈਬਲਿਸ਼ ਕਰ ਦਿੰਦਾ ਕਹਿਣ ਤੋਂ ਭਾਵ ਕਿ ਮੁਗਲਾਂ ਨੇ ਖਰੀਦਣ ਦੀ ਕੋਸ਼ਿਸ਼ ਕਰ ਰਹੇ ਨੇ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੂੰ ਅਤੇ ਸਰਦਾਰ ਜੱਸਾ ਸਿੰਘ ਜੀ ਨੇ ਅੱਗੋਂ ਜਵਾਬ ਦਿੱਤਾ ਕਹਿੰਦੇ ਅਦੀਨਾ ਬੇਗ ਕਹਿੰਦੇ ਸਾਨੂੰ ਜਿਹੜੀ ਬਾਦਸ਼ਾਹੀ ਆ ਪਰਮਾਤਮਾ ਨੇ ਅਤੇ ਸਾਡੇ ਗੁਰੂ ਨੇ ਤੁਰਦਰਗਾਹੋਂ ਬਖਸ਼ੀ ਆ ਅਸੀਂ ਇਹ ਜਿਹੜੀ ਬਾਦਸ਼ਾਹ ਤਾਂ ਕਿਸੇ ਵੀ ਸੰਸਾਰੀ ਬੰਦੇ ਤੋਂ ਨਹੀਂ ਲਵਾਂਗੇ ਜਿਸ ਦੀ ਬਖਸ਼ਿਸ਼ ਸਾਡੇ ਗੁਰੂ ਨੇ ਕੀਤੀ ਹੋਏਗੀ ਅਸੀਂ ਇਸ ਨੂੰ ਮੈਦਾਨੇ ਜੰਗ ਦੇ ਵਿੱਚ ਆਪ ਜਾ ਕੇ ਜੇ ਸਾਡੇ ਵਿੱਚ ਦਮ ਹੋਏਗਾ ਤਾਂ ਅਸੀਂ ਆਪਣਾ ਰੋਲ ਜਿਹੜਾ ਆ ਉਹ ਸਟੈਬਲਿਸ਼ ਕਰ ਲਵਾਂਗੇ ਸਾਨੂੰ ਮੁਗਲਾਂ ਦੇ ਨਾਲ ਸਾਨੂੰ ਅਫਗਾਨਾਂ ਦੇ ਨਾਲ ਸਮਝੌਤਾ ਕਰਨ ਦੀ ਕੋਈ ਲੋੜ ਨਹੀਂ ਹੈਗੀ ਤਾਂ ਉਸ ਤੋਂ ਬਾਅਦ ਇਕੱਲਾ ਅਦੀਨਾ ਬੇਗ ਨਹੀਂ ਅਹਿਮਦ ਸ਼ਾਹ ਅਬਦਾਲੀ ਵੀ ਜੱਸਾ ਸਿੰਘ ਦੇ ਨਾਲ ਨੈਗੋਸ਼ੀਏਟ ਕਰਨ ਦੀ ਕੋਸ਼ਿਸ਼ ਕਰਦਾ ਅਤੇ ਅਹਿਮਦ ਸ਼ਾਹ ਅਬਦਾਲੀ ਦੀ ਜਿਹੜੀ ਆ ਹਕੂਮਤ ਨੂੰ ਇੰਡੀਆ ਦੀਆਂ ਵੱਡੀਆਂ ਵੱਡੀਆਂ ਜਿਹੜੀਆਂ ਤਾਕਤਾਂ ਸੀ ਉਹ ਸਵੀਕਾਰ ਕਰ ਚੁੱਕੀਆਂ ਸਨ ਸਭ ਤੋਂ ਪਹਿਲਾਂ ਅਸੀਂ ਜਿਵੇਂ ਡਿਸਕਸ ਕੀਤਾ ਸੀ ਕਿ ਉਸਨੇ ਮਰਾਠਿਆਂ ਨੂੰ 1761 ਦੇ ਵਿੱਚ ਪਾਣੀਪਤ ਦੀ ਤੀਜੀ ਲੜਾਈ ਦੇ ਵਿੱਚ ਹਰਾਇਆ ਸੀ ਮਰਾਠੇ ਉਸ ਸਮੇਂ ਬੜੀ ਵੱਡੀ ਤਾਕਤ ਸਨ ਜੰਮੂ ਦੇ ਰਾਜਿਆਂ ਨੇ ਗੜਵਾਲ ਦੇ ਰਾਜਿਆਂ ਨੇ ਹਿਮਾਚਲ ਦੇ ਜਿੰਨੇ ਵੀ ਹਿਲ ਚੀਫ ਸੀ ਉਹਨਾਂ ਨੇ ਅਹਿਮਦ ਸ਼ਾਹ ਅਬਦਾਲੀ ਦੀ ਅਧੀਨਤਾ ਸਵੀਕਾਰ ਕੀਤੀ ਸੀ ਅਤੇ ਸਰ ਉਹ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੂੰ ਵੀ ਆਪਣੇ ਅਧੀਨ ਕਰਨਾ ਚਾਹੁੰਦਾ ਸੀ ਜਿਵੇਂ ਅਦੀਨਾ ਬੇਗ ਨੇ ਉਸਨੂੰ ਇੱਕ ਗੱਲਬਾਤ ਦੇ ਰਾਹੀਂ ਆਪਣੇ ਅੰਡਰ ਕੋਸ਼ਿਸ਼ ਕਰਨ ਕੀਤੀ ਸੀ ਅਤੇ ਇਸ ਤਰ੍ਹਾਂ ਹੀ ਸਰਦਾਰ ਜੱਸਾ ਸਿੰਘ ਨੂੰ ਵੀ ਅਹਿਮਦ ਸ਼ਾਹ ਅਬਦਾਲੀ ਨੇ ਆਪਣੇ ਅੰਦਰ ਕਰਨ ਦੀ ਕੋਸ਼ਿਸ਼ ਕੀਤੀ ਅਤੇ ਅਹਿਮਦ ਸਰਦਾਰ ਜੱਸਾ ਸਿੰਘ ਦਾ ਜਿਹੜਾ ਜਵਾਬ ਸੀ ਉਹ ਬਿਲਕੁਲ ਉਹੀ ਸੀ ਜੋ ਉਹਨਾਂ ਨੇ ਅਦੀਨਾ ਬੇਗ ਨੂੰ ਦਿੱਤਾ ਕਿ ਜੇ ਪਰਮਾਤਮਾ ਨੇ ਸਾਡੀ ਕਿਸਮਤ ਦੇ ਵਿੱਚ ਰਾਜ ਲਿਖਿਆ ਹੋਏਗਾ ਸਾਡੇ ਗੁਰੂ ਦੀ ਬਖਸ਼ਿਸ਼ ਹੋਏਗੀ ਅਸੀਂ ਇਹ ਰਾਜ ਆਪਣਾ ਆਪ ਸਥਾਪਿਤ ਕਰਾਂਗੇ ਆਪਣੇ ਗੁਰੂ ਦੀ ਕਿਰਪਾ ਦੇ ਨਾਲ ਇਹ ਸੀ ਉਹਨਾਂ ਦਾ ਰਾਜਨੀਤਿਕ ਜੀਵਨ ਇਸ ਤੋਂ ਬਾਅਦ ਜਦੋਂ ਮੈਂ ਦੇਖਦਾ ਜੀ ਉਹਨਾਂ ਦੇ ਜੀਵਨ ਬਾਰੇ ਤਾਂ ਬਹੁਤ ਸਾਰੇ ਹੋਰ ਵੀ ਗੁਣ ਸੀ ਇਕੱਲੇ ਉਹ ਸਿੱਖ ਕੌਮ ਦੀ ਹਿਫਾਜ਼ਤ ਨਹੀਂ ਸੀ ਕੀਤੀ ਉਹਨਾਂ ਨੇ ਆਪਣੇ ਜੀਵਨ ਦੇ ਵਿੱਚ ਉਹਨਾਂ ਨੇ ਜੇ ਕਿਸੇ ਗਵਾਂਢੀ ਦੇਸ਼ ਨੇ ਜਾਂ ਗਵਾਂਢੀ ਜਿਹੜੀ ਉਸਦੀ ਰਾਜਨੀਤਿਕ ਸੱਤਾ ਸੀ ਉਸਨੇ ਵੀ ਜੇ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਤੋਂ ਮਦਦ ਮੰਗੀ ਤਾਂ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੇ ਹਮੇਸ਼ਾ ਉਹਨਾਂ ਦੀ ਮਦਦ ਕੀਤੀ ਉਹਨਾਂ ਵਿੱਚੋਂ ਸਭ ਤੋਂ ਪਹਿਲਾਂ ਸੀ ਦੀਵਾਨ ਕੌੜਾ ਮੱਲ ਜੀ ਆਹ ਤਸਵੀਰ ਤੁਸੀਂ ਦੇਖ ਸਕਦੇ ਹੋ ਜੀ ਕੌਣ ਪਛਾਣ ਸਕਦੇ ਕੌਣ ਨੇ ਹੋਰ ਕੋਈ ਜੀ ਹਾਂਜੀ ਭਾਈ ਵੀਰ ਸਿੰਘ ਜਿਹੜੇ ਭਾਈ ਵੀਰ ਸਿੰਘ ਸੀ ਇਹਨਾਂ ਦਾ ਜਿਹੜਾ ਸੰਬੰਧ ਸੀ 18ਵੀਂ ਸਦੀ ਦੇ ਇੱਕ ਬੜੀ ਮਹਾਨ ਸ਼ਖਸੀਅਤ ਦੀਵਾਨ ਕੌੜਾ ਮੱਲ ਨਾਲ ਸੀ ਦੀਵਾਨ ਕੌੜਾ ਮੱਲ ਸੀ ਜਿਹੜੇ ਮੁਗਲਾਂ ਦੀ ਗੌਰਮੈਂਟ ਦੇ ਵਿੱਚ ਦੀਵਾਨ ਦੇ ਅਹੁਦੇ 'ਤੇ ਸਨ ਅਤੇ ਸਿੱਖਾਂ ਨਾਲ ਇਹਨਾਂ ਦੀ ਬੜੀ ਖਾਸ ਹਮਦਰਦੀ ਸੀ ਕਿਸੇ ਵੀ ਤਰੀਕੇ ਦੇ ਨਾਲ ਇਹ ਸਿੱਖ ਕੌਮ ਨੂੰ ਬਚਾਉਣਾ ਚਾਹੁੰਦੇ ਸੀ ਮੁਗਲਾਂ ਦੇ ਅਤਿਆਚਾਰ ਤੋਂ ਅਫਗਾਨਾਂ ਦੇ ਅਤਿਆਚਾਰ ਤੋਂ ਤਾਂ ਉਸ ਸਮੇਂ ਜ਼ਕਰੀਆ ਖਾਨ ਦਾ ਜਿਹੜਾ ਛੋਟਾ ਪੁੱਤਰ ਸੀ ਸ਼ਾਹ ਨਵਾਜ਼ ਖਾਨ ਇਹ ਅਗੇਂਸਟ ਹੋ ਜਾਂਦਾ ਮੁਗਲ ਹਕੂਮਤ ਦੇ ਅਤੇ ਅਬਦਾਲੀ ਦੀ ਜਿਹੜੀ ਹਕੂਮਤ ਆ ਉਹਨੂੰ ਸਵੀਕਾਰ ਕਰ ਲੈਂਦਾ ਅਤੇ ਮੁਲਤਾਨ ਨੂੰ ਆਪਣੇ ਅਧੀਨ ਕਰ ਲੈਂਦਾ ਹੈ ਅਤੇ ਜਿਹੜੇ ਦੀਵਾਨ ਕੌੜਾ ਮੱਲ ਸੀ ਉਹਨਾਂ ਨੂੰ ਪਤਾ ਸੀ ਕਿ ਇਸ ਵੇਲੇ ਜੋ ਕੋਈ ਹਿਫਾਜ਼ਤ ਕਰ ਸਕਦਾ ਮੁਲਤਾਨ ਨੂੰ ਜਿੱਤ ਸਕਦਾ ਅਤੇ ਉਹ ਸਿੱਖ ਕੌਮ ਦੀ ਮਦਦ ਤੋਂ ਬਗੈਰ ਨਹੀਂ ਜਿੱਤਿਆ ਜਾ ਸਕਦਾ ਇਸ ਲਈ ਉਹ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੂੰ ਬੇਨਤੀ ਕਰਦੇ ਨੇ ਕਿ ਆ ਕੇ ਸਾਡੀ ਇਸ ਜੰਗ ਦੇ ਵਿੱਚ ਸਹਾਇਤਾ ਕੀਤੀ ਜਾਏ ਅਤੇ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਜਾ ਕੇ ਦੀਵਾਨ ਕੌੜਾ ਮੱਲ ਦੀ ਹੈਲਪ ਕਰਦੇ ਨੇ ਅਤੇ ਤੁਸੀਂ ਇਹ ਵੇਖਣਾ ਕਿ ਹੁਣ ਮੁਲਤਾਨ ਪਾਕਿਸਤਾਨ ਦੇ ਵਿੱਚ ਹੈ ਜੀ ਅੱਜ ਠੀਕ ਹੈ ਜੀ ਮੈਂ ਕਿਉਂਕਿ ਇਸ ਪਾਸੇ ਵੀ ਇੰਡੀਆ ਦੇ ਵਿੱਚ ਕਿਹੜੀਆਂ ਕਿਹੜੀਆਂ ਹਕੂਮਤਾਂ ਦੀ ਉਹਨਾਂ ਨੇ ਮਦਦ ਕੀਤੀ ਉਹ ਫਿਰ ਤੁਹਾਨੂੰ ਪਤਾ ਲੱਗੇਗਾ ਇੱਕ ਪਾਸੇ ਮੁਲਤਾਨ ਆ ਦੂਜੇ ਪਾਸੇ ਹਿਮਾਚਲ ਦੀਆਂ ਰਿਆਸਤਾਂ ਨੇ ਤੀਜੇ ਪਾਸੇ ਜਿਹੜੇ ਗੜਵਾਲੀ ਰਾਜੇ ਨੇ ਅੱਜ ਕੱਲ੍ਹ ਉੱਤਰਾਖੰਡ ਦੇ ਵਿੱਚ ਅਤੇ ਚੌਥੇ ਪਾਸੇ ਉਹ ਰਾਜਸਥਾਨ ਦੇ ਜਿਹੜੇ ਭਰਤਪੁਰ ਦੇ ਜਾਟ ਸੀ ਕਿੰਨਾ ਵੱਡਾ ਏਰੀਆ ਸੀ ਜਿੱਥੇ ਸਰਦਾਰ ਜੱਸਾ ਸਿੰਘ ਅਤੇ ਖਾਲਸਾ ਦਲ ਜਿਹੜਾ ਜਾ ਕੇ ਵੱਖ ਵੱਖ ਰਾਜਿਆਂ ਦੀ ਮਦਦ ਕਰਦਾ ਰਿਹਾ ਹੋਵੇਗਾ ਅਤੇ ਇਸ ਲੜਾਈ ਦੇ ਵਿੱਚ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੇ ਸ਼ਾਹ ਨਵਾਜ਼ ਖਾਨ ਨੂੰ ਮੌਤ ਦੇ ਘਾਟ ਉਤਾਰਿਆ ਅਤੇ ਦੀਵਾਨ ਕੌੜਾ ਮੱਲ ਨੂੰ ਇਸ ਦੇ ਵਿੱਚ ਜਿੱਤ ਪ੍ਰਾਪਤ ਹੁੰਦੀ ਹੈ ਅਤੇ ਉਹਨਾਂ ਨੂੰ ਇਸਦਾ ਮੁਲਤਾਨ ਦਾ ਗਵਰਨਰ ਵੀ ਬਣਾਇਆ ਜਾਂਦਾ ਹੈ ਤਾਂ ਇਸ ਤੋਂ ਜਿਹੜੀ ਅਗਲੀ ਸੀ ਕਿ ਅਨੰਦਪੁਰ ਸਾਹਿਬ ਦੇ ਵਿੱਚ ਖਾਲਸਾ ਦਲ ਸਰਦਾਰ ਜੱਸਾ ਸਿੰਘ ਅਗਵਾਈ ਦੇ ਹੇਠ ਰਹਿ ਰਿਹਾ ਸੀ ਤਾਂ ਉਸ ਸਮੇਂ ਜਿਹੜਾ ਮੀਰ ਮੰਨੂ ਆ ਉਸਦੇ ਜਿਹੜੇ ਸਿਪਾਹੀ ਸੀ ਉਹ ਪਹਾੜੀ ਰਾਜਿਆਂ ਕੋਲੋਂ ਜ਼ਬਰਦਸਤੀ ਜਿਹੜਾ ਟੈਕਸ ਸੀ ਉਹ ਇਕੱਠਾ ਕਰ ਰਹੇ ਸਨ
ਤਾਂ ਉਹਨਾਂ ਨੂੰ ਪਤਾ ਲੱਗਾ ਕਿ ਇਸ ਵੇਲੇ ਜਿਹੜਾ ਖਾਲਸਾ ਦਲ ਆ ਆਨੰਦਪੁਰ ਸਾਹਿਬ ਵਿਖੇ ਰਹਿ ਰਿਹਾ ਪਹਾੜੀ ਰਾਜੇ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਕੋਲ ਆਪਣਾ ਵਕੀਲ ਭੇਜਦੇ ਨੇ ਕਿ ਸਾਡੀ ਕਿਸੇ ਵੀ ਤਰੀਕੇ ਨਾਲ ਮਦਦ ਕੀਤੀ ਜਾਏ ਅਤੇ ਸਾਨੂੰ ਮੁਗਲਾਂ ਤੋਂ ਨਿਜਾਤ ਦਵਾਈ ਜਾਏ, ਇਹਨਾਂ ਤੋਂ ਖਹਿੜਾ ਛੁਟਵਾਇਆ ਜਾਏ। ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੇ ਨਦੌਨ ਦੇ ਮੈਦਾਨ ਦੇ ਵਿੱਚ ਮੀਰ ਮੰਨੂ ਦੀ ਜਿਹੜੀ ਮੁਗਲ ਸੈਨਾ ਸੀ ਉਸਨੂੰ ਹਰਾ ਕੇ ਜਿੱਤ ਪ੍ਰਾਪਤ ਕੀਤੀ। ਇੱਕ ਪਾਸੇ ਮੁਲਤਾਨ, ਹੁਣ ਦੂਸਰੇ ਪਾਸੇ ਨਦੌਨ ਹਿਮਾਚਲ ਦੇ ਵਿੱਚ ਆਪਾਂ ਆ ਚੁੱਕੇ ਹਾਂ। ਅਤੇ ਜਿਹੜੀ ਸਭ ਤੋਂ ਮੈਨੂੰ ਅਹਿਮ ਗੱਲ ਲੱਗੀ ਕਿ ਸਿੱਧੇ ਰਾਜਸਥਾਨ ਦੇ ਵਿੱਚ ਜਿਹੜੇ ਭਰਤਪੁਰ ਦੇ ਜਾਟ ਸੀ ਉਹਨਾਂ ਦੀ ਆਪਸ ਦੇ ਵਿੱਚ ਜਿਹੜੀਆਂ ਉਹਨਾਂ ਦੀਆਂ ਨੇਬਰਹੁੱਡ ਜਿਹੜੀਆਂ ਪਾਵਰ ਸਨ ਉਹਨਾਂ ਦੇ ਨਾਲ ਬੜਾ ਕਨਫਲਿਕਟ ਚੱਲਦਾ ਸੀ। ਅਤੇ ਉਹਨਾਂ ਦੇ ਵਿੱਚ ਸੀ ਇੱਕ ਨਿਜ਼ਾਬੂਦੀਨ ਔਲਾ। ਨਿਜ਼ਾਬੂਦੀਨ ਔਲਾ ਦਾ ਅਹਿਮਦ ਸ਼ਾਹ ਅਬਦਾਲੀ ਦੇ ਨਾਲ ਵੀ ਬੜਾ ਪਿਆਰ ਸੀ। ਇਹ ਬੜਾ ਕਹਿ ਲਓ ਕਿ ਜਿਹੜਾ ਮੌਕਾ ਪ੍ਰਸਤ ਇਨਸਾਨ ਹੁੰਦਾ ਉਸ ਤਰ੍ਹਾਂ ਦਾ ਵਿਅਕਤੀ ਸੀ। ਇਸਨੇ ਪਹਿਲਾਂ ਮੁਗਲਾਂ ਦੇ ਨਾਲ ਉਹਨਾਂ ਦੀ ਹਕੂਮਤ ਦੇ ਵਿੱਚ ਵੱਡੇ ਅਹੁਦੇ ਪ੍ਰਾਪਤ ਕੀਤੇ ਅਤੇ ਫਿਰ ਜਦੋਂ ਅਹਿਮਦ ਸ਼ਾਹ ਅਬਦਾਲੀ ਨੇ ਹਮਲੇ ਸ਼ੁਰੂ ਕੀਤੇ ਇੰਡੀਆ ਦੇ ਉੱਤੇ ਤਾਂ ਇਹਨੇ ਫਿਰ ਆਪਣਾ ਜਿਹੜਾ ਸੰਬੰਧ ਸੀ ਅਹਿਮਦ ਸ਼ਾਹ ਅਬਦਾਲੀ ਦੇ ਨਾਲ ਜੋੜ ਲਿਆ। ਤਾਂ ਉਸਨੇ ਜਿਹੜੇ ਭਰਤਪੁਰ ਦੀ ਹੈਗੀ ਸੀ ਸਿਆਸਤ, ਭਰਤਪੁਰ ਦਾ ਜਿਹੜਾ ਰਾਜ ਸੀ ਉੱਥੋਂ ਦੇ ਰਾਜੇ ਨੂੰ ਮਾਰਨ ਤੋਂ ਬਾਅਦ ਉਸਨੂੰ ਆਪਣੇ ਅਧੀਨ ਕਰਨ ਦੀ ਕੋਸ਼ਿਸ਼ ਕੀਤੀ। ਅਤੇ ਜਿਹੜਾ ਭਰਤਪੁਰ ਦਾ ਰਾਜਾ ਸੀ ਜਵਾਹਰ ਸਿੰਘ ਉਸਨੇ ਸਰਦਾਰ ਜੱਸਾ ਸਿੰਘ ਕੋਲ ਆਪਣਾ ਵਕੀਲ ਭੇਜਿਆ ਕਿ ਕਿਸੇ ਤਰੀਕੇ ਦੇ ਨਾਲ ਖਾਲਸਾ ਦਲ ਉਸਦੀ ਮਦਦ ਕਰੇ। ਅਤੇ ਸਰਦਾਰ ਜੱਸਾ ਸਿੰਘ ਨੇ ਉਦੋਂ ਜਿਹੜੀ ਸਟਰੈਟਜੀ ਅਡੋਪਟ ਕੀਤੀ ਕਿ ਅਸੀਂ ਭਰਤਪੁਰ ਦੇ ਉੱਤੇ ਅਟੈਕ ਨਹੀਂ ਕਰਨਾ, ਅਸੀਂ ਨਿਜ਼ਾਬੂਦੀਨ ਦੌਲਾ ਦੇ ਨਾਲ ਨਹੀਂ ਲੜਨਾ ਜਾ ਕੇ, ਕਿਉਂਕਿ ਆਪਣੀ ਰਿਆਸਤ ਤੋਂ ਬਾਹਰ ਉਹ ਆ ਕੇ ਭਰਤਪੁਰ ਉੱਤੇ ਅਟੈਕ ਕਰ ਰਿਹਾ ਆ, ਇਸ ਲਈ ਅਸੀਂ ਨਿਜ਼ਾਬੂਦੀਨ ਦੌਲਾ ਦੀ ਰਿਆਸਤ 'ਤੇ ਜਾ ਕੇ ਅਟੈਕ ਕਰਾਂਗੇ। ਸਮਝ ਲੱਗੀ ਜੀ ਮੇਰੇ ਪੁਆਇੰਟ ਦੀ? ਕਿ ਅਸੀਂ ਭਰਤਪੁਰ ਨਹੀਂ ਜਾਵਾਂਗੇ, ਜਿੱਥੇ ਨਿਜ਼ਾਬੂਦੀਨ ਦੌਲਾ ਦੀ ਹਕੂਮਤ ਆ ਅਸੀਂ ਉੱਥੇ ਜਾ ਕੇ ਅਟੈਕ ਕਰਾਂਗੇ। ਅਤੇ ਸਿੱਖ ਜਿਹੜੇ ਸਾਰੇ ਜਿਹੜੇ ਨੇ ਯੂਪੀ ਦੇ ਏਰੀਏ ਦੇ ਵਿੱਚ ਨਿਜ਼ਾਬੂਦੀਨ ਦੌਲਾ ਦੀ ਹਕੂਮਤ ਸੀ ਉੱਥੇ ਜਾ ਕੇ ਉਹਦੀਆਂ ਵੱਖਰੀਆਂ ਵੱਖਰੀਆਂ ਥਾਵਾਂ ਦੇ ਉੱਤੇ ਸਾਰੀਆਂ ਆਪਣੇ ਅਧੀਨ ਕਰ ਲੈਂਦੇ ਨੇ। ਅਤੇ ਨਿਜ਼ਾਬੂਦੀਨ ਦੌਲਾ ਨੂੰ ਮਜਬੂਰਨ ਭਰਤਪੁਰ ਦੇ ਉੱਤੋਂ ਆਪਣਾ ਕਬਜ਼ਾ ਚੜ੍ਹਨਾ ਪੈ ਜਾਂਦਾ ਕਿ ਮੇਰੇ ਕੋਲ ਤਾਂ ਆਪਣਾ ਘਰ ਨਹੀਂ ਸਾਂਭਿਆ ਗਿਆ। ਅਤੇ 11 ਲੱਖ ਰੁਪਈਆ ਉਹਨਾਂ ਦਿਨਾਂ ਦੇ ਵਿੱਚ ਖਾਲਸਾ ਸੈਨਾ ਨੂੰ ਦੇ ਕੇ ਆਪਣੀ ਜਾਨ ਛੁਡਾਉਂਦਾ ਉਹਨਾਂ ਦੇ ਕੋਲ। ਇੱਕ ਪਾਸੇ ਮੁਲਤਾਨ, ਦੂਸਰੇ ਪਾਸੇ ਹਿਮਾਚਲ ਪ੍ਰਦੇਸ਼, ਗੜਵਾਲ ਅਤੇ ਰਾਜਸਥਾਨ। ਜ਼ਰਾ ਮੈਪ 'ਤੇ ਕਦੀ ਵੀ ਜਾ ਕੇ ਇਹਨੂੰ ਗੂਗਲ 'ਤੇ ਸਰਚ ਕਰਕੇ ਦੇਖਣਾ ਕਿ ਕਿੰਨਾ ਵੱਡਾ ਏਰੀਆ ਬਣ ਜਾਂਦਾ ਜਿੱਥੇ ਜਾ ਕੇ ਸਿੱਖ ਦੂਸਰੀਆਂ ਸਿਆਸਤਾਂ ਦੀ ਮਦਦ ਕਰ ਰਹੇ ਸੀ। ਹੁਣ ਇੱਕ ਗੱਲ ਬੜੀ ਸਿੱਖ ਬੜੇ ਫਖਰ ਨਾਲ ਬੋਲਦੇ ਨੇ ਕਿ ਜਦੋਂ ਅਹਿਮਦ ਸ਼ਾਹ ਅਬਦਾਲੀ ਹਮਲੇ ਕਰਦਾ ਰਿਹਾ ਇੰਡੀਆ ਦੇ ਉੱਤੇ ਤਾਂ ਜਿਹੜੀਆਂ ਭਾਰਤੀ ਲੋਕਾਂ ਦੀਆਂ ਬਹੁ ਬੇਟੀਆਂ ਹੁੰਦੀਆਂ ਸੀ ਉਹ ਨਾਲ ਚੁੱਕ ਕੇ ਲੈ ਜਾਂਦਾ ਸੀ। ਸੁਣੀ ਹੋਏਗੀ ਸਾਰਿਆਂ ਨੇ ਇਹ ਗੱਲ ਆਮ। ਤਾਂ ਇੱਕ ਦਫ਼ਾ ਉਸਨੇ ਆਪਣੇ ਹਮਲੇ ਦੇ ਵਿੱਚ 2200 ਦੇ ਕਰੀਬ ਜਿਹੜੀਆਂ ਸੀ ਭਾਰਤੀ ਔਰਤਾਂ ਨੂੰ ਚੁੱਕ ਲਿਆ। ਤਾਂ ਉਸ ਸਮੇਂ ਜਿਹੜੀਆਂ ਦੂਜੀਆਂ ਪਾਵਰ ਸਨ ਇੰਡੀਆ ਦੇ ਵਿੱਚ ਜਿਨ੍ਹਾਂ ਦੇ ਵਿੱਚੋਂ ਰਾਜਸਥਾਨ ਦੇ ਰਾਜੇ ਮਰਹੱਟੇ ਅਤੇ ਭਰਤਪੁਰ ਇਹ ਸਾਰੇ ਜਿਉਂਦੇ ਸਨ ਹਜੇ ਅਤੇ ਸਾਰੇ ਆਪਣੇ ਆਪ ਨੂੰ ਸੂਰਮੇ ਅਤੇ ਰਾਜੇ ਕਹਾਉਂਦੇ ਸਨ। ਕਿਸੇ ਦੇ ਵਿੱਚ ਜ਼ਰੂਰਤ ਨਹੀਂ ਪਈ ਕਿ ਜਾ ਕੇ ਉਹਨਾਂ ਨੂੰ ਛਡਾ ਸਕਣ। ਪੰਜਾਬੀ 'ਤੇ ਇੱਕ ਕਹਾਵਤ ਆ ਕਿ ਬਿੱਲੀ ਦੇ ਗੱਲ ਟੱਲੀ ਕੌਣ ਬੰਨੇ, ਕਹਿਣ ਤੋਂ ਬਾਅਦ ਆਪਣੇ ਆਪ ਨੂੰ ਮੌਤ ਦੇ ਮੂੰਹ ਦੇ ਵਿੱਚ ਕਿਹੜਾ ਪਾਏ ਅਬਦਾਲੀ ਦੇ ਨਾਲ ਲੜਨ ਦੇ ਲਈ। ਤਾਂ ਉਸ ਸਮੇਂ ਵਿਸਾਖੀ ਦਾ ਦਿਹਾੜਾ ਸੀ, ਕੁਝ ਜਿਹੜੇ ਪਰਿਵਾਰ ਨੇ ਉਹ ਆ ਕੇ ਸਰਦਾਰ ਜੱਸਾ ਸਿੰਘ ਨੂੰ ਅਕਾਲ ਤਖਤ ਸਾਹਿਬ ਦੇ ਉੱਤੇ ਬੇਨਤੀ ਕਰਦੇ ਨੇ ਕਿ ਅਹਿਮਦ ਸ਼ਾਹ ਅਬਦਾਲੀ ਸਾਡੀਆਂ ਜਿਹੜੀਆਂ ਬਹੁ ਬੇਟੀਆਂ ਉਹ ਲੈ ਕੇ ਜਾ ਰਿਹਾ ਕਿ ਸਾਡੇ 'ਤੇ ਕਿਰਪਾ ਕਰੋ ਉਹਨਾਂ ਨੂੰ ਛਡਾਇਆ ਜਾਏ। ਖਾਲਸਾ ਦਲ ਉਦੋਂ ਆਪਣੇ ਆਪ ਨੂੰ ਪੂਰਾ ਜ਼ੋਖਮ ਦੇ ਵਿੱਚ ਪਾ ਕੇ ਗੋਇੰਦਵਾਲ ਸਾਹਿਬ ਦੇ ਕੋਲ ਜਾ ਕੇ ਅਬਦਾਲੀ ਦੇ ਰਸਤੇ ਰੋਕੇ ਜਾਂਦੇ ਨੇ ਅਤੇ ਸਾਰੀਆਂ ਜਿੰਨੀਆਂ ਵੀ ਔਰਤਾਂ ਸਨ ਉਹਨਾਂ ਨੂੰ ਛਡਾਇਆ ਜਾਂਦਾ। ਛਡਾਉਣ ਤੋਂ ਬਾਅਦ ਉਹਨਾਂ ਨੂੰ ਇੱਜ਼ਤ ਦੇ ਨਾਲ ਉਹਨਾਂ ਦੇ ਘਰਾਂ ਵਿੱਚ ਪਹੁੰਚਾਇਆ ਜਾਂਦਾ। ਈਵਨ ਕਿ ਦੱਸਦੇ ਨੇ ਕਿ ਉਹਨਾਂ ਨੂੰ ਰਸਤੇ ਵਿੱਚ ਖਰਚਣ ਦੇ ਲਈ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੇ ਆਪਣੇ ਕੋਲੋਂ ਪੈਸੇ ਵੀ ਦਿੱਤੇ ਜਿਹੜੇ ਆਪਣੇ ਤੌਰ ਦੇ ਉੱਤੇ ਖੁਦ ਵਾਪਸ ਤੁਰ ਕੇ ਜਾਣਾ ਚਾਹੁੰਦੇ ਸੀ। ਇਹ ਸਿੱਖਾਂ ਦਾ ਕਰੈਕਟਰ ਸੀ ਉਸ ਸਮੇਂ ਦਾ, ਜਿਹੜੇ ਸਿਰਫ ਆਪਣੀ ਹਿਫਾਜ਼ਤ ਨਹੀਂ ਸੀ ਕਰਦੇ, ਪੋਲੀਟੀਕਲ ਪਾਵਰਸ ਨੂੰ ਵੀ ਬਚਾਉਂਦੇ ਨੇ ਕਿ ਉਸ ਦੇਸ਼ ਦੀ ਜਿੱਥੇ ਉਹ ਰਹਿ ਰਹੇ ਨੇ ਉਸ ਦੀ ਮਾਨ ਮਰਿਆਦਾ ਨੂੰ ਵੀ ਉਹਨਾਂ ਨੇ ਬਰਕਰਾਰ ਰੱਖਿਆ। ਉਸ ਮਾਨ ਮਰਿਆਦਾ ਨੂੰ ਬਚਾਉਣ ਦੇ ਲਈ ਵੱਡੀ ਭੂਮਿਕਾ ਨਿਭਾਈ ਉਹਨਾਂ। ਅਤੇ ਜਿਹੜਾ ਸਭ ਤੋਂ ਇੰਪੋਰਟੈਂਟ ਕੰਮ ਸੀ ਉਹਨਾਂ ਦੀ ਲਾਈਫ ਦਾ ਕਿ ਜਿਹੜੀ ਮਿਸਲ ਰੂਲ ਦੀ ਜਦੋਂ ਇਸਟੈਬਲਿਸ਼ਮੈਂਟ ਹੁੰਦੀ ਆ ਅਤੇ ਜਦੋਂ ਸਿੱਖ ਸਰਦਾਰਾਂ ਨੇ ਵੱਖਰੇ ਵੱਖਰੇ ਇਲਾਕੇ ਜਿੱਤਣੇ ਸ਼ੁਰੂ ਕੀਤੇ ਸੀ ਉਹਨਾਂ ਇਲਾਕਿਆਂ ਦਾ ਜਿਹੜਾ ਪ੍ਰੋਪਰ ਰਿਕਾਰਡ ਸੀ ਉਹ ਸਰਦਾਰ ਜੱਸਾ ਸਿੰਘ ਨੇ ਨੋਟ ਕਰਨਾ ਸ਼ੁਰੂ ਕੀਤਾ ਸੀ, ਕਿਉਂਕਿ ਉਹਨਾਂ ਦੇ ਮਨ ਦੇ ਵਿੱਚ ਇੱਕ ਗੱਲ ਸੀ ਕਿ ਕੱਲ੍ਹ ਨੂੰ ਜਦੋਂ ਇਹਨਾਂ ਨੇ ਆਪਣੇ ਰੂਲ ਇਸਟੈਬਲਿਸ਼ ਕਰ ਲਏ ਅਤੇ ਬਾਅਦ ਵਿੱਚ ਇਹਨਾਂ ਦੇ ਵਿੱਚ ਹੋ ਸਕਦਾ ਲੜਾਈਆਂ ਸ਼ੁਰੂ ਹੋ ਜਾਣ ਕਿ ਇਹ ਇਲਾਕਾ 'ਤੇ ਮੈਂ ਜਿੱਤਿਆ ਸੀ, ਇਹ ਇਲਾਕਾ 'ਤੇ ਮੈਂ ਜਿੱਤਿਆ ਸੀ,
ਇਸ ਕਰਕੇ ਉਹਨਾਂ ਦੇ ਆਪਸੀ ਕਨਫਲਿਕਟ ਨੂੰ ਖਤਮ ਕਰਨ ਦੇ ਲਈ ਸਰਦਾਰ ਜੱਸਾ ਸਿੰਘ ਨੇ ਜਿਹੜਾ ਉਹਨਾਂ ਦਾ ਅਫੀਸ਼ੀਅਲ ਰਿਕਾਰਡ ਸੀ ਸਭ ਤੋਂ ਪਹਿਲਾਂ ਉਹ ਰੱਖਣਾ ਸ਼ੁਰੂ ਕੀਤਾ। ਉਸ ਦਾ ਦੂਜਾ ਰੀਜ਼ਨ ਇਹ ਵੀ ਸੀ ਕਿ ਜਿੰਨੇ ਵੀ ਸਿੱਖ ਸਰਦਾਰ ਸਨ 12 ਮਿਸਲਾਂ ਦੇ ਵਿੱਚੋਂ ਉਹਨਾਂ ਦੇ ਵਿੱਚੋਂ ਕੇਵਲ ਸਰਦਾਰ ਜੱਸਾ ਸਿੰਘ ਹੀ ਪੜ੍ਹੇ ਲਿਖੇ ਸਨ, ਬਾਕੀ ਕਿਸੇ ਵੀ, ਕਿਉਂਕਿ ਉਦੋਂ ਟਾਈਮ ਇਸ ਤਰ੍ਹਾਂ ਦਾ ਸੀ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਦਿੱਲੀ ਦੇ ਵਿੱਚ ਰਹਿ ਕੇ ਪਰਸ਼ੀਅਨ ਅਤੇ ਉਰਦੂ ਜਿਹੜੀਆਂ ਦੂਜੀਆਂ ਲੈਂਗੁਏਜ ਸੀ ਉਹ ਸਿੱਖ ਆਏ ਸੀ, ਅਤੇ ਜਿਹੜੇ ਸਰਦਾਰ ਪੰਜਾਬ ਦੇ ਵਿੱਚ ਰਹਿ ਕੇ ਪਲਦੇ ਨੇ ਉਹਨਾਂ ਕੋਲ ਪੜ੍ਹਨ ਦਾ ਟਾਈਮ ਨਹੀਂ ਸੀ ਹੈ, ਉਹ ਸੰਘਰਸ਼ ਦੇ ਵਿੱਚ ਸਾਰੇ ਬਿਜੀ ਸਨ। ਅਤੇ ਇਸ ਲਈ ਜਿਹੜੀ ਮਿਸਲ ਸ਼ਬਦ ਦੀ ਕਹਿ ਲਓ ਨਿਜ਼ਾਤ ਹੈ ਉਹ ਵੀ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੇ ਕੀਤੀ ਸੀ। ਉਸ ਤੋਂ ਬਾਅਦ ਜਦੋਂ ਮੁਲਤਾਨ ਕੌੜਾ ਮੱਲ ਦੀਵਾਨ ਕੌੜਾ ਮੱਲ ਦੀ ਮਦਦ ਕਰਨ ਦੇ ਲਈ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਜਾਂਦੇ ਨੇ ਤਾਂ ਉਸ ਦੇ ਅੱਗੇ ਇੱਕ ਸ਼ਰਤ ਰੱਖੀ ਜਾਂਦੀ ਆ ਕਿ ਜਦੋਂ ਅਸੀਂ ਇਸ ਮੈਦਾਨ ਦੇ ਵਿੱਚ ਫਤਿਹ ਪ੍ਰਾਪਤ ਕਰਾਂਗੇ ਉਸ ਤੋਂ ਬਾਅਦ ਜਿਹੜਾ ਦੀਵਾਨ ਕੌੜਾ ਮੱਲ ਆ ਉਹ ਗੁਰੂ ਨਾਨਕ ਪਾਤਸ਼ਾਹ ਦੀ ਯਾਦਗਾਰ ਦੇ ਵਿੱਚ ਜਿਹੜਾ ਗੁਰਦੁਆਰਾ ਬਾਲ ਲੀਲਾ ਆ ਜਿੱਥੇ ਗੁਰੂ ਨਾਨਕ ਪਾਤਸ਼ਾਹ ਦੀ ਬਚਪਨ ਦੀਆਂ ਜਿਹੜੀਆਂ ਯਾਦਾਂ ਨੇ ਉਹ ਸਾਰੀਆਂ ਜੁੜੀਆਂ ਹੋਈਆਂ ਨੇ, ਸਾਖੀਆਂ ਤੁਸੀਂ ਸਾਰਿਆਂ ਨੇ ਸੁਣੀਆਂ ਹੋਣਗੀਆਂ ਗੁਰੂ ਨਾਨਕ ਪਾਤਸ਼ਾਹ ਦੇ ਬਾਰੇ, ਅਤੇ ਸਾਨੂੰ ਉਹ ਬਣਾ ਕੇ ਦਿੱਤਾ ਜਾਏਗਾ ਗੁਰੂ ਨਾਨਕ ਪਾਤਸ਼ਾਹ ਦੀ ਯਾਦ ਦੇ ਵਿੱਚ। ਤਕਰੀਬਨ ਕਹਿੰਦੇ 300,000 ਦਾ ਜਿਹੜਾ ਉਦੋਂ ਖਰਚ ਸੀ ਦੀਵਾਨ ਕੌੜਾ ਮੱਲ ਆਪਣੇ ਕੋਲੋਂ ਖਰਚ ਕਰਕੇ ਅਤੇ ਇਸ ਗੁਰਦੁਆਰੇ ਦੀ ਇਮਾਰਤ ਦਾ ਨਿਰਮਾਣ ਕਰਾਇਆ। ਅਤੇ ਫਿਰ ਜਿਹੜਾ ਆਨੰਦਪੁਰ ਸਾਹਿਬ ਦਾ ਸਰੋਵਰ ਆ ਉਸ ਦੀ ਜਿਹੜੀ ਆ ਮੁਰੰਮਤ ਆ ਉਸਨੂੰ ਵੀ ਜਿਹੜਾ ਆ ਸਰਦਾਰ ਜੱਸਾ ਸਿੰਘ ਨੇ ਆਪਣੇ ਰਾਜ ਦੇ ਵਿੱਚ ਬਣਾਇਆ। ਅਤੇ ਜਿਹੜਾ ਸਭ ਤੋਂ ਜਿਹੜਾ ਅਹਿਮ ਕੰਮ ਸੀ ਉਹਨਾਂ ਦਾ ਹਰਿਮੰਦਰ ਸਾਹਿਬ, ਕਹਿੰਦੇ ਜਦੋਂ 1765 ਦੇ ਵਿੱਚ ਉਹਨਾਂ ਨੇ ਸਰਹੰਦ ਫਤਿਹ ਕਰ ਲਈ, ਸਿੱਖਾਂ ਨੇ ਸਿੱਖ ਮਿਸਲਾਂ ਨੇ ਆਪਣਾ ਰੂਲ ਸਟੈਬਲਿਸ਼ ਕਰ ਲਿਆ, ਤਾਂ ਹੁਣ ਜਿਹੜਾ ਅਗਲਾ ਕੰਮ ਸੀ ਉਹਨਾਂ ਦਾ, ਕਿਉਂਕਿ ਅਬਦਾਲੀ ਨੇ 1762 ਦੇ ਵਿੱਚ ਹਰਿਮੰਦਰ ਸਾਹਿਬ ਨੂੰ ਪੂਰਾ ਖਤਮ ਕਰ ਦਿੱਤਾ ਸੀ, ਸਰੋਵਰ ਪੂਰਾ ਭਰਿਆ ਜਾ ਚੁੱਕਾ ਸੀ। ਉਸ ਸਮੇਂ ਨਾ ਤਾਂ ਇੱਥੇ ਸਰੋਵਰ ਸੀ ਅਤੇ ਨਾ ਹਰਿਮੰਦਰ ਸਾਹਿਬ ਦੀ ਇਮਾਰਤ, ਸਿਰਫ ਇੱਕ ਖਾਲੀ ਜਗ੍ਹਾ ਸੀ ਉਸ ਜਗ੍ਹਾ 'ਤੇ। ਤਾਂ ਹੁਣ ਸਿੱਖ ਸਰਦਾਰਾਂ ਨੇ ਦੁਬਾਰਾ ਉੱਥੇ ਹਰਿਮੰਦਰ ਸਾਹਿਬ ਦੀ ਇਮਾਰਤ ਦਾ ਨਿਰਮਾਣ ਕਰਨਾ ਸੀ। ਉਹਨਾਂ ਨੇ ਕਹਿੰਦੇ ਚਾਦਰ ਜਿਹੜੀ ਸੀ ਜਿਸ ਨੂੰ ਗੁਰੂ ਕੀ ਚਾਦਰ ਬੋਲਿਆ ਜਾਂਦਾ ਹੈ, ਬੈੱਡਸ਼ੀਟ, ਇੱਕ ਵੱਡੀ ਬੈੱਡਸ਼ੀਟ ਉਹਨਾਂ ਨੇ ਵਿਛਾਤੀ ਧਰਤੀ ਦੇ ਉੱਤੇ। ਅਤੇ ਸਿੱਖ ਸਰਦਾਰਾਂ ਨੂੰ ਇਹ ਅਪੀਲ ਕੀਤੀ ਕਿ ਵੱਧ ਤੋਂ ਵੱਧ ਜਿੰਨਾ ਵੀ ਕਿਸੇ ਨੇ ਯੋਗਦਾਨ ਪਾਉਣਾ ਆ ਪਾਓ। ਤਾਂ ਉਸ ਦੇ ਵਿੱਚ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੇ ਇਕੱਲਾ 900,000 ਰੁਪਈਆ ਆਪਣੇ ਕੋਲੋਂ ਉਸ ਚਾਦਰ ਦੇ ਵਿੱਚ ਰੱਖਿਆ ਸੀ, ਅਤੇ ਬਾਕੀ ਸਰਦਾਰਾਂ ਦਾ ਕਹਿੰਦੇ ਤਕਰੀਬਨ ਕੋਈ 500,000 ਸੀ। ਕਹਿਣ ਤੋਂ ਭਾਵ ਉਹਨਾਂ ਦੇ ਵਿੱਚ ਜਿਹੜੀ ਗੁਰੂ ਘਰ ਦੇ ਪ੍ਰਤੀ ਸ਼ਰਧਾ ਸੀ ਉਹ ਵੀ ਬੇਹੱਦ ਸੀ। ਅਤੇ ਜਦੋਂ 1765 ਦੇ ਵਿੱਚ ਹਰਿਮੰਦਰ ਸਾਹਿਬ ਦੀ ਦੁਬਾਰਾ ਨੀਂਹ ਰੱਖੀ ਜਾਂਦੀ ਆ ਨਿਰਮਾਣ ਕਰਨ ਦੇ ਲਈ, ਉਹ ਵੀ ਸਰਦਾਰ ਜੱਸਾ ਸਿੰਘ ਦੇ ਹੱਥੋਂ ਰਖਵਾਈ ਜਾਂਦੀ ਹੈ। ਪਹਿਲੀ ਕਿਹਨਾਂ ਨੇ ਰੱਖੀ ਸੀ ਬੜਾ? ਸਾਈ ਮੀਆਂ ਮੀਰ ਨੇ। ਦੂਸਰੀ ਵਾਰੀ ਜਦੋਂ ਰੱਖੀ ਜਾਂਦੀ ਉਹ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਰੱਖਦੇ, ਅਤੇ ਆਪਣੀ ਜ਼ਿੰਦਗੀ ਦੇ ਲਾਸਟ ਜਿਹੜੇ 5 ਸਾਲ ਨੇ ਉਹਨਾਂ ਨੇ ਹਰਿਮੰਦਰ ਸਾਹਿਬ ਦੀ ਸੇਵਾ ਦੇ ਵਿੱਚ ਹੀ ਗੁਜ਼ਾਰੇ ਸੀ। ਅਤੇ ਹੁਣ ਉਹਨਾਂ ਦੀ ਜਿਹੜੀ ਆ, ਤੁਸੀਂ ਜੇ ਵੇਖਿਆ ਹੋਏਗਾ ਪਿੱਛੇ ਇੱਕ ਤਸਵੀਰ ਸੀ ਜਦੋਂ ਭਾਰਤਪੁਰ ਦੇ ਜੱਟਾਂ ਦੀ ਉਹਨਾਂ ਨੇ ਮਦਦ ਕੀਤੀ ਸੀ, ਭਾਰਤਪੁਰ ਦੇ ਰਾਜਿਆਂ ਦੀ, ਤਾਂ ਉਹਦੇ ਵਿੱਚ ਇੱਕ 2 ਤਸਵੀਰਾਂ ਤੁਸੀਂ ਹੁਣ, ਮੈਂ ਪਿੱਛੇ ਜਾਂਦਾ ਜੀ ਥੋੜ੍ਹਾ, ਆ ਉਹਨਾਂ ਰਾਜਿਆਂ ਦੇ ਅੱਜ ਮਹਿਲ ਨੇ ਜਿਨ੍ਹਾਂ ਦੀ ਸਿੱਖ ਮਦਦ ਕਰਦੇ ਰਹੇ ਨੇ, ਜਾ ਕੇ ਅੱਜ ਵੀ ਖੜ੍ਹੇ ਨੇ ਅਤੇ ਅੱਜ ਵੀ ਹਜ਼ਾਰਾਂ ਲੋਕ ਇੱਥੇ ਘੁੰਮਣ ਫਿਰਨ ਜਾਂਦੇ ਨੇ, ਅਤੇ ਜਿਹੜੇ ਮਦਦ ਕਰਦੇ ਰਹੇ ਉਹਨਾਂ ਦੀ ਹਵੇਲੀ ਦੀ ਹਾਲਾਤ ਮੈਂ ਤੁਹਾਨੂੰ ਵਿਖਾ ਰਿਹਾ ਜੀ। ਹੁਣ ਆ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਦੀ ਹਵੇਲੀ ਆ ਕਪੂਰਥਲੇ ਦੇ ਵਿੱਚ, ਇੰਨਾ ਕੁ ਫਰਕ ਆ ਜੀ। ਬਸ ਅਸੀਂ ਵੱਡੀਆਂ ਵੱਡੀਆਂ ਗੱਲਾਂ ਕਰਦੇ ਹਾਂ, ਜਕਾਰੇ ਬੜੇ ਛੱਡਦੇ ਹਾਂ ਆਪਾਂ, ਬਟ ਜਦੋਂ ਕੋਈ ਸਾਰਥਕ ਕੰਮ ਕਰਨ ਦੀ ਵਾਰੀ ਆਉਂਦੀ ਅਸੀਂ ਬਹੁਤ ਪਿੱਛੇ ਹੋ ਜਾਂਦੇ ਹਾਂ। ਕੀ ਲੱਗਦਾ ਵੇਖ ਕੇ ਜੀ, ਇਹ ਪੁਰਾਣੀ ਤਸਵੀਰ ਹੋਏਗੀ? ਹੋ ਸਕਦਾ ਹੁਣ ਇਸ ਤੋਂ ਵੀ ਹਾਲਾਤ ਜਿਹੜੇ ਬਦਤਰ ਹੋਣ। ਕੱਲ੍ਹ ਨੂੰ ਜਦੋਂ ਕੋਈ ਪੁੱਛੇਗਾ ਨਾ ਇਹਨਾਂ ਸਰਦਾਰਾਂ ਨੇ ਕਿੱਥੇ ਕਿੱਥੇ ਰਾਜ ਕੀਤਾ ਸੀ, ਸਿਰਫ ਅਸੀਂ ਕਿਤਾਬਾਂ 'ਤੇ ਦੱਸਿਆ ਕਰਾਂਗੇ, ਸਾਡੇ ਕੋਈ ਵੀ ਬਿਲਡਿੰਗ ਵਿਖਾਉਣ ਵਾਲੀ ਨਹੀਂ ਹੋਏਗੀ ਉਹਨਾਂ ਦੀ, ਵੀ ਆਹ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਦਾ ਸੀ, ਆਹ ਸਰਦਾਰ ਚੜ੍ਹਤ ਸਿੰਘ ਦਾ ਸੀ, ਸਾਰਾ ਕੁਝ ਮਲੀਆ ਮੀਟ ਹੋ ਗਿਆ। ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਆਪਣਾ ਨਿਤਨੇਮ ਗੁਰਬਾਣੀ ਦਾ ਪਾਠ ਕਰਦੇ ਸੀ, ਉਸ ਤੋਂ ਬਾਅਦ ਸੁਖਮਨੀ ਸਾਹਿਬ ਦਾ ਪਾਠ ਕਰਦੇ ਸੀ ਸਰਦਾਰ ਜੱਸਾ ਸਿੰਘ ਆਹਲੂਵਾਲੀਆ। ਪ੍ਰਸ਼ਾਦਾ ਛਕਣ ਤੋਂ ਬਾਅਦ ਆ ਕੇ ਆਪਣੇ ਦਰਬਾਰ ਦੇ ਵਿੱਚ ਬੈਠ ਜਾਂਦੇ ਸੀ, ਜਿਹੜਾ ਦਰਬਾਰ ਕਹਿੰਦੇ ਤਕਰੀਬਨ 3 ਵਜੇ ਤੱਕ ਲੱਗਦਾ ਸੀ। ਇਹ ਸਭ ਤੋਂ ਪਹਿਲਾਂ ਜਿਹੜਾ ਉਹਨਾਂ ਦਾ ਸੈਂਟਰ ਆ, ਜਿਹੜਾ ਉਹਨਾਂ ਦਾ ਹੈੱਡਕੁਆਟਰ ਆ, ਉਹ ਫਤਿਹਬਾਦ ਗੋਇੰਦਵਾਲ ਸਾਹਿਬ ਦੇ ਕੋਲ ਸੀ, ਅਤੇ 1780 ਦੇ ਵਿੱਚ ਉਹਨਾਂ ਨੇ ਕਪੂਰਥਲੇ ਸ਼ਿਫਟ ਕੀਤਾ ਸੀ, ਸੋਰੀ ਆਹ ਵਾਲਾ, ਇੱਥੇ ਉਹ 1780 ਦੇ ਵਿੱਚ ਜਾਂਦੇ ਨੇ, ਉਸ ਤੋਂ ਪਹਿਲਾਂ ਗੋਇੰਦਵਾਲ ਸਾਹਿਬ ਦੇ ਕੋਲ ਉਹਨਾਂ ਨੇ ਜਿਹੜਾ ਹੈੱਡਕੁਆਟਰ ਸੀ ਆਪਣਾ ਅਸਟੈਬਲਿਸ਼ ਕਰਕੇ ਰੱਖਿਆ ਸੀ।
ਤਾਂ ਇਹਨਾਂ ਦੇ ਦਰਬਾਰ ਦੇ ਵਿੱਚ ਹਰ ਕੋਈ ਵਿਅਕਤੀ ਕਹਿੰਦੇ ਬੜੇ ਆਰਾਮ ਨਾਲ ਆ ਕੇ ਉਹਨਾਂ ਨੂੰ ਮਿਲ ਸਕਦਾ ਸੀ, ਕੋਈ ਕਿਸੇ 'ਤੇ ਪਾਬੰਦੀ ਨਹੀਂ ਸੀ ਹੈਗੀ, ਆਪਣੇ ਆ ਕੇ ਵਿਚਾਰ ਦੱਸ ਸਕਦਾ ਸੀ, ਜਿੰਨੀਆਂ ਕਿ ਵੀ ਉਹਨਾਂ ਨੂੰ ਮੁਸੀਬਤਾਂ ਹੁੰਦੀਆਂ ਸੀ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨਾਲ ਆ ਕੇ ਸ਼ੇਅਰ ਕਰ ਸਕਦਾ ਸੀ। ਆਉਣ ਵੀ ਕੋਈ ਰਿਸਟ੍ਰਿਕਸ਼ਨ ਨਹੀਂ ਸੀ ਹੈਗੀ, ਜਿਵੇਂ ਅੱਜ ਲੀਡਰ ਇੰਡੀਆ ਦੇ ਵਿੱਚ ਕਿਸੇ ਲੀਡਰ ਨੂੰ ਮਿਲਣਾ ਹੋਏ ਤਾਂ ਆਮ ਬੰਦਾ ਉਹਨਾਂ ਨੂੰ ਜਾ ਕੇ ਮਿਲ ਹੀ ਨਹੀਂ ਸਕਦਾ, ਇਸ ਤਰ੍ਹਾਂ ਦੀ ਕੋਈ ਗੱਲਬਾਤ ਨਹੀਂ ਸੀ ਹੈਗੀ। ਆਮ ਲੋਕਾਂ ਦੇ ਵਿੱਚ ਵਿਚਰਦੇ ਸਨ ਉਹ ਲੋਕ, ਤਾਂ ਜਿਹੜੀ ਸਭ ਤੋਂ ਵੱਡੀ ਖਾਸੀਅਤ ਸੀ ਉਹਨਾਂ ਦੇ ਵਿੱਚ, ਕਹਿੰਦੇ ਜਦੋਂ ਅੰਮ੍ਰਿਤ ਵੇਲੇ ਉੱਠ ਜਾਂਦੇ ਸੀ ਨਾ, ਅਤੇ ਜਿਹੜੇ ਸਿੱਖ ਥੋੜ੍ਹਾ ਆਲਸਪੁਣਾ ਵੀ ਹੁੰਦਾ ਕਈਆਂ ਦੇ ਵਿੱਚ, ਅੰਮ੍ਰਿਤ ਵੇਲੇ ਨਹੀਂ ਸੀ ਜਾਗ ਪਾਉਂਦੇ, ਉਹਨਾਂ ਨੂੰ ਕਹਿਣਾ ਵੀ ਉੱਠੋ ਅੰਮ੍ਰਿਤ ਵੇਲਾ ਹੋ ਗਿਆ, ਨਿਤਨੇਮ ਦਾ ਟਾਈਮ ਹੋ ਗਿਆ, ਉੱਠ ਕੇ ਗੁਰਬਾਣੀ ਦਾ ਪਾਠ ਕਰੋ, ਉੱਠ ਕੇ ਇਸ਼ਨਾਨ ਕਰੋ ਅਤੇ ਗੁਰੂ ਚਰਨਾਂ ਵਿੱਚ ਜੁੜੋ। ਇਕੱਲੇ ਸਿੱਖਾਂ ਨੂੰ ਨਹੀਂ ਸੀ ਬੋਲਦੇ, ਜੇ ਕੋਈ ਕਿਤੇ ਮੁਸਲਮਾਨ ਸੁੱਤਾ ਹੁੰਦਾ ਸੀ ਤਾਂ ਮੁਸਲਮਾਨ ਨੂੰ ਉਠਾ ਕੇ ਕਹਿੰਦੇ ਸੀ ਉੱਠ ਤੇਰੀ ਨਮਾਜ਼ ਦਾ ਟਾਈਮ ਹੋਇਆ, ਉੱਠ ਕੇ ਅੱਲਾ ਨੂੰ ਯਾਦ ਕਰ। ਇਹਦਾ ਮਤਲਬ ਕਹਿਣ ਤੋਂ ਭਾਵ ਕਿ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਦੇ ਦਰਬਾਰ ਦੇ ਵਿੱਚ ਇਕੱਲੇ ਸਿੱਖਾਂ ਨੂੰ ਥਾਂ ਨਹੀਂ ਮਿਲੀ, ਉੱਥੇ ਹਰ ਕੌਮ ਅਤੇ ਹਰ ਮਜ਼ਹਬ ਦੇ ਲੋਕ ਆ ਕੇ ਨੌਕਰੀ ਕਰ ਰਹੇ ਸਨ ਉਹਨਾਂ ਦੇ ਅੰਡਰ। ਇਹ ਸਿੱਖ ਰਾਜ ਦੀ ਖੂਬਸੂਰਤੀ ਆ ਕਿ ਕਿਸੇ ਨਾ ਵੀ ਧਰਮ ਦੇ, ਜਾਤ ਦੇ ਜਾਂ ਨਸਲ ਦੇ ਆਧਾਰ 'ਤੇ ਵਿਤਕਰਾ ਨਹੀਂ ਕੀਤਾ ਗਿਆ, ਡਿਸਕ੍ਰੀਮੀਨੇਟ ਨਹੀਂ ਕੀਤਾ ਗਿਆ ਕਿਸੇ ਵੀ ਨਾਲ। ਇੱਕ ਵਿਸ਼ੇਸ਼ ਲੰਗਰ ਚੱਲਦਾ ਹੁੰਦਾ ਸੀ 24 ਘੰਟੇ ਉਹਨਾਂ ਦੇ ਫਤਿਹਬਾਦ ਅਤੇ ਕਪੂਰਥਲੇ ਦੇ ਵਿੱਚ, ਜਿੱਥੇ ਜਦੋਂ ਕੋਈ ਸੰਗਤ ਆਏ, ਰਾਹਗੀਰ ਆਏ, ਆਉਂਦਾ ਜਾਂਦਾ ਆ ਕੇ ਲੰਗਰ ਛਕ ਸਕਦਾ ਸੀ, 24 ਘੰਟੇ ਦਾ ਲੰਗਰ ਹੁੰਦਾ ਸੀ। ਹੁਣ ਉਹਨਾਂ ਨੂੰ ਅਸੀਂ ਸੁਲਤਾਨ ਉਲ ਕੌਮ ਦੇ ਨਾਂ ਵੀ ਯਾਦ ਕਰਦੇ ਹਾਂ, ਸੁਲਤਾਨ ਉਲ ਕੌਮ, ਕਿ ਜਿਹੜਾ ਆ ਉਹ ਕੌਮ ਦਾ ਸੁਲਤਾਨ ਸੀ। ਜਦੋਂ 1761 ਦੇ ਵਿੱਚ ਸਿੱਖਾਂ ਨੇ ਲਾਹੌਰ ਫਤਿਹ ਕੀਤਾ ਅਤੇ 1783 ਦੇ ਵਿੱਚ ਜਦੋਂ ਦਿੱਲੀ ਫਤਿਹ ਕੀਤੀ, ਇਹਨਾਂ ਦੋਨਾਂ ਟਾਈਮ ਦੇ ਉੱਤੇ ਸਰਦਾਰ ਜੱਸਾ ਸਿੰਘ ਨੂੰ ਕੌਮ ਦੇ ਜਿਹੜੇ ਲੀਡਰ ਸੀ ਉਹਨਾਂ ਨੇ ਇੱਕ ਟਾਈਟਲ ਦੇਣਾ ਚਾਹਿਆ, ਸੁਲਤਾਨ ਉਲ ਕੌਮ। ਜਦੋਂ ਇਹ ਟਾਈਟਲ ਦਿੱਤਾ ਗਿਆ ਕਿ ਇਹ ਕੌਮ ਦਾ ਬਾਦਸ਼ਾਹ ਆ, ਤਾਂ ਉੱਥੇ ਕਹਿੰਦੇ ਥੋੜ੍ਹੀ ਕੰਟਰੋਵਰਸੀ ਵੀ ਛਿੜ ਗਈ ਕਿ ਇੱਕ ਖਾਲਸਾ ਕੰਸੈਪਟ ਦੇ ਅਕੋਰਡਿੰਗ ਇਕੱਲਾ ਬੰਦਾ ਬਾਦਸ਼ਾਹ ਨਹੀਂ ਹੋ ਸਕਦਾ। ਉਸ ਕਨਫਲਿਕਟ ਨੂੰ ਖਤਮ ਕਰਨ ਦੇ ਲਈ ਜਾਂ ਨਿਮਰਤਾ ਨੂੰ ਸ਼ੋਅ ਕਰਨ ਦੇ ਲਈ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੇ ਸੁਲਤਾਨ ਉਲ ਕੌਮ ਦਾ ਜਿਹੜਾ ਖਿਤਾਬ ਹੈ ਨਹੀਂ ਸਵੀਕਾਰ ਕੀਤਾ। ਉਹ ਆਪਣੇ ਆਪ ਨੂੰ ਗੁਰੂ ਪੰਥ ਦਾ ਹਮੇਸ਼ਾ ਸੇਵਾਦਾਰ ਸਮਝਦਾ ਰਿਹਾ, ਕਿਉਂਕਿ ਜਦੋਂ ਨਵਾਬ ਕਪੂਰ ਸਿੰਘ ਨੇ 1753 ਦੇ ਵਿੱਚ ਅਕਾਲ ਚਲਾਣਾ ਕੀਤਾ ਸੀ ਤਾਂ ਜਾਣ ਤੋਂ ਪਹਿਲਾਂ ਉਹਨਾਂ ਨੇ ਇੱਕੋ ਗੱਲ ਸਰਦਾਰ ਜੱਸਾ ਸਿੰਘ ਨੂੰ ਆਖੀ ਸੀ ਕਿ ਇਸ ਕੌਮ ਦੀ, ਇਸ ਖਾਲਸਾ ਦਲ ਦੀ ਤਨੋ ਮਨੋ ਧਨੋ ਸੇਵਾ ਕਰਨੀ ਆ, ਕਦੀ ਵੀ ਇਸ ਦਲ ਦੇ ਉੱਤੇ ਹਕੂਮਤ ਕਰਨ ਦੀ ਕੋਸ਼ਿਸ਼ ਨਹੀਂ ਕਰਨੀ। ਅਤੇ ਸਰਦਾਰ ਜੱਸਾ ਸਿੰਘ ਨੇ ਆਪਣੇ ਜੀਵਨ ਦੇ ਆਖਰੀ ਸਾਹਾਂ ਤੱਕ ਉਸ ਗੱਲ ਨੂੰ ਬਰਕਰਾਰ ਰੱਖਿਆ ਸੀ, ਆਪਣੇ ਆਪ ਨੂੰ ਹਮੇਸ਼ਾ ਗੁਰੂ ਦਾ ਨਿਮਾਣਾ ਸੇਵਕ ਸਮਝ ਕੇ ਉਸਨੇ ਖਾਲਸਾ ਦਲ ਦੀ ਸੇਵਾ ਕੀਤੀ ਸੀ। ਅਤੇ ਹੁਣ ਜਿਹੜੀ ਸਭ ਤੋਂ ਅਹਿਮ ਗੱਲ, ਜਦੋਂ ਮੈਂ ਉਹਨਾਂ ਦੀ ਲਾਈਫ ਬਾਰੇ ਪੜ੍ਹ ਰਿਹਾ ਸੀ, ਜਿਹੜੀ ਮੈਨੂੰ ਸਭ ਤੋਂ ਚੰਗੀ ਲੱਗੀ ਕਿ ਉਹਨਾਂ ਦੇ ਜੀਵਨ ਦੇ ਵਿੱਚ ਇੱਕ ਬੜਾ ਵੱਡਾ ਗੁਣ ਸੀ ਜਿਸ ਤੋਂ ਅੱਜ ਸਾਡੀ ਜਿਹੜੀ ਮਾਡਰਨ ਸਿਆਸਤ ਆ, ਮਾਡਰਨ ਲੀਡਰਸ਼ਿਪ ਆ, ਉਸਨੂੰ ਸੇਧ ਲੈਣ ਦੀ ਲੋੜ ਹੈ। ਅੱਜ ਸਾਡੇ ਲੀਡਰਾਂ ਦੇ ਮਾਇੰਡ ਦੇ ਵਿੱਚ ਇੱਕ ਗੱਲ ਆ ਚੁੱਕੀ ਆ ਕਿ ਫੁੱਟ ਪਾਓ ਅਤੇ ਰਾਜ ਕਰੋ, ਹਰ ਕੌਮ ਨੂੰ ਛੋਟੇ ਛੋਟੇ ਹਿੱਸਿਆਂ ਵਿੱਚ ਵੰਡੀ ਜਾਓ, ਇਹ ਮਜ਼੍ਹਬੀ ਸਿੱਖ ਬਣਾ ਦਿਉ, ਇਹ ਰਾਮਗੜੀਏ ਸਿੱਖ ਬਣਾ ਦਿਉ, ਇਹਨੂੰ ਜੱਟ ਸਿੱਖ ਨੂੰ ਵੱਖਰਾ ਕਰ ਦਿਉ, ਛੋਟੇ ਛੋਟੇ ਗਰੁੱਪ ਦੇ ਵਿੱਚ ਅਸੀਂ ਵੰਡੀ ਜਾ ਰਹੇ ਹਾਂ। ਪਰ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਦੀ ਸੋਚ ਬੜੀ ਵੱਖਰੀ ਸੀ, ਉਹ ਕੌਮ ਨੂੰ ਇਕੱਠਾ ਕਰਨਾ ਚਾਹੁੰਦੇ ਸਨ। ਉਹਨਾਂ ਨੂੰ ਪਤਾ ਸੀ ਜੇ ਕੌਮ ਦੇ ਵਿੱਚ ਇਕੱਠ ਰਹੇਗਾ ਤਾਂ ਹੀ ਖਾਲਸਾ ਜਿਹੜਾ ਆ ਆਪਣੀ ਜਿਹੜੀ ਸ਼ਖਸੀਅਤ ਆ, ਆਪਣੀ ਜਿਹੜੀ ਹਸਤੀ, ਉਸਨੂੰ ਕਾਇਮ ਰੱਖ ਸਕਦਾ। ਜੇ ਕੌਮ ਦੇ ਵਿੱਚ ਇਕੱਠ ਨਾ ਰਿਹਾ ਤਾਂ ਜਿਸ ਤਰ੍ਹਾਂ ਖਾਲਸਾ ਰਾਜ ਇਸਟੈਬਲਿਸ਼ ਹੋਇਆ, ਹੌਲੀ ਹੌਲੀ ਉਸ ਜਾਂਦਾ ਰਹੇਗਾ। ਅਤੇ ਉਸਦੇ ਵਿੱਚ ਸਭ ਤੋਂ ਜਿਹੜੀ ਪਹਿਲੀ ਐਗਜ਼ਾਮਪਲ ਮੈਨੂੰ ਮਿਲੀ ਪੜ੍ਹਦੇ ਹਾਂ, ਕਰਤਾਰਪੁਰ ਦੇ ਜਿਹੜਾ ਧੀਰਮਲੀਆ ਪਰਿਵਾਰ ਸੀ, ਧੀਰਮਲ ਗੁਰੂ ਹਰਗੋਬਿੰਦ ਪਾਤਸ਼ਾਹ ਦਾ ਪੋਤਰਾ ਸੀ, ਅਤੇ ਉਹ ਆਪਣੇ ਆਪ ਨੂੰ, ਉਸਨੇ ਕਰਤਾਰਪੁਰ ਦੇ ਵਿੱਚ ਜਿਹੜਾ ਜਲੰਧਰ ਦੇ ਕੋਲ ਆ, ਆਪਣੇ ਆਪ ਨੂੰ ਐਜ਼ ਏ ਗੁਰੂ ਸਟੈਬਲਿਸ਼ ਕੀਤਾ ਹੋਇਆ ਸੀ। ਜਦੋਂ ਗੁਰੂ ਹਰਕ੍ਰਿਸ਼ਨ ਪਾਤਸ਼ਾਹ ਨੇ ਗੁਰਿਆਈ ਬਖਸ਼ਿਸ਼ ਕੀਤੀ ਆ ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ, ਤਾਂ ਉਸ ਸਮੇਂ ਗੁਰੂ ਤੇਗ ਬਹਾਦਰ ਪਾਤਸ਼ਾਹ ਬਾਬਾ ਬਕਾਲੇ ਸਨ, ਹੁਣ ਸਾਰੇ ਅਸੀਂ ਜਾਣਦੇ ਹਾਂ। ਤਾਂ ਜਦੋਂ ਪਤਾ ਲੱਗਾ ਕਿ ਗੁਰੂ ਤੇਗ ਬਹਾਦਰ ਪਾਤਸ਼ਾਹ ਸਿੱਖਾਂ ਦੇ ਨੌਵੇਂ ਗੁਰੂ ਬਣਨ ਜਾ ਰਹੇ ਨੇ, ਤਾਂ ਧੀਰਮਲ ਨੇ ਇੱਕ ਮਸੰਦ ਸ਼ੀਹਾਂ ਦੇ ਨਾਲ ਰਲ ਕੇ ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਸੀ। ਆ ਤੁਸੀਂ ਪਿਕਚਰ ਦੇ ਵਿੱਚ ਵੇਖ ਸਕਦੇ ਹੋ ਕਿ ਬੰਦਾ ਉਦੋਂ ਤੋਂ ਕਿਤੇ ਬੰਦੂਕ ਸੀ, ਆ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਪਿਕਚਰ ਆ, ਉਹਨਾਂ ਨੂੰ ਮਾਰਨ ਦੀ ਕੋਸ਼ਿਸ਼ ਕਰ ਰਿਹਾ ਹੈ, ਅਤੇ ਪਰਮਾਤਮਾ ਦੇ ਚੰਗੇ ਭਾਗਾਂ ਦੇ ਨਾਲ ਗੁਰੂ ਤੇਗ ਬਹਾਦਰ ਪਾਤਸ਼ਾਹ ਤੋਂ ਬਚ ਜਾਂਦੇ ਨੇ। ਅਤੇ ਫਿਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਇਸ ਪਰਿਵਾਰ ਨੂੰ
ਆਪਣੇ ਹੁਕਮਨਾਮਿਆਂ ਦੇ ਵਿੱਚ ਮੈਂਸ਼ਨ ਕੀਤਾ ਸੀ ਕਿ ਇਹਨਾਂ ਦੇ ਨਾਲ ਕੋਈ ਵੀ ਤਲੋਕਾਤ ਸਿੱਖਾਂ ਨੇ ਨਹੀਂ ਰੱਖਣਾ। ਐਕਸਕਮਿਊਨੀਕੇਟ ਕਰਤਾ ਸੀ ਉਹਨਾਂ ਨੂੰ ਸਿੱਖੀ ਦੇ ਵਿੱਚੋਂ, ਸੋਸ਼ਲ ਬਾਈਕਾਟ ਕਰਤਾ ਸੀ। ਅਤੇ ਪਰ ਨਾਲ ਦੀ ਨਾਲ ਉਹਨਾਂ ਨੂੰ ਹੁਕਮਨਾਮਿਆਂ ਦੇ ਵਿੱਚ ਇਹ ਵੀ ਕਿਹਾ ਸੀ ਕਿ ਜੇ ਕੱਲ੍ਹ ਨੂੰ ਇਹ ਸਿੱਖ ਵਾਪਸ ਦੁਬਾਰਾ ਸਿੱਖੀ ਦੇ ਵਿੱਚ ਆਉਣਾ ਚਾਹੁਣ ਤਾਂ ਉਹਨਾਂ ਨੂੰ ਤੁਸੀਂ ਮਿਲਾ ਲੈਣਾ, ਕੋਈ ਪਰਹੇਜ਼ ਨਹੀਂ ਕਰਨਾ। ਅਤੇ ਜਦੋਂ ਸਿੱਖਾਂ ਨੇ ਮਿਸਲ ਰੂਲ ਆਪਣਾ ਅਸਟੈਬਲਿਸ਼ ਕਰ ਲਿਆ, ਖਾਲਸੇ ਦੀ ਚੜ੍ਹਤ ਹੋਈ, ਤਾਂ ਇਸ ਪਰਿਵਾਰ ਨੇ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੂੰ ਬੇਨਤੀ ਕੀਤੀ ਕਿ ਸਾਨੂੰ ਹੁਣ ਸਿੱਖੀ 'ਚ ਦੁਬਾਰਾ ਵਾਪਸ ਸ਼ਾਮਿਲ ਕੀਤਾ ਜਾਵੇ। ਸਰਦਾਰ ਜੱਸਾ ਸਿੰਘ ਨੇ ਉਹਨਾਂ ਦੇ ਸੱਦੇ ਨੂੰ ਸਵੀਕਾਰ ਕਰਦਿਆਂ ਆਪ ਕਹਿੰਦੇ ਆਪਣੇ ਉਸ ਤੋਂ ਜ਼ਿਆਦਾ ਰੁਝੇਵੇਂ ਹੋਣ ਕਰਕੇ ਆਪ ਤਾਂ ਨੇਗੇ ਆਪਣੇ ਭਤੀਜੇ ਸਰਦਾਰ ਭਾਗ ਸਿੰਘ ਨੂੰ ਅਤੇ ਹੋਰ ਸਿੱਖਾਂ ਨੂੰ ਕਰਤਾਰਪੁਰ ਭੇਜਦੇ ਨੇ, ਉੱਥੇ ਜਾ ਕੇ ਉਹਨਾਂ ਦੇ ਨਾਲ ਲੰਗਰ ਦੀ ਸਾਂਝ ਪਾਉਂਦੇ ਨੇ, ਇੱਕ ਪਲੇਟ ਦੇ ਵਿੱਚੋਂ ਕਹਿ ਕੇ ਕਿ ਅਸੀਂ ਇਸ ਪਰਿਵਾਰ ਨੂੰ ਦੁਬਾਰਾ ਸਿੱਖੀ ਦੇ ਵਿੱਚ ਲੈ ਆਏ ਹਾਂ। ਇਸ ਤਰ੍ਹਾਂ ਉਹ ਜਿਹੜੀਆਂ ਛੋਟੀਆਂ ਛੋਟੀਆਂ ਉਸ ਸਮੇਂ ਦੀਆਂ ਫੈਮਲੀਆਂ ਨੇ ਜਾਂ ਵੱਡੀਆਂ ਸਿਆਸਤਾਂ ਵੀ ਨੇ ਉਹਨਾਂ ਨੂੰ ਵੀ ਸਿੱਖੀ ਦੇ ਵਿੱਚ ਜੋੜਨ ਦੀ ਕੋਸ਼ਿਸ਼ ਕਰਦੇ ਨੇ। ਅਤੇ ਜਿਹੜੀ ਸਭ ਤੋਂ ਵੱਡੀ ਐਗਜ਼ਾਮਪਲ ਸੀ ਉਹਨਾਂ ਦੀ ਲਾਈਫ ਦੇ ਵਿੱਚ, ਆ ਪਿਕਚਰ ਵੇਖ ਸਕਦੇ ਜੀ, ਦੱਸ ਸਕਦਾ ਕੌਣ ਹੈ? ਪਟਿਆਲੇ ਸਾਈਡ ਤੋਂ ਕੋਈ ਮੇਰਾ ਵੀਰ ਬੈਠਾ ਹੋਇਆ ਜਿਹੜਾ, ਹਾਂਜੀ ਹਾਂਜੀ, ਬਾਬਾ ਆਲਾ ਸਿੰਘ, ਜਿਹੜੇ ਪਟਿਆਲਾ ਸਿਆਸਤ ਦੇ ਫਾਊਂਡਰ ਸਨ। ਕਿਉਂਕਿ ਅਹਿਮਦ ਸ਼ਾਹ ਅਬਦਾਲੀ ਨੇ ਜਦੋਂ ਸਿੱਖਾਂ ਨੂੰ ਆਪਣੇ ਅਧੀਨ ਕਰਨ ਦੀ ਕੋਸ਼ਿਸ਼ ਕੀਤੀ, 12 ਦੇ ਵਿੱਚੋਂ 11 ਸਰਦਾਰਾਂ ਨੇ ਉਸਦੇ ਪ੍ਰਪੋਜ਼ਲ ਨੂੰ ਰਿਜੈਕਟ ਕਰਕੇ ਰੱਖਿਆ। ਸਿਰਫ ਇੱਕੋ ਸਰਦਾਰ ਸੀ ਬਾਬਾ ਆਲਾ ਸਿੰਘ ਜਿਨ੍ਹਾਂ ਨੇ ਅਹਿਮਦ ਸ਼ਾਹ ਅਬਦਾਲੀ ਦੀ ਅਧੀਨਤਾ ਸਵੀਕਾਰ ਕੀਤੀ ਸੀ। ਉਸਦੇ ਬੜੇ ਰੀਜ਼ਨ ਸਨ, ਕਿਉਂਕਿ ਜਿਹੜਾ ਕਿ ਪਟਿਆਲਾ ਹੈ ਸਰਹੰਦ ਦੇ ਕੋਲ ਆ, ਅਤੇ ਸਰਹੰਦ ਜਿਹੜਾ ਸੀ ਉਹ ਅਬਦਾਲੀ ਦਾ ਇੱਕ ਹੈੱਡਕੁਆਟਰ ਹੁੰਦਾ ਸੀ, ਅਤੇ ਸਰਹੰਦ ਤੋਂ ਪਟਿਆਲੇ ਨੂੰ ਅਟੈਕ ਕਰਨਾ ਕੋਈ ਜ਼ਿਆਦਾ ਔਖਾ ਨਹੀਂ ਸੀ ਹੈਗਾ। ਪਰ ਜਦੋਂ ਬਾਬਾ ਆਲਾ ਸਿੰਘ ਨੇ ਅਬਦਾਲੀ ਦੀ ਅਧੀਨਤਾ ਸਵੀਕਾਰ ਕੀਤੀ ਤਾਂ ਸਾਰੇ ਸਿੱਖ ਸਰਦਾਰਾਂ ਦੇ ਵਿੱਚ ਇਸਦਾ ਬਹੁਤ ਜ਼ਿਆਦਾ ਵਿਰੋਧ ਹੁੰਦਾ ਹੈ। ਉਹ ਇੱਥੋਂ ਤੱਕ ਕਹਿੰਦੇ ਨੇ ਕਿ ਅਸੀਂ ਜਾ ਕੇ ਬਾਬਾ ਆਲਾ ਸਿੰਘ ਦੀ ਜਿੰਨੀ ਵੀ ਪ੍ਰੋਪਰਟੀ ਹੈਗੀ, ਜਿੰਨੀ ਵੀ ਸਿਆਸਤ ਹੈਗੀ ਆ, ਜਿੰਨਾ ਵੀ ਉਹਨਾਂ ਦਾ ਰਾਜ ਹੈਗਾ, ਉਹਨੂੰ ਆਪਣੇ ਅਧੀਨ ਕਰ ਲੈਣਾ ਹੈ। ਅਤੇ ਸਿਰਫ ਇੱਕੋ ਅਤੇ ਇੱਕੋ ਉਦੋਂ ਸ਼ਖਸੀਅਤ ਸੀ ਸਰਦਾਰ ਜੱਸਾ ਸਿੰਘ ਆਹਲੂਵਾਲੀਆ, ਜਿਨ੍ਹਾਂ ਨੇ ਉਹ ਸਾਰੇ ਜਿਹੜੇ ਬਾਕੀ ਦੇ 10 ਸਰਦਾਰ ਨੇ ਉਹਨਾਂ ਨੂੰ ਕੰਟਰੋਲ 'ਚ ਰੱਖਿਆ ਕਿ ਨਹੀਂ, ਬਾਬਾ ਆਲਾ ਸਿੰਘ ਦੀ ਕੋਈ ਮਜਬੂਰੀ ਸੀ ਜਿਸ ਕਰਕੇ ਉਹਨਾਂ ਨੇ ਅਬਦਾਲੀ ਦੀ ਅਧੀਨਤਾ ਸਵੀਕਾਰ ਕੀਤੀ। ਵੱਧ ਤੋਂ ਵੱਧ ਕਹਿੰਦੇ ਅਸੀਂ ਕੀ ਕਰ ਸਕਦੇ ਹਾਂ ਕਿ ਬਾਬਾ ਆਲਾ ਸਿੰਘ ਦੇ ਉੱਤੇ ਭਾਰੀ ਜੁਰਮਾਨਾ ਲਾ ਦਿੰਦੇ ਹਾਂ। ਅਤੇ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੇ ਬਾਬਾ ਆਲਾ ਸਿੰਘ ਨੂੰ, ਜਿਹੜੇ ਪਟਿਆਲਾ ਰਿਆਸਤ ਦੇ ਮੋਢੀ ਸਨ, ਉਹਨਾਂ ਨੂੰ ਇੱਕ ਭਾਰੀ ਫਾਈਨ ਲਗਾ ਕੇ, ਇੱਕ ਨਹੀਂ 2-3 ਵਾਰ ਇਸ ਤਰ੍ਹਾਂ ਹੁੰਦਾ ਇਤਿਹਾਸ ਦੇ ਵਿੱਚ, ਪਰ ਉਹਨਾਂ ਨੇ ਉਹਨਾਂ ਨੂੰ ਸਿੱਖੀ ਤੋਂ ਵੱਖਰੇ ਨਹੀਂ ਹੋਣ ਦਿੱਤਾ, ਨਾ ਤਾਂ ਉਹਨਾਂ ਨੂੰ ਐਕਸਕਮਿਊਨੀਕੇਟ ਕੀਤਾ, ਕਿਉਂਕਿ ਉਹਨਾਂ ਨੂੰ ਇੱਕ ਗੱਲ ਦਾ ਪਤਾ ਆ ਕਿ ਜੇ ਇਸ ਤਰ੍ਹਾਂ ਅਸੀਂ ਕਰਨ ਲੱਗ ਪਏ ਤਾਂ ਹੌਲੀ ਹੌਲੀ ਜਿਹੜੀ ਸਾਡੀ ਤਾਕਤ ਆ ਉਹ ਛੋਟੇ ਛੋਟੀਆਂ ਟੁਕੜੀਆਂ ਦੇ ਵਿੱਚ ਵੰਡੀ ਜਾਏਗੀ। ਇਹ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਦੀ ਸ਼ਖਸੀਅਤ ਦਾ ਬਹੁਤ ਵੱਡਾ ਗੁਣ ਸੀ। ਹੁਣ ਅੱਜ ਇਸ ਗੱਲਬਾਤ ਤੋਂ ਬਾਅਦ ਜਿਹੜੀ ਇੱਕ ਜਰਨੈਲ ਦੀ ਤੁਹਾਡੇ ਸਾਹਮਣੇ ਇਮੇਜ ਬਣੀ ਆ, ਸ਼ਖਸੀਅਤ ਬਣੀ ਆ, ਉਹ ਕਿਸ ਤਰ੍ਹਾਂ ਦੀ ਬਣੀ? ਕਿ ਉਹ ਸਿਰਫ ਜੰਗੇ ਮੈਦਾਨ ਦੇ ਵਿੱਚ ਲੜਦੇ ਹੀ ਰਹੇ ਨੇ ਕਿ ਜਾਂ ਉਹਨਾਂ ਦੀ ਸ਼ਖਸੀਅਤ ਦੇ ਵਿੱਚ ਹੋਰ ਵੀ ਬਹੁਤ ਸਾਰੇ ਗੁਣ ਸਨ? ਤੁਹਾਨੂੰ ਕਿਸ ਤਰ੍ਹਾਂ ਦਾ ਫੀਲ ਹੋ ਰਿਹਾ ਜੀ ਸਰਦਾਰ ਜੱਸਾ ਸਿੰਘ ਬਾਰੇ? ਇੱਕ ਪਾਸੇ ਗੁਰਬਾਣੀ ਆਸਾ ਕੀ ਵਾਰ ਗੁਰਬਾਣੀ ਦੇ ਧਣੀ ਸਨ, ਠੀਕ ਹੈ ਜੀ, ਕਿਰਪਾਨ ਚਲਾਉਣੀ ਜਾਣਦੇ ਸਨ, ਆਪਣੇ ਸਰੀਰ ਦੇ ਉੱਤੇ ਕਿੰਨੇ ਜ਼ਖਮ ਸਨ। ਅੱਜ ਸਾਡੇ ਲੀਡਰਾਂ ਦੇ ਵਿੱਚ ਇਹ ਸਾਰੇ ਗੁਣ ਨਹੀਂ ਮਿਲਣਗੇ ਵੇਖਣ ਨੂੰ। ਅੱਜ ਜਿਹੜਾ ਸਾਡਾ ਲੀਡਰ ਆ ਗੁਰਬਾਣੀ ਦੇ ਨਾਲੋਂ ਟੁੱਟ ਚੁੱਕਾ ਆ। ਅਸੀਂ ਕਿੰਨੇ ਜਿਹੜਾ ਆਸਾ ਕੀ ਵਾਰ ਦਾ ਕੀਰਤਨ ਆ ਕੌਣ ਕਰੇਗਾ? ਸਿਰਫ ਗ੍ਰੰਥੀ, ਹਾਂਜੀ ਗਿਆਨੀ ਜੀ ਕਰਨਗੇ, ਗ੍ਰੰਥੀ ਸਿੰਘ ਕਰਨਗੇ, ਅਤੇ ਜੇ ਸੁਖਮਨੀ ਸਾਹਿਬ ਦਾ ਪਾਠ ਆ ਉਹ ਗਿਆਨੀ ਜੀ ਕਰਨਗੇ। ਮਤਲਬ ਕਹਿਣ ਤੋਂ ਭਾਵ ਅਸੀਂ ਰਾਜਨੀਤੀ ਦੇ ਧਰਮ ਨੂੰ, ਜਿਹੜੇ ਧਰਮ ਦੇ ਗੁਣ ਸੀ ਉਸਨੂੰ ਵੱਖਰੇ ਵੱਖਰੇ ਕਰਕੇ ਵੇਖ ਰਹੇ ਹਾਂ। ਤੁਹਾਨੂੰ ਕਿਸ ਤਰ੍ਹਾਂ ਦੀ ਲੱਗ ਰਿਹਾ ਜੀ ਹੁਣ ਸਰਦਾਰ ਜੱਸਾ ਸਿੰਘ ਦੀ ਜਿਹੜੀ ਸ਼ਖਸੀਅਤ ਹੈ ਉਸ ਬਾਰੇ? ਹੁਣ ਤੁਹਾਡੀ ਵਾਰੀ ਹੈ। ਗੁੱਡ ਐਡਮਿਨਿਸਟ੍ਰੇਟਰ, ਹੋਰ ਕੁਛ? ਨਿਮਰਤਾ ਵੀ ਸੀ। ਕੀ ਰੂਲ ਕਰਨ ਦੇ ਲਈ ਬੰਦੇ ਨੂੰ ਸਿਰਫ ਕਿਰਪਾਨ ਚਲਾਉਣੀ ਆਉਣੀ ਚਾਹੀਦੀ ਹੈ? ਕਿਉਂਕਿ ਮੈਂ ਤਾਂ ਜ਼ਿਆਦਾ ਐਮਫੇਸਾਈਜ਼ ਕਰ ਰਿਹਾ, ਸਿੱਖਣ ਦਾ ਸਾਰਾ ਧਿਆਨ ਅੱਜ ਕੱਲ੍ਹ ਇਸ ਪਾਸੇ ਹੋਇਆ ਪਿਆ ਕਿ ਅਸੀਂ ਬੜੇ ਦਲੇਰ ਸੀ, ਅਸੀਂ ਬੜੇ ਦਲੇਰ ਸੀ, ਅਸੀਂ ਬੜੇ ਉਸ ਦਲੇਰ ਸੀ, ਇਹਦੇ ਵਿੱਚ ਕੋਈ ਸ਼ੱਕ ਨਹੀਂ ਆ। ਪਰ ਉਸ ਦਲੇਰੀ ਦੇ ਪਿੱਛੇ ਕੀ ਕਾਰਨ ਸੀ? ਕਦੀ ਉਹਨਾਂ ਨੂੰ ਵੀ ਫੋਲਣ ਦੀ ਕੋਸ਼ਿਸ਼ ਕਰਨਾ। ਅਰਦਾਸ ਦੇ ਵਿੱਚ ਅਸੀਂ ਯਾਦ ਕਰਦੇ ਹਾਂ ਜਿੰਨਾ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ। ਅਸੀਂ ਸਿਰਫ ਤੇਗ ਵਹਾਈ ਦੇ ਉੱਤੇ ਜਿਹੜਾ ਆ ਉਹ ਫੋਕਸ ਕਰਕੇ ਬੈਠੇ ਹਾਂ। ਜਿੰਨਾ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਉਸਨੂੰ ਅਸੀਂ ਬਿਲਕੁਲ ਪਿੱਛੇ ਕਰਤਾ। ਇਹ ਸਾਰੇ ਗੁਣਾਂ ਦਾ ਮਿਸ਼ਰਨ ਸੀ ਸਰਦਾਰ ਜੱਸਾ ਸਿੰਘ ਦੀ ਸ਼ਖਸੀਅਤ ਦੇ ਵਿੱਚ। ਹੁਣ ਤੁਸੀਂ ਆਪਣੇ ਆਪਣੇ ਵਿਚਾਰ ਰੱਖੋ ਜੀ, ਕਿਉਂਕਿ ਮੇਰੀ ਜਿਹੜੀ ਟੌਕ ਹੈ ਇੱਥੋਂ ਤੱਕ ਪੂਰੀ ਹੋ ਚੁੱਕੀ ਹੈ। ਹੁਣ ਤੁਹਾਨੂੰ ਜਿਹੜੀ ਇੱਕ ਜਰਨੈਲ ਦੀ ਸ਼ਖਸੀਅਤ ਹੈ ਉਸਦੇ ਵਿੱਚ ਕਿਹੜੇ ਕਿਹੜੇ ਗੁਣ ਨਜ਼ਰ ਆ?
ਟੈਕਸ ਹੋ ਗਿਆ। ਬਸ ਭੈਣ ਜੀ ਨੇ ਕੋਈ ਲੱਗਾ ਹੋਰ ਕਿਸੇ ਨੂੰ ਕੁਛ ਨਹੀਂ ਪਸੰਦ ਆਇਆ ਜੀ? ਮੇਰੇ ਵੀਰ ਬੇਟੇ ਨੇ ਪਿੱਛੇ ਸਾਰੇ ਜੋ ਮਨ ਚ ਆ ਰਿਹਾ ਕੋਈ ਨਾ ਕੋਈ ਇੱਕ ਦੋ ਪੁਆਇੰਟ। ਉਹਨਾਂ ਨੇ ਆਪਣੀ ਜਿਹੜੀ ਡਿਊਟੀ ਨਿਭਾਈ ਸੀ, ਆਪਣਾ ਜਿਹੜੀ ਬਚਪਨ ਤੋਂ ਜੋ ਸਿੱਖਿਆ ਲਈ ਹੈ ਉਹਨੂੰ ਨਿਭਾਇਆ ਸੀ, ਪੂਰਾ ਅੰਤ ਤੱਕ ਨਿਭਾਉਂਦੇ ਰਹੇ, ਪਿੱਛੇ ਨਹੀਂ ਆਏ ਸੀ। ਇਸ ਗੱਲ ਦਾ ਬਹੁਤ ਮਾਣ। ਹਾਂਜੀ, ਜਾਤ ਪਾਤ ਦਾ ਕੋਈ ਭੇਦਭਾਵ ਨਹੀਂ ਰੱਖਿਆ। ਜਾਤ ਪਾਤ ਦਾ ਭੇਦਭਾਵ ਨਹੀਂ ਰੱਖਿਆ, ਕੌਮ ਚੇਤਾ ਬਣਾਈ ਰੱਖੀ, ਕੌਮ ਚੇਤਾ ਬਣਾਈ ਰੱਖਿਆ। ਸਿਉਸ ਮੇਨ ਮੋਟਿਵ ਪੁਆਇੰਟ ਉਹਨਾਂ ਦਾ ਸਿੱਖ ਭਾਵਨਾ ਨਾਲ ਇੰਨਾ ਕੁ ਪਿਆਰ ਸੀਗਾ, ਦੋ ਲੱਖ ਵੱਖ ਹੋਣਾ ਬਰਦਾਸ਼ਤ ਨਹੀਂ ਕਰ ਸਕਦੇ ਸੀਗੇ, ਅਤੇ ਜਾਤ ਪਾਤ ਦਾ ਵਿਰੋਧ ਨਹੀਂ ਕਰਦੇ ਸੀਗੇ ਉਹ, ਅਤੇ ਸਾਰਿਆਂ ਨੂੰ ਇਕੱਠਾ ਦੇਖਣਾ ਚਾਹੁੰਦੇ ਸੀਗੇ, ਸਿੱਖਾਂ ਨੂੰ ਯੂਨਾਈਟਡ ਰੱਖਣਾ ਚਾਹੁੰਦੇ ਸੀ ਹਮੇਸ਼ਾ। ਲੇਕਿਨ ਸਭ ਤੋਂ ਅਹਿਮ ਗੱਲ ਆ ਕਿ ਉਹਨਾਂ ਦੀ ਮਾਤਾ ਜੀ ਨੇ ਉਹਨਾਂ ਦੀ ਸ਼ਖਸੀਅਤ ਨੂੰ ਸੰਵਾਰਨ ਦੇ ਵਿੱਚ ਬੜਾ ਵੱਡਾ ਰੋਲ ਪਲੇ ਕੀਤਾ। ਜੇ ਉਹਨਾਂ ਦੀ ਮਾਤਾ ਉਹਨਾਂ ਨੂੰ ਗੁਰਬਾਣੀ ਦੇ ਨਾਲ ਕੀਰਤਨ ਦੇ ਨਾਲ ਨਾ ਜੋੜਦੇ ਤਾਂ ਹੋ ਸਕਦਾ ਸਰਦਾਰ ਜੱਸਾ ਸਿੰਘ ਦੀ ਸ਼ਖਸੀਅਤ ਕੋਈ ਵੱਖਰੀ ਹੁੰਦੀ। ਅਤੇ ਉਹਨਾਂ ਦਿਨਾਂ ਦੇ ਵਿੱਚ ਕੀਰਤਨ ਦੀ ਦਾਤ ਬਖਸ਼ੀ ਆ, ਜਦੋਂ ਕੋਈ ਗੁਰਮਤਿ ਸੰਗੀਤ ਅਕੈਡਮੀ ਨਹੀਂ ਸੀ, ਜਦੋਂ ਏਅਰਕੋਨ ਨਹੀਂ ਸੀ ਚੱਲਦੇ ਹੁੰਦੇ, ਜਦੋਂ ਥੱਲੇ ਮਖਮਲ ਦੇ ਮੈਟ ਨਹੀਂ ਸੀ ਵਿਛੇ ਹੁੰਦੇ, ਮਤਲਬ ਕਹਿਣ ਤੋਂ ਭਾਵ ਆ ਕਿ ਸਾਡੀਆਂ ਮਾਤਾਵਾਂ ਨੂੰ ਇਹ ਗੁਣ ਸਿੱਖਣਾ ਚਾਹੀਦਾ ਸਰਦਾਰ ਜੱਸਾ ਸਿੰਘ ਜੀ ਦੀ ਮਾਤਾ ਤੋਂ ਕਿ ਇੱਕ ਮਾਤਾ ਆਪਣੇ ਬੱਚੇ ਨੂੰ ਕੀ ਕੁਛ ਦੇ ਸਕਦੀ ਹੈ। ਅਤੇ ਦੂਸਰੇ ਪਾਸੇ ਉਹ ਬੱਚਾ ਵੀ ਸਿੱਖਣ ਦੇ ਕਾਬਲ ਸੀ। ਹਰ ਇੱਕ ਮਾਤਾ ਸੁੰਦਰੀ ਜੀ ਦੇ ਨਾਲ ਉਹਨਾਂ ਦਾ ਪਿਆਰ ਪੈਂਦਾ ਆ। ਨਵਾਬ ਕਪੂਰ ਸਿੰਘ ਜੀ ਦਾ ਦਿਲ ਜਿੱਤਦੇ, ਦਿਲ ਜਿੱਤਣ ਦਾ ਕਾਰਨ ਸੀ ਕਿ ਇਹ ਨਹੀਂ ਕਿ ਉਹ ਬਹੁਤ ਸੋਹਣੇ ਸੀ, ਉਹਨਾਂ ਦੇ ਜਿਹੜੇ ਅੰਦਰ ਗੁਣ ਵਸੇ ਸੀ ਉਹ ਬੜੇ ਕੀਮਤੀ ਸੀ। ਹਾਂਜੀ ਹਾਂਜੀ, ਉਹ ਮੈਰਿਡ ਸੀ, ਉਹਨਾਂ ਦੀਆਂ ਦੋ ਬੱਚੀਆਂ ਸੀ ਜੀ, ਅਤੇ ਬੇਟਾ ਕੋਈ ਨਹੀਂ ਸੀ ਹੈਗਾ। ਅਤੇ ਉਹਨਾਂ ਦੀ ਜਿਹੜੀ ਧਰਮ ਪਤਨੀ ਸੀ, ਜਦੋਂ ਸਰਦਾਰ ਜੱਸਾ ਸਿੰਘ ਦਾ ਦੇਹਾਂਤ ਹੁੰਦਾ, ਜਦੋਂ ਬਜ਼ੁਰਗ ਮਤਲਬ ਬਜ਼ੁਰਗ ਤਾਂ ਨਹੀਂ ਕਹਿ ਸਕਦੇ, 65 ਸਾਲ ਦੀ ਏਜ ਦੇ ਵਿੱਚ ਹੋ ਜਾਂਦਾ, ਅਤੇ ਉਹ ਆਪਣੇ ਜਵਾਈਆਂ ਨੂੰ ਉੱਤਰਾਧਿਕਾਰੀ ਬਣਾਉਣਾ ਚਾਹੁੰਦੇ ਨੇ, ਪਰ ਸਰਦਾਰ ਜੱਸਾ ਸਿੰਘ ਜਿਹੜੀ ਗੁਰੂ ਸਿਧਾਂਤ ਸੀ ਕਿ ਗੁਣਾਂ ਦੇ ਆਧਾਰ ਦੇ ਉੱਤੇ ਬੰਦੇ ਨੂੰ ਅੱਗੇ ਵਾਗਡੋਰ ਸੰਭਾਲੀ ਜਾਏ, ਉਹ ਆਪਣੇ ਜਵਾਈਆਂ ਨੂੰ ਨਹੀਂ ਬਖਸ਼ਦੇ। ਆਪਣਾ ਭਤੀਜਾ ਸੀ ਸਰਦਾਰ ਭਾਗ ਸਿੰਘ, ਉਸਨੂੰ ਆਪਣੀ ਮਿਸਲ ਦਾ ਜਿਹੜਾ ਸਰਦਾਰ ਸਾਹਿਬ ਤੋਂ, ਸੰਤੋਸ਼ ਸਰਦਾਰ ਭਾਗ ਸਿੰਘ ਤੋਂ ਤੁਹਾਨੂੰ ਸਾਰਿਆਂ ਨੂੰ ਪਤਾ ਹੋਵੇਗਾ ਕਿ ਸਰਦਾਰ ਫਤਿਹ ਸਿੰਘ ਆਹਲੂਵਾਲੀਆ, ਜਿਨ੍ਹਾਂ ਨਾਲ ਮਹਾਰਾਜਾ ਰਣਜੀਤ ਸਿੰਘ ਨੇ ਪੱਗ ਵਟਾਈ ਸੀ, ਪੱਗ ਵੱਟ ਭਰਾ ਬਣੇ ਸੀ ਸਰਦਾਰ ਫਤਿਹ ਸਿੰਘ ਆਹਲੂਵਾਲੀਆ, ਉਹ ਨਵਾਬ ਜੱਸਾ ਸਿੰਘ ਆਹਲੂਵਾਲੀਆ ਦੀ ਕਹਿ ਲਓ ਭਤੀਜਾ ਪੋਤਰਾ ਸੀ। ਹੋਰ ਕਿਸੇ ਦੇ ਮਨ 'ਚ ਕੋਈ ਪ੍ਰਸ਼ਨ ਹੋਏ ਜੀ ਉਹਨਾਂ ਬਾਰੇ? ਕੋਈ ਪ੍ਰਸ਼ਨ ਸਰਦਾਰ ਜੱਸਾ ਸਿੰਘ ਦੇ ਨਾਲ ਰਿਲੇਟਡ ਕਿਸੇ ਨੇ ਕਰਨਾ ਹੋਏ? ਲਈਏ ਅੱਗੇ ਫਿਰ ਸਾਰਿਆਂ ਕੋਲ ਜੀ। ਉਸ ਤੋਂ ਪਹਿਲਾਂ ਇੱਕ ਜਿਹੜੀ ਅਗਲੇ ਲੈਕਚਰ ਦੀ ਤਰੀਕ ਹੈ ਜੀ, ਉਹ 25 ਸਤੰਬਰ ਸੇਮ ਜਗ੍ਹਾ 'ਤੇ 1 ਵਜੇ ਹੋਏਗਾ। ਅਤੇ ਸਾਰੇ ਮੇਰੇ ਵੀਰ ਜਿਹੜੇ ਲੰਗਰ ਹਾਲ 'ਚ ਬੈਠੇ ਰਹਿੰਦੇ, ਉਹਨਾਂ ਨੂੰ ਅੱਗੇ ਬੇਨਤੀ ਆ ਕਿ ਪ੍ਰਸ਼ਾਦਾ ਛਕਣ ਤੋਂ ਬਾਅਦ ਪਲੀਜ਼ ਤੁਸੀਂ ਉੱਤੇ ਆ ਜਾਇਆ ਕਰੋ, ਠੀਕ ਆ? ਉੱਥੇ ਕੋਈ ਵੱਖਰੀਆਂ ਵੱਖਰੀਆਂ ਥਾਵਾਂ 'ਤੇ ਬੈਠਣ ਦੀ ਲੋੜ ਨਹੀਂ। ਅਤੇ ਉਹ ਵੀਰ ਜਿਹੜੇ ਨਹੀਂ ਆਏ, ਜਿਨ੍ਹਾਂ ਨੂੰ ਨਹੀਂ ਪਤਾ ਇਸ ਚੀਜ਼ ਬਾਰੇ, ਉਹਨਾਂ ਨੂੰ ਵੀ ਅੱਗੇ ਤੁਸੀਂ ਪਲੀਜ਼ ਆਪਣਾ ਮੈਸੇਜ ਦੇ ਦੇਣਾ ਸਰ। ਅਤੇ ਇਹ ਜਿਹੜਾ ਲੈਕਚਰ ਆ ਬਹੁਤ ਅਹਿਮ ਹੋਏਗਾ, ਕਿਉਂਕਿ ਇਸ ਦੇ ਵਿੱਚ ਅਸੀਂ ਤਕਰੀਬਨ ਇੱਕ ਅਤੇ ਦੂਸਰੇ ਜਿਹੜੇ ਸਰਦਾਰ ਰਹਿ ਗਏ ਨੇ ਉਹਨਾਂ ਦੇ ਥੋੜ੍ਹੇ ਕੁ ਗੁਣ, ਅਤੇ ਬਾਕੀ 18ਵੀਂ ਸਦੀ ਦੇ ਵਿੱਚ ਜਦੋਂ ਸਿੱਖਾਂ ਦੇ ਨਾਲ ਵਾਪਰਿਆ ਉਸ ਦੀ ਇੱਕ ਝਲਕ ਬਾਬਾ ਬੰਦਾ ਸਿੰਘ ਬਹਾਦਰ ਤੋਂ ਲੈ ਕੇ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਤੱਕ ਪੂਰਾ ਜਿਹੜਾ ਜਾਂ ਕਹਿ ਲਓ ਵੀ 1799 ਤੱਕ ਦਾ ਜਿਹੜਾ ਅਸੀਂ ਪੀਰੀਅਡ ਆ ਉਹ ਕਵਰ ਕਰਨ ਦੀ ਕੋਸ਼ਿਸ਼ ਕਰਾਂਗੇ, ਜੋ ਉਸ ਦੀ ਪੂਰੀ 18ਵੀਂ ਸਦੀ ਦੀ ਅਸੈਂਸ ਆ, ਜੋ ਵੱਡੀਆਂ ਵੱਡੀਆਂ ਘਟਨਾਵਾਂ ਵਾਪਰੀਆਂ ਉਸਨੂੰ ਅਸੀਂ ਇਸ ਟੌਪ ਦੇ ਵਿੱਚ ਕਵਰ ਕਰਾਂਗੇ। ਇਹ ਬਹੁਤ ਇੰਪੋਰਟੈਂਟ ਹੋਏਗੀ ਸਾਡੇ ਸਾਰਿਆਂ ਦੇ। ਪੁਲਚੁੱਕ ਦੀ ਕਿਮਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।